ਹੈਲੋ ਹਲੋ ਹੁਣ ਠੀਕ ਹੈ ਆਵਾਜ਼ ਹਾਂ ਅੱਜ ਅਸੀਂ ਨਰਸ ਨਾਲ ਪੜ੍ਹਾਉਣਗੇ ਹੁਣ ਆਵਾਜ਼ ਕਲੀਅਰ ਹੈ ਜੀ ਠੀਕ ਹੈ ਆਵਾਜ਼ ਕਲੀਅਰ ਹੈ ਓਕੇ ਠੀਕ ਹੈ ਜੀ ਓਕੇ ਸਾਰੇ ਕਰਦੇ ਹਾਂ ਸਟਾਰਟ ਹੈ ਨਾ ਗੁੱਡ ਇਵਨਿੰਗ ਜੀ ਗੁੱਡ ਇਵਨਿੰਗ ਸਾਰਿਆਂ ਨੂੰ ਗੁੱਡ ਇਵਨਿੰਗ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਜੀ ਰਾਮ ਰਾਮ ਜੀ ਰਾਮ ਰਾਮ ਸਾਰਿਆਂ ਨੂੰ ਓਕੇ ਠੀਕ ਹੈ ਓਕੇ ਇੱਕ ਹੋਰ ਕਮੈਂਟ ਸੀਗਾ ਪਹਿਲਾਂ ਜੈ ਮਸਤਾਂ ਦੀ ਠੀਕ ਹੈ ਜੀ ਜੈ ਮਸਤਾਂ ਦੀ ਓਕੇ ਹੁਣ ਕਰਦੇ ਹਾਂ ਸਟਾਰਟ ਪਹਿਲਾਂ ਇੱਕ ਮਿੰਟ ਦੋ ਮਿੰਟ ਆਪਣੇ ਖਰਾਬ ਹੋਗੇ ਇਹਨਾਂ ਬੱਚਿਆਂ ਦੇ ਹਨ ਆਪਾਂ ਉਹੀ ਡੇਲੀ ਵਾਲੀ ਫਾਰਮੈਲਿਟੀ ਨਿਬੇੜਦੇ ਹਾਂ ਫਟਾਫਟ ਅੱਜ ਕਲਾਸ 12ਵੀਂ ਹੈ ਜੀ ਠੀਕ ਹੈ ਹਰ ਰੋਜ਼ 8 ਵਜੇ ਜੀਕੇ ਦੀ ਕਲਾਸ ਹੁੰਦੀ ਹੈ 6:30 ਰੀਜਨਿੰਗ ਦੀ ਕਲਾਸ ਹੁੰਦੀ ਹੈ ਰੀਜਨਿੰਗ ਖਤਮ ਹੋਣ ਤੋਂ ਬਾਅਦ ਆਪਾਂ ਮੈਥ ਕਰਾਂਗੇ ਠੀਕ ਹੈ ਇੰਡੀਅਨ ਪੋਲਿਟੀ ਆਪਾਂ ਪਹਿਲਾਂ ਪੜ ਰਹੇ ਹਾਂ ਜੀ 1500 ਐਮਸੀਕਿਊ ਆਪਾਂ ਨੇ ਡਿਸਕਸ ਕਰਨੇ ਆ ਐਮਸੀਕਿਊ ਦੇ ਨਾਲ ਥੋੜੀ ਥਿਓਰੀ ਵੀ ਆਪਾਂ ਪੜਦੇ ਹਾਂ ਪੰਜਾਬ ਪੁਲਿਸ 2023 ਦਾ ਟਾਰਗੇਟ ਹੈ ਬਟ ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਸਾਰਿਆਂ ਵਾਸਤੇ ਪੋਲਿਟੀ ਸਾਰਿਆਂ ਵਾਸਤੇ ਜ਼ਰੂਰੀ ਹੈ ਜ਼ਰੂਰੀ ਨਹੀਂ ਕਿ ਸਿਰਫ ਤੁਸੀਂ ਜੇ ਪੰਜਾਬ ਪੁਲਿਸ ਦਾ ਫਾਰਮ ਭਰਿਆ ਹੈ ਦਾ ਬਸ ਪੰਜਾਬ ਪੁਲਿਸ ਵਾਲੇ ਵਾਸਤੇ ਹੀ ਹੈ ਠੀਕ ਹੈ ਸਾਰੇ ਵਾਸ ਜਿਹੜੇ ਬੱਚੇ ਨਵੇਂ ਆ ਜੀ ਸਕਰੀਨਸ਼ਾਟ ਲੈ ਲਓ ਇਹ ਡੇਲੀ ਦੀ ਟਾਈਮਿੰਗ ਹੈ ਓਕੇ 6:30 ਵਜੇ ਕਲਾਸ ਮੈਥ ਰੀਜ਼ਨਿੰਗ ਤੇ ਫਿਰ 8:00 ਵਜੇ ਜੀਕੇ ਤੇ ਕਰੰਟ ਅਫੇਅਰ ਵੀਕਲੀ ਮੈਰਾਥਨ ਸੰਡੇ ਕੱਲ ਮੈਂ ਨਹੀਂ ਲਗਾ ਪਾਇਆ ਕਰੰਟ ਅਫੇਅਰ ਦੀ ਕੋਈ ਚੱਕਰ ਨਹੀਂ ਤੁਹਾਨੂੰ ਵਿੱਚ ਰੈਂਡਮਲੀ ਕਿਸੇ ਵੀ ਦਿਨ ਤੁਹਾਨੂੰ ਜਿਹੜੇ ਜਨਵਰੀ ਦੇ ਸੈਕੰਡ ਵੀਕ ਥਰਡ ਵੀਕ ਇਕੱਠੇ ਹੀ ਮਿਲ ਜੂਗੀ ਟੈਨਸ਼ਨ ਨਾ ਲਿਓ ਠੀਕ ਹੈ ਓਕੇ ਤੇ ਇੱਕ ਵਾਰ ਮੈਂ ਬ੍ਰਾਈਟਨੈਸ ਓਕੇ ਠੀਕ ਹੈ ਫਟਾਫਟ ਚਲੋ ਅੱਗੇ ਆਜੋ ਠੀਕ ਹੈ ਬਸ ਇਹ ਤੁਹਾਨੂੰ ਡੇਲੀ ਦਾ ਕੰਮ ਹੈ ਪਤਾ ਹੀ ਤਾਂ ਹੈ ਚਲੋ ਸਿੱਧਾ ਕੁਐਸਚਨ ਤੇ ਆਓ ਕਰੋ سٹਾਰਟ ਵੀ ਰਿਕਾਰਡਿੰਗ ਓਕੇ ਹੈ ਓਕੇ ਚਲੋ ਜੀ ਚਲੋ ਹਾਂਜੀ ਨਮਸਤੇ ਜੀ ਨਮਸਤੇ ਠੀਕ ਹੈ ਜੀ ਹਾਂਜੀ ਪਹਿਲਾ ਕੁਐਸਚਨ ਕੀ ਹੈ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਮੁੱਖ ਮੰਤਰੀ ਦੇ ਕਰਤੱਵਾਂ ਨੂੰ ਪਰਿਭਾਸ਼ਿਤ ਕਰਦੀ ਹੈ ਮਤਲਬ ਮੁੱਖ ਮੰਤਰੀ ਜਿਹੜੇ ਕੰਮ ਹੁੰਦੇ ਆ ਚੀਫ ਮਿਨਿਸਟਰ ਦੇ ਜਿਹੜੇ ਕੰਮ ਹੁੰਦੇ ਆ ਉਹਦੇ ਵਾਸਤੇ ਹੈਗੀ ਹੈ ਇਹ ਧਾਰਾ ਦੱਸੋ ਬਈ ਫਟਾਫਟ ਇਹ ਕੁਐਸਚਨ ਆਪਾਂ ਉਦਾਂ ਕਰ ਚੁੱਕੇ ਆ ਮਤਲਬ ਕੁਐਸਚਨ ਨਹੀਂ ਆਪਾਂ ਡਿਸਕਸ ਕਰਿਆ ਸੀ ਮੁੱਖ ਮੰਤਰੀ ਦੇ ਉੱਤੇ ਕੁਝ ਹੋਰ ਡਿਸਕਸ ਕਰਿਆ ਸੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਸੀ ਕਿ ਮੁੱਖ ਮੰਤਰੀ ਵਾਸਤੇ ਕਾਰਟਿਕਲ ਬਹੁਤ ਜ਼ਰੂਰੀ ਹੁੰਦਾ ਪੰਜਾਬੀ ਵਿੱਚ ਹੀ ਹੈ ਜੀ கரنٹ ਅਫੇਅਰ ਇੰਦਰਜੀਤ ਜੀ ਪੰਜਾਬੀ ਵਿੱਚ ਹੀ ਕਰੰਟ ਅਫੇਅਰ ਹੁੰਦੇ ਆ 167 ਆ ਗਿਆ ਸਾਰਿਆਂ ਦਾ ਵੈਰੀ ਗੁੱਡ ਠੀਕ ਹੈ ਜੀ 167 ਓਕੇ ਹਾਂ ਯਾਦ ਹੈ ਸਾਰਿਆਂ ਨੂੰ ਵੈਰੀ ਗੁੱਡ ਜੀ ਓਕੇ ਚਲੋ ਵਿੱਚ ਵਿੱਚ ਇਹ ਜੀ ਕੁਐਸਚਨ ਜ਼ਰੂਰੀ ਹੈ ਜਿਹੜੇ ਪਹਿਲਾਂ ਆਪਾਂ ਡਿਸਕਸ ਕਰ ਚੁੱਕੇ ਆ ਤਾਂ ਕਿ ਪਤਾ ਲੱਗਦਾ ਰਹੇ ਕਿਹੜਾ ਬੱਚਾ ਰਿਵੀਜ਼ਨ ਕਰ ਰਿਹਾ ਹੈ ਕਿਹੜਾ ਨਹੀਂ ਕਰਦਾ ਜੀ ਸਿੱਧੀ ਜੀ ਗੱਲ ਹੈ ਹੇਟ ਲਿਖੀ ਕਿਹੜੀ ਧਾਰਾ ਵਿੱਚੋਂ ਯਾਨੀ ਕਿਹੜੇ ਆਰਟੀਕਲ ਵਿੱਚੋਂ ਹਾਂਜੀ ਬਹੁਤ ਵਧੀਆ ਕੁਐਸਚਨ ਹੈ ਦੇਖੋ ਕੁਐਸਚਨ ਕੀ ਹੈ ਕੁਐਸਚਨ ਦਾ ਤੁਸੀਂ ਪੜ੍ਹੋ ਲਓਗੇ ਮੈਂ ਕੁਐਸਚਨ ਸਮਝਾ ਰਿਹਾ ਤੁਹਾਨੂੰ ਆਪਣਾ ਸੰਵਿਧਾਨ 9 ਦਸੰਬਰ ਨੂੰ ਬਣਨਾ ਸ਼ੁਰੂ ਹੋਇਆ ਸੀ 9 ਦਸੰਬਰ 1946 ਨੂੰ ਪਹਿਲੀ ਉਹ ਮੀਟਿੰਗ ਹੋਈ ਸੀਗੀ ਹੈਨਾ ਬਣ ਕੇ ਰੈਡੀ ਕਦੋਂ ਹੋ ਗਿਆ 26 ਨਵੰਬਰ 1949 ਨੂੰ ਬਣ ਕੇ ਰੈਡੀ ਹੋ ਗਿਆ ਤੇ ਲਾਗੂ ਕਦੋਂ ਕਰਿਆ 26 ਜਨਵਰੀ 1950 ਨੂੰ ਲਾਗੂ ਕਰਿਆ 2 ਮਹੀਨੇ ਵੇਟ ਕਰਕੇ ਬਈ ਠੀਕ ਹੈ ਕੁਐਸਚਨ ਆਪਣਾ ਇਹ ਹੈ ਕਿ ਜਿਸ ਦਿਨ ਸੰਵਿਧਾਨ ਬਣਿਆ ਸੀਗਾ 26 ਨਵੰਬਰ 1949 ਨੂੰ ਉਸੇ ਦਿਨ ਕਸਤਾ ਰਾਵਾਂ ਨੂੰ ਉਸੇ ਦਿਨ ਲਾਗੂ ਕਰਤਾ ਸੀਗਾ ਬਾਕੀ ਪੂਰਾ ਸਵਿਧਾਨ 2 ਮਹੀਨੇ ਵੇਟ ਕਰਕੇ 26 ਜਨਵਰੀ 1950 ਨੂੰ ਲਾਗੂ ਕਰਿਆ ਬਟ ਕੁਝ ਆਰਟੀਕਲ ਅਜਿਹੇ ਸੀਗੇ ਬਈ ਜਿਹੜੇ 26 ਜਨਵਰੀ ਨੂੰ ਹੀ ਲਾਗੂ ਸੋਰੀ 26 ਨਵੰਬਰ ਨੂੰ ਹੀ ਲਾਗੂ ਕਰਤੇ ਸੀਗੇ ਉਹ ਦੱਸਣਾ ਵੀ ਉਹ ਕਿਹੜਾ ਆਰਟੀਕਲ ਹੈ ਜਿਹੜਾ 26 ਨਵੰਬਰ ਨੂੰ ਹੀ ਲਾਗੂ ਕਰਤਾ ਸੀਗਾ ਉਹੀ ਕੁਐਸਚਨ ਹੈ ਨਾ ਹਾਂਜੀ ਇਹ ਦੱਸੋ 387 387 ਸਾਰਿਆਂ ਦਾ 387 ਆ ਰਿਹਾ ਕੀ ਚੱਕਰ ਹੈ ਕੋਈ ਰਾਈਟ ਆਨਸਰ ਵੀ ਦਏਗਾ ਕੋਈ ਰਾਈਟ ਆਨਸਰ ਦੇਵੇਗਾ 387 ਰਾਈਟ ਆਨਸਰ ਨਹੀਂ ਹੈ ਚਲੋ ਦੇਖਦੇ ਹਾਂ ਕੀ ਦਾ ਹੈ ਦੇਖੋ ਬਈ ਆਰਟੀਕਲ ਨੋਟ ਕਰੋ ਕਾਪੀ ਪੈਨ ਹੈ ਨਾ ਤੁਹਾਡੇ ਕੋਲ ਜਾਂ ਫਿਰ ਇਹਦਾ ਸਕਰੀਨ ਸ਼ਾਟ ਲੈ ਲਓ 5 6 7 8 9 ਇਹ ਹੈਗੇ ਆ 5 6 7 8 9 5 6 7 8 9 ਇਹ ਆਨਸਰ ਹੈ 388 ਠੀਕ ਹੈ 391 92 93 ਤੇ 94 ਇਹ ਆਰਟੀਕਲ ਉਸੇ ਦਿਨ ਲਾਗੂ ਹੋ ਗਏ ਸੀਗੇ ਸਮਝਿਓ ਗੱਲ ਨੂੰ 5 6 7 8 9 60 324 367 367 ਫਿਰ ਉਸ ਤੋਂ ਬਾਅਦ 379 80 388 ਫਿਰ 91 ਤੋਂ 94 ਤੱਕ ਠੀਕ ਹੈ ਹੌਲੀ ਹੌਲੀ ਕਰਕੇ ਯਾਦ ਹੋਣਗੇ ਪਹਿਲਾਂ ਇਹ ਯਾਦ ਕਰ ਲਓ ਫਿਰ ਇਹ ਵਾਲੇ ਯਾਦ ਕਰ ਲਓ ਐਦਾਂ ਕਰ ਕਰਕੇ ਟੁਕੜਿਆਂ ਦੇ ਵਿੱਚ ਠੀਕ ਹੈ ਤਾਂ ਇਹਦਾ ਆਨਸਰ ਫਿਰ ਕੀ ਹੋਇਆ ਹੁਣ ਦੱਸੋ 87 ਵਾਲੇ ਕਿਹੜੇ ਆ ਠੀਕ ਹੈ ਨਾ 88 ਹੈ ਇਹਦਾ ਰਾਈਟ ਆਨਸਰ ਹੁਣ ਆਪਾਂ ਇਸ ਸਲਾਈਡ ਤੇ ਦੁਬਾਰਾ ਚੱਲਦੇ ਹਾਂ ਦੇਖੋ ਜੀ ਠਿਕਤਾ ਹੋ ਗਿਆ 393 ਆਰਟੀਕਲ ਇਹਦੇ ਵਿੱਚ ਕੀ ਲਿਖਿਆ ਹੋਇਆ 393 ਵੀ ਆਪਾਂ ਪੜਾਂਗੇ ਕਈ ਵਾਰ ਇਹ ਸਿੱਧਾ ਆ ਜਾਂਦਾ ਹੈ ਜੀ 393 ਦੇ ਵਿੱਚ ਸ਼ੋਰਟ ਟਾਈਟਲ ਛੋਟਾ ਟਾਈਟਲ ਕੀ ਹੈ ਛੋਟਾ ਟਾਈਟਲ ਹਨਾ ਕਿਹਦਾ ਛੋਟਾ ਟਾਈਟਲ ਇਹ ਜਿਹੜੀ ਤੁਸੀਂ ਕਿਤਾਬ ਪੜ੍ਹਦੇ ਹੋ ਨਾ ਜਿਹਦੇ ਚ ਇਹ ਸਾਰੇ ਆਰਟੀਕਲ ਹੈ ਉਸ ਦਾ ਛੋਟਾ ਟਾਈਟਲ ਛੋਟਾ ਟਾਈਟਲ ਕੀ ਹੈ ਉਸ ਦਾ ਛੋਟਾ ਟਾਈਟਲ ਹੈ ਜੀ ਕਨਸਟੀਟਿਊਸ਼ਨ ਆਫ ਇੰਡੀਆ ਸਮਝਿਓ ਥਿਸ ਕਨਸਟੀਟਿਊਸ਼ਨ ਮਤਲਬ ਜਿਹੜਾ ਤੁਸੀਂ ਸਿਵਿਧਾਨ ਪੜ੍ਹ ਰਹੇ ਹੋ ਥਿਸ ਕਨਸਟੀਟਿਊਸ਼ਨ ਜਿਹੜਾ ਤੁਸੀਂ ਸਿਵਿਧਾਨ ਪੜ੍ਹ ਰਹੇ ਹੋ ਇਹ ਸਿਵਿਧਾਨ ਮੇ ਬੀ ਕਾਲਡ ਐਸ ਦਾ ਕਨਸਟੀਟਿਊਸ਼ਨ ਆਫ ਇੰਡੀਆ ਮਤਲਬ ਜਿਹੜਾ ਸੰਵਿਧਾਨ ਤੁਸੀਂ ਪੜ੍ਹ ਕੇ ਆਏ ਨਾ ਪਿੱਛੇ ਇੱਕ ਆਰਟੀਕਲ ਤੋਂ ਲੈ ਕੇ 393 ਤੱਕ ਤੁਸੀਂ ਪਹੁੰਚ ਗਏ ਇਹ 393 ਆਰਟੀਕਲ ਦੇ ਵਿੱਚ ਲਿਖਿਆ ਹੋਇਆ ਕਿ this constitution ਇਹ ਕਨਸਟੀਟਿਊਸ਼ਨ ਮੇ ਬੀ ਕਾਲਡ ਐਸ ਇਸ ਨੂੰ ਆਪਾਂ ਬੋਲ ਸਕਦੇ ਆ ਕਨਸਟੀਟਿਊਸ਼ਨ ਆਫ ਇੰਡੀਆ ਯਾਨੀ ਆਪਣੀ ਜਿਹੜੀ ਸੰਵਿਧਾਨ ਦੀ ਕਿਤਾਬ ਹੈ ਉਸ ਨੂੰ ਭਾਰਤ ਦਾ ਸੰਵਿਧਾਨ ਕਿਹਾ ਜਾਊਗਾ ਇਹ ਕਿੱਥੇ ਲਿਖਿਆ ਹੋਇਆ ਇਹ ਆਰਟੀਕਲ 393 ਚ ਲਿਖਿਆ ਹੋਇਆ ਓਕੇ 394 ਦੇ ਵਿੱਚ ਇਹ ਲਿਖਿਆ ਹੋਇਆ ਹੈ ਬਈ 394 ਦੇ ਵਿੱਚ ਲਿਖਿਆ ਹੋਇਆ ਕਿ ਅੱਜ 26 ਨਵੰਬਰ 1949 ਨੂੰ ਹੀ ਠੀਕ ਹੈ ਨਾ ਤਿਆਰ ਕਰਿਆ ਗਿਆ ਜਿਹੜਾ ਸੰਵਿਧਾਨ ਹੈ ਬਾਕੀ ਸੰਵਿਧਾਨ ਦਾ ਮਤਲਬ ਬਾਕੀ ਸੰਵਿਧਾਨ ਤਾਂ 26 ਜਨਵਰੀ ਨੂੰ ਲਾਗੂ ਹੋਏਗਾ ਪਰ ਅੱਜ 26 ਨਵੰਬਰ ਨੂੰ ਹੀ ਆਪਾਂ ਕੁਝ ਆਰਟੀਕਲ ਜਿਵੇਂ ਕਿ 5 6 7 8 9 60 324 66 67 79 80 88 ਤੇ 91 92 93 94 ਅੱਜ ਤੋਂ ਹੀ ਲਾਗੂ ਹੋਣਗੇ ਯਾਨੀ 26 ਨਵੰਬਰ 1949 ਤੋਂ ਹੀ ਲਾਗੂ ਹੋਣਗੇ ਇਹ ਗੱਲ ਲਿਖੀ ਹੋਈ ਹੈ 394 ਦੇ ਵਿੱਚ ਠੀਕ ਹੈ ਤੇ 394 ਖੁਦ ਵੀ ਉਸੇ ਦਿਨ ਲਾਗੂ ਹੋ ਗਿਆ ਸੀਗਾ 26 ਨਵੰਬਰ ਨੂੰ ਠੀਕ ਹੈ 395 ਦੇ ਵਿੱਚ ਜਿਹੜਾ ਲਾਸਟ ਆਰਟੀਕਲ ਹੈ ਕਿਉਂਕਿ ਆਪਣਾ ਸਵਿਧਾਨ ਬਣ ਕੇ ਰੈਡੀ ਜਦੋਂ ਹੋਇਆ ਕਿੰਨੇ ਆਰਟੀਕਲ ਸੀਗੇ 395 ਇਹ ਲਾਸਟ ਆਰਟੀਕਲ ਹੈ ਜਿਹਦੇ ਚ ਲਿਖਿਆ ਹੋਇਆ ਕਿ ਪਹਿਲਾਂ ਵਾਲੇ ਜਿਹੜੇ ਪੁਰਾਣੇ ਐਕਟ ਉਕਟ ਜੇ ਹੈਗੇ ਅੰਗਰੇਜ਼ਾਂ ਦੇ ਹਨਾ ਊਟ ਪਟੰਗ ਸਾਰੇ ਕੈਨਸਲ ਹੈ ਸਮਝੋ ਨਾ ਗੱਲ ਨੂੰ ਸਾਰੇ ਕੈਨਸਲ ਹੈ ਜੀ ਓਕੇ ਤਾਂ ਇਹ ਲਾਸਟ ਦੇ ਤਿੰਨ ਆਰਟੀਕਲ ਹੈਗੇ ਆ 93 94 95 ਅੰਡਰਸਟੈਂਡ ਚਲੋ ਫਿਰ ਅੱਗੇ ਆਜੋ ਹਾਂਜੀ ਭਾਰਤੀ ਸੰਵਿਧਾਨ ਨੂੰ ਹੇਟ ਲਿਖਿਆ ਅਨੁਛੇਦਾਂ ਵਿੱਚ ਨਿਰਧਾਰਿਤ ਵਿਧੀ ਅਨੁਸਾਰ ਸੋਧਿਆ ਜਾ ਸਕਦਾ ਹੈ ਦੇਖੋ ਇਹ ਕੁਐਸਚਨ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਹੁਣ ਦੇ ਕਿਸੇ ਦਾ ਗਲਤ ਨਹੀਂ ਹੋਣਾ ਚਾਹੀਦਾ ਠੀਕ ਹੈ ਕਿਉਂ ਕਿਸੇ ਦਾ ਗਲਤ ਨਹੀਂ ਹੋਣਾ ਚਾਹੀਦਾ ਭਾਈ ਦੱਸੋ ਬਈ ਫਟਾਫਟ ਆ ਗਿਆ ਸਾਰਿਆਂ ਦਾ ਵੈਰੀ ਗੁੱਡ 368 ਕਿੱਥੇ ਆ 368 ਕਿਹ ਹੈ ਹਾਂਜੀ ਸੰਵਿਧਾਨ ਨੂੰ ਸੋਧਣ ਦਾ ਜਿਹੜਾ ਪ੍ਰੋਸੈਸ ਹੈ ਠੀਕ ਹੈ ਨਾ ਉਹ ਆਰਟੀਕਲ 368 ਦੇ ਵਿੱਚ ਲਿਖਿਆ ਹੋਇਆ ਤੇ ਇਹ ਪ੍ਰੋਸੈਸ ਆਪਾਂ ਨੇ ਕਿਹੜੇ ਦੇਸ਼ ਤੋਂ ਲਿਆ ਸਾਊਥ ਅਫਰੀਕਾ ਤੋਂ ਲਿਆ ਠੀਕ ਹੈ ਇਸ ਬਾਰੇ ਇਹ ਥੋੜੀ ਜੀ ਸਲਾਈਡਾਂ ਹੈਗੀਆਂ ਦੇਖ ਲਓ ਠੀਕ ਹੈ ਸੰਵਿਧਾਨ ਨੂੰ ਸੋਧਣ ਦਾ ਜਿਹੜਾ ਪ੍ਰੋਸੈਸ ਹੈ ਸੰਵਿਧਾਨ ਨੂੰ ਸੋਧਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਭਾਗ 20 ਦੇ ਵਿੱਚ ਹੈਗੀ ਹੈ ਆਪਣੇ ਸੰਵਿਧਾਨ ਦੇ ਵਿੱਚ 25 ਭਾਗ ਹੈ ਨਾ ਤਾਂ ਭਾਗ 20 ਦੇ ਵਿੱਚ ਹੈਗਾ ਆ ਸੰਵਿਧਾਨ ਨੂੰ ਸੋਧਣ ਦਾ ਪ੍ਰੋਸੈਸ ਆਰਟੀਕਲ 368 ਇਹ ਸਾਰਾ ਦਾ ਸਾਰਾ ਪ੍ਰੋਸੈਸ ਆਪਾਂ ਨੇ ਸਾਊਥ ਅਫਰੀਕਾ ਤੋਂ ਲਿਆ ਸਾਊਥ ਅਫਰੀਕਾ ਤੋਂ ਲਿਆ ਠੀਕ ਹੈ ਸੰਵਿਧਾਨ ਨੂੰ ਸੋਧਣ ਦਾ ਜਿਹੜਾ ਬਿੱਲ ਹੈ ਠੀਕ ਹੈ ਮੰਨ ਲਓ ਸੰਵਿਧਾਨ ਦੇ ਵਿੱਚ ਕੁਝ ਚੇਂਜ ਕਰਨਾ ਹੈ ਤਾਂ ਬਿੱਲ ਤਾਂ ਲੈ ਕੇ ਆਣਾ ਪਊਗਾ ਪਾਰਲੀਮੈਂਟ ਦੇ ਵਿੱਚ ਹਨਾ ਤਾਂ ਉਹ ਬਈ ਉਹ ਸਦਨ ਦੇ ਮਤਲਬ ਪਾਰਲੀਮੈਂਟ ਦੇ ਕਿਸੇ ਵੀ ਸਦਨ ਦੇ ਵਿੱਚ ਆ ਸਕਦਾ ਹੈ ਚਾਹੇ ਲੋਕ ਸਭਾ ਹੋਵੇ ਚਾਹੇ ਰਾਜ ਸਭਾ ਹੋਵੇ ਕਿਸੇ ਚ ਵੀ ਆ ਸਕਦਾ ਹੈ ਠੀਕ ਹੈ ਉਹਨੂੰ ਬਿਲ ਨੂੰ ਕੋਈ ਵੀ ਲੈ ਕੇ ਆ ਸਕਦਾ ਹੈ ਚਾਹੇ ਰਾਜ ਸਭਾ ਦਾ ਕੋਈ ਮੈਂਬਰ ਲਿਆਏ ਚਾਹੇ ਲੋਕ ਸਭਾ ਦਾ ਸਮਝਿਓ ਨਾ 545 ਬੰਦੇ ਇੱਥੇ ਐ 245 ਇੱਥੇ ਐ ਕੋਈ ਵੀ ਲਿਆਓ ਬਈ 790 ਦੇ ਵਿੱਚੋਂ ਕੋਈ ਵੀ ਲਿਆਓ ਚਾਹੇ ਮੰਤਰੀ ਲਿਆਓ ਕੋਈ ਚਾਹੇ ਸੰਸਦ ਦਾ ਕੋਈ ਹੋਰ ਮੈਂਬਰ ਲਿਆਓ ਚਾਹੇ ਵਿਪਖਸ ਵਾਲੇ ਲਿਆਓ ਕੋਈ ਫਰਕ ਨਹੀਂ ਪड़ਦਾ ਠੀਕ ਹੈ ਰਾਸ਼ਟਰਪਤੀ ਇਸ ਬਿਲ ਦੇ ਉੱਤੇ ਕੁਛ ਨਹੀਂ ਕਰ ਸਕਦਾ ਕੋਈ ਵੀਟੋ ਪਾਵਰ ਯੂਜ਼ ਨਹੀਂ ਕਰ ਸਕਦਾ ਰਾਸ਼ਟਰਪਤੀ ਕੋਲ ਇੱਕ ਆਪਸ਼ਨ ਹੁੰਦਾ ਹੈ ਓਨਲੀ ਐਂਡ ਓਨਲੀ ਸਾਈਨ ਠੀਕ ਹੈ ਰਾਸ਼ਟਰਪਤੀ ਨੂੰ ਬਿਲ ਨੂੰ ਆਪਣੀ ਸਹਿਮਤੀ ਦੇਣੀ ਹੀ ਪੈਂਦੀ ਹੈ ਠੀਕ ਹੈ ਤੇ ਜੇ ਇੱਕ ਸਦਨ ਨੇ ਬਿਲ ਪਾਸ ਕਰਤਾ ਮੰਨ ਲਓ ਲੋਕ ਸਭਾ ਤੋਂ ਸ਼ੁਰੂ ਹੋਇਆ ਲੋਕ ਸਭਾ ਨੇ ਪਾਸ ਕਰਤਾ ਰਾਜ ਸਭਾ ਕੋਲ ਜਾਏਗਾ ਜੇ ਰਾਜ ਸਭਾ ਨੇ ਵੀ ਪਾਸ ਕਰਤਾ ਫਿਰ ਜਾਏਗਾ ਪ੍ਰੈਜ਼ੀਡੈਂਟ ਕੋਲ ਠੀਕ ਹੈ ਜੇ ਰਾਜ ਸਭਾ ਪਾਸ ਹੀ ਨਾ ਕਰੇ ਬਿਲ اٹਕ ਗਿਆ ਤਾਂ ਬਾਕੀ ਜਿਹੜੇ ਹੋਰ ਬਿਲ ਹੁੰਦੇ ਆ ਆਮ ਬਿਲ ਉਹਦੇ ਚ ਤਾਂ ਕੀ ਕਰਦੇ ਆ ਦੋਨਾਂ ਨੂੰ ਇਕੱਠੇ ਬਿਠਾ ਦਿੰਦੇ ਆ ਜੁਆਇੰਟ ਸ਼ੀਟਿੰਗ ਕਰਾ ਦਿੰਦੇ ਆ ਇਸ ਕੇਸ ਦੇ ਵਿੱਚ ਜੁਆਇੰਟ ਸ਼ੀਟਿੰਗ ਦਾ ਕੋਈ ਪ੍ਰਵਧਾਨ ਨਹੀਂ ਹੈ ਸਾਂਝੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈ ਠੀਕ ਹੈ ਓਕੇ ਚਲੋ ਫਿਰ ਅੱਗੇ ਸੰਵਿਧਾਨ ਦੀ ਦੇਖੋ ਇਹ ਪਿਛਲੀ ਜਿਹੜੀ ਗੱਲਾਂ ਦੱਸੀਆਂ ਉਸੇ ਗੱਲਾਂ ਤੋਂ ਇਹ ਕੁਐਸਚਨ ਬਣ ਕੇ ਆਇਆ ਹੁਣ ਇਹ ਗਲਤ ਨਹੀਂ ਹੋਣਾ ਚਾਹੀਦਾ ਸੰਵਿਧਾਨ ਦੀ ਸ਼ੋਧ ਸ਼ੁਰੂ ਹੋ ਸਕਦੀ ਹੈ ਦੱਸੋ ਬਈ ਨਹੀਂ ਸਾਈਨ ਕਰੇਗਾ ਠੀਕ ਹੈ ਚਲੋ ਬਈ ਦੱਸੋ ਬਈ ਇਹ ਗਲਤ ਨਹੀਂ ਹੋਣਾ ਚਾਹੀਦਾ ਕਿਸੇ ਦਾ ਵੀ ਸਸੀਕਲ ਜੀ ਜੋਤੀ ਸੰਧੂ ਜੀ ਸਸੀਕਲ ਡੀ 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 ਵਾਲੀਆਂ ਸਾਰੇ ਕੀ ਹੈ ਜੀ ਆਪਸ਼ਨ ਡੀ ਸੰਸਦ ਦੇ ਕਿਸੇ ਵੀ ਸਦਨ ਵਿੱਚ ਇੱਕ ਬਿਲ ਦੀ ਸ਼ੁਰੂਆਤ ਦੁਆਰਾ ਠੀਕ ਹੈ ਸੰਵਿਧਾਨ ਦੀ ਸੋਧ ਕਿੱਥੋਂ ਸ਼ੁਰੂ ਹੋ ਸਕਦੀ ਹੈ ਤਾਂ ਸੰਵਿਧਾਨ ਨੂੰ ਸੋਧਣ ਦਾ ਜਿਹੜਾ ਪ੍ਰੋਸੈਸ ਹੈ ਬਈ ਉਹ ਕਿਸੇ ਵੀ ਸਦਨ ਤੋਂ ਸ਼ੁਰੂ ਹੋ ਸਕਦਾ ਹੈ ਸੰਸਦ ਦੇ ਕਿਸੇ ਵੀ ਸਦਨ ਵਿੱਚੋਂ ਇੱਕ ਬਿੱਲ ਦੀ ਸ਼ੁਰੂਆਤ ਦੁਆਰਾ ਇਹ ਸ਼ੁਰੂ ਹੋ ਸਕਦਾ ਹੈ ਬਿਲਕੁਲ ਰਾਈਟ ਆਨਸਰ ਹੈ ਚਲੋ ਜੀ ਨੈਕਸਟ ਹੈ ਜੀ ਭਾਰਤੀ ਸੰਵਿਧਾਨ ਵਿੱਚ ਸੋਧ ਤੋਂ ਬਾਅਦ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ ਜਾਤੀਆਂ ਦੇ ਸਮਾਜਿਕ ਆਰਥਿਕ ਤੇ ਸੱਭਿਆਚਾਰਕ ਅਤੇ ਵਿਦਿਅਕ ਸਰੂਕਾਰ ਠੀਕ ਹੈ ਉਹਨਾਂ ਦੀ ਸੁਰੱਖਿਆ ਲਈ ਥਾਪਿਤ ਸੰਸਥਾ ਦਾ ਨਾਮ ਦੱਸੋ ਮਤਲਬ ਸੰਵਿਧਾਨ ਵਿੱਚ ਸੋਧ ਕਰਕੇ ਸੰਵਿਧਾਨ ਦੇ ਵਿੱਚ ਆਪਾਂ ਨੇ ਸੋਧ ਕਰਕੇ ਜਿਹੜੇ ਆਪਣੇ ਐਸਸੀ ਭਾਈ ਹੈਗੇ ਆ ਜਿਹੜੇ ਆਪਣੀ ਐਸਟੀ ਭਾਈ ਹੈਗੇ ਆ ਉਹਨਾਂ ਦੇ ਸਮਾਜਿਕ ਆਰਥਿਕ ਸੱਭਿਆਚਾਰਕ ਤੇ ਵਿਦਿਅਕ ਸਰੋਕਾਰ ਉਹਨਾਂ ਦੀ ਜਿਹੜੀ ਜ਼ਰੂਰਤਾਂ ਹੈਗੀਆਂ ਸਮਾਜਿਕ ਆਰਥਿਕ ਸੱਭਿਆਚਾਰਕ ਜਾਂ ਵਿਦਿਅਕ ਠੀਕ ਹੈ ਨਾ ਜਿਹੜੇ ਉਹਨਾਂ ਦੇ ਕੰਸਰਨ ਹੈਗੇ ਆ ਉਹਨਾਂ ਵਾਸਤੇ ਇੱਕ ਸੰਸਥਾ ਬਣਾਈ ਹੈ ਉਹ ਸੰਸਥਾ ਦਾ ਨਾਮ ਦੱਸਣਾ ਹੈ ਦੱਸੋ ਬਈ ਫਟਾਫਟ ਆ ਗਿਆ ਸਾਰਾ ਦੇ ਆਨਸਰ ਠੀਕ ਹੈ ਜੀ ਨੈਸ਼ਨਲ ਕਮਿਸ਼ਨ ਫੋਰ ਐਸਸੀ ਐਂਡ ਐਸਟੀ ਨੈਸ਼ਨਲ ਕਮਿਸ਼ਨ ਫੋਰ ਐਸਸੀ ਐਂਡ ਐਸਟੀ ਇਹ ਬਣਾਈ ਗਿਆ ਵੀ ਰਾਸ਼ਟਰੀ ਆਯੋਗ ਬਣਾਇਆ ਗਿਆ ਰਾਸ਼ਟਰੀ ਕਮਿਸ਼ਨ ਬਣਾਇਆ ਗਿਆ ਐਸਸੀਆਂ ਵਾਸਤੇ ਵੀ ਐਸਟੀਆਂ ਵਾਸਤੇ ਵੀ ਠੀਕ ਹੈ ਯਾਦ ਰੱਖਣੇ ਆ ਬਹੁਤ ਜ਼ਰੂਰੀ ਹੈ ਕੁਝ ਪੁਆਇੰਟ ਆ ਇਹਨਾਂ ਬਾਰੇ ਇਹ ਵੀ ਯਾਦ ਰੱਖ ਲਓ ਦੇਖੋ ਜੀ ਸਭ ਤੋਂ ਪਹਿਲਾਂ 65ਵੀਂ ਸੰਸ਼ੋਧਨ ਕਰੀ ਗਈ ਹੈ 65ਵੀਂ ਸੰਸ਼ੋਧਨ ਕਰੀ ਗਈ ਹੈ 1990 ਡੇਟ ਤਾਂ ਵੈਸੇ ਯਾਦ ਰੱਖਣ ਦੀ ਲੋੜ ਨਹੀਂ ਬਸ ਸਨ ਯਾਦ ਰੱਖ ਲਿਓ ਠੀਕ ਹੈ 66ਵੀਂ ਸੰਸ਼ੋਧਨ ਹੋਈ ਹੈ 1990 ਦੇ ਵਿੱਚ ਤਾਂ ਇੱਕ ਇਕੱਠਾ ਇੱਕ ਇਕੱਠਾ ਬਣਾਇਆ ਗਿਆ ਸੀਗਾ ਇਕੱਠਾ ਮਤਲਬ ਐਸਸੀ ਐਸਟੀਆਂ ਵਾਸਤੇ ਇਕੱਠਾ ਹੀ ਇਹ ਕਾਇਯੋਗ ਬਣਾਇਆ ਗਿਆ ਉਸ ਨੂੰ ਕਿਹਾ ਗਿਆ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਯਾਨੀ ਨੈਸ਼ਨਲ ਕਮਿਸ਼ਨ ਫਾਰ ਐਸਸੀ ਐਂਡ ਐਸਟੀ ਇਕੱਠਾ ਸੀਗਾ ਭਈ ਇੱਕ ਸਭ ਤੋਂ ਪਹਿਲਾਂ ਇੱਕ ਬਣਾਇਆ ਗਿਆ ਸੀਗਾ ਐਸਸੀ ਐਸਟੀਆਂ ਵਾਸਤੇ ਇਕੱਠਾ ਕਰਕੇ ਠੀਕ ਹੈ 66ਵੀਂ ਸੰਸ਼ੋਧਨ ਰਾਹੀਂ 1990 ਦੇ ਵਿੱਚ ਠੀਕ ਹੈ ਇਸ ਨੂੰ ਸਾਰਾ ਕੁਝ ਮਤਲਬ ਇਹਨੂੰ ਕਬਾਇਦਾ ਸੁਵਿਧਾਨ ਦੀ ਮਾਨਤਾ ਪ੍ਰਾਪਤ ਕਰਕੇ ਮਤ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਹਾਂ ਸੰਸਦ ਨੇ ਪਾਸ ਕਰਕੇ ਬਣਾਇਆ ਠੀਕ ਹੈ ਉਹ ਕਰਿਆ ਗਿਆ ਠੀਕ ਹੈ ਫਿਰ ਜੀ ਇਸ ਵਾਸਤੇ ਆਰਟੀਕਲ ਕਿਹੜੇ ਦੇ ਵਿੱਚ ਸੋਧ ਕਰਿਆ ਗਿਆ ਸੀ 338 ਦੇ ਵਿੱਚ ਠੀਕ ਹੈ ਇਹ ਕਿੱਥੇ ਹੈ 338 ਦੇ ਵਿੱਚ ਹੈ ਪਰ ਬਾਅਦ ਦੇ ਵਿੱਚ ਕੀ ਕਰਿਆ ਗਿਆ ਬਈ 2003 ਦੇ ਵਿੱਚੋਂ ਇਹ ਸੋਧਨ ਕਰਿਆ 99 ਵਾਲਾ ਸੋਧਨ ਕਰਿਆ 2003 ਐਸਸੀਆਂ ਵਾਸਤੇ ਅਲੱਗ ਕਰਤਾ ਨੈਸ਼ਨਲ ਕਮਿਸ਼ਨ ਫੋਰ ਐਸਸੀ ਇਹ ਅਲੱਗ ਕਰਤਾ ਤੇ ਨੈਸ਼ਨਲ ਕਮਿਸ਼ਨ ਫੋਰ ਐਸਟੀ ਇਹਨੂੰ ਅਲੱਗ ਕਰਤਾ ਇਹ ਦੋਨੇ ਅਲੱਗ ਅਲੱਗ ਹੋ ਗਏ ਹੁਣ ਦੋ ਕਮਿਸ਼ਨ ਹੈ ਨੈਸ਼ਨਲ ਕਮਿਸ਼ਨ ਫੋਰ ਐਸਟੀ ਅਲੱਗ ਹੈ ਨੈਸ਼ਨਲ ਕਮਿਸ਼ਨ ਫੋਰ ਐਸਟੀ ਹੈ ਜਿਹੜਾ ਉਹ ਅਲੱਗ ਹੈ ਓਕੇ ਫਿਰ ਬਾਅਦ ਦੇ ਵਿੱਚ ਇੱਕ ਹੋਰ ਬਣਾਇਆ ਗਿਆ ਨੈਸ਼ਨਲ ਕਮਿਸ਼ਨ ਫੋਰ ਓਬੀਸੀਸ ਠੀਕ ਹੈ ਉਹ ਅਲੱਗ ਹੈ ਭਾਈ ਸਮਝਿਓ ਨਾ ਗੱਲ ਨੂੰ ਹਾਂ ਹੁਣ ਸਮਝਿਓ ਸਾਰੇ ਤਾਂ ਦੋ ਸੰਸ਼ੋਧਨ ਬੈਠਦੇ ਆ ਭਾਈ ਜੇ ਐਸਟੀਆਂ ਵਾਸਤੇ ਪੁੱਛੇ ਦੇਖੋ ਜਿਹੜਾ ਪਹਿਲਾਂ ਸੀਗਾ ਉਹਨੂੰ ਫਿਰ ਐਸਸੀਆਂ ਵਾਸਤੇ ਰੱਖਿਆ ਕੱਲਾ ਐਸਟੀਆਂ ਵਾਸਤੇ ਇੱਕ ਤਰ੍ਹਾਂ ਨਾਲ ਅਲੱਗ ਬਣ ਗਿਆ ਨੈਸ਼ਨਲ ਕਮਿਸ਼ਨ ਫੋਰ ਐਸਟੀ ਕਿਉਂਕਿ ਇੱਕ ਸੰਸਥਾ ਤਾਂ ਪਹਿਲਾਂ ਹੀ ਬਣੀ ਹੋਈ ਸੀਗੀ ਨੈਸ਼ਨਲ ਕਮਿਸ਼ਨ ਫੋਰ ਐਸਸੀ ਐਸਟੀ ਇਹ ਤਾਂ ਪਹਿਲਾਂ ਹੀ ਸੀਗੀ ਇਹਦੇ ਵਿੱਚੋਂ ਐਸਟੀਆਂ ਨੂੰ ਅਲੱਗ ਕਰਤਾ ਉਹ ਨੈਸ਼ਨਲ ਕਮਿਸ਼ਨ ਫੋਰ ਐਸਟੀ ਹੋ ਗਿਆ ਜਿਹੜੀ ਬਚੀ ਹੋਈ ਆ ਉਹ ਨੈਸ਼ਨਲ ਕਮਿਸ਼ਨ ਫੋਰ ਐਸਸੀ ਹੋ ਗਿਆ ਦੋ ਹੋ ਗਏ ਸਮਝੋ ਨਾ ਯਾਨੀ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਐਸਸੀ ਵਾਲਾ ਇਸ ਸੰਸ਼ੋਧਨ ਰਾਹੀਂ ਹੋ ਗਿਆ ਐਸਟੀ ਵਾਲਾ ਦੂਜੇ ਵਾਲਾ ਸੰਸ਼ੋਧਨ ਸੀਗਾ ਇਸ ਦੇ ਨਾਲ ਹੋ ਗਿਆ ਬਾਅਦ ਦੇ ਵਿੱਚ ਓਬੀਸੀ ਬਣੇ ਆ ਉਹ ਕੁਐਸਚਨ ਚ ਆਪਾਂ ਕਰ ਲਾਂਗੇ ਕਦੋਂ ਬਣੇ ਆ ਤੇ ਕਿਹੜੀ ਸੰਸ਼ੋਧਨ ਰਾਹੀਂ ਬਣਿਆ ਠੀਕ ਹੈ ਆਜੋ ਜੀ ਸੰਵਿਧਾਨ ਦੀ ਦੇਖੋ ਬਿਲਕੁਲ ਸਿੰਪਲ ਜਿਹਾ ਕੁਐਸਚਨ ਹੈ ਸੰਵਿਧਾਨ ਦੀ ਜਿਹੜੀ ਸਭ ਤੋਂ ਪਹਿਲੀ ਅਮੈਂਡਮੈਂਟ ਹੋਈ ਹੈ ਸੋਧਨ ਹੋਇਆ ਉਹ ਕਿਹੜੇ ਸਾਲ ਦੇ ਵਿੱਚ ਹੋਇਆ ਹੈ ਇਹ ਦੱਸੋ ਭਾਈ 10 ਕਮਿਸ਼ਨ ਏਅਰ ਕਰੋ ਜੀ ਏਅਰ ਇਹ ਕਿਹੜਾ ਕੁਐਸਚਨ ਹੈ ਆ ਗਿਆ ਸਾਰਿਆਂ ਦਾ ਦੇਖੋ ਦਾਸ ਕਮਿਸ਼ਨ ਜਾਂ ਜੋ ਵੀ ਹੈ ਸਾਹ ਕਮਿਸ਼ਨ ਇਹ ਕਰ ਲਾਂਗੇ ਹੁਣ ਅੱਜ ਦੇ ਮਤਲਬ ਪਤਾ ਹੈ ਕਿ ਜਿਹੜੇ ਪੁਰਾਣੇ ਟੋਪਿਕ ਆ ਉਹਨਾਂ ਨੂੰ ਵਿੱਚ ਨਾ ਲਿਆਇਆ ਕਰੋ ਡਾਊਟ ਹੈ ਨਾ ਤਾਂ ਵੀਡੀਓ ਦੇ ਥੱਲੇ ਮਤਲਬ ਕਮੈਂਟ ਵਗੈਰਾ ਕਰ ਦਿਆ ਕਰੋ ਕਿ ਹਾਂ ਸਰ ਇਸ ਕੁਐਸਚਨ 'ਚ ਡਾਊਟ ਆ ਇਹਨੂੰ ਮੈਂ ਫਿਰ ਹੋਰ ਤਰੀਕੇ ਦੇ ਨਾਲ ਨੈਕਸਟ ਵੀਡੀਓਜ਼ ਦੇ ਵਿੱਚ ਕਵਰ ਕਰ ਦੂੰਗਾ ਠੀਕ ਹੈ ਕਿਉਂਕਿ ਆਪਣੇ ਕੋਲ ਟਾਈਮ ਲਿਮਟਿਡ ਹੁੰਦਾ ਹੈ ਆਪਾਂ ਮਤਲਬ ਗੱਲਾਂ ਬਾਤਾਂ ਨਹੀਂ ਕਰ ਸਕਦੇ ਨੋਰਮਲ ਜੀ ਗੱਲ ਹੈ ਹਾਂਜੀ ਤਾਂ ਪਹਿਲਾ ਸੰਸ਼ੋਧਨ ਕਦੋਂ ਹੋਇਆ 1955 ਠੀਕ ਹੈ ਜੀ ਇਹ ਫਰਸਟ ਅਮੈਂਡਮੈਂਟ ਸੀਗੀ ਬਈ ਸੰਵਿਧਾਨ ਦੇ ਵਿੱਚ ਪਹਿਲਾ ਸੰ ਤੇ ਕੀ ਜੋੜਿਆ ਗਿਆ ਇਹ ਵੀ ਯਾਦ ਰੱਖਣਾ ਪਹਿਲੇ ਸੰਸ਼ੋਧਨ ਦੇ ਰਾਹੀਂ ਨੌਵੀਂ ਅਨੁਸੂਚੀ ਹੈ ਜਿਹੜੀ ਉਹ ਜੋੜੀ ਗਈ ਨਾਇਨਥ ਸ਼ੈਡਿਊਲ ਜੋੜਿਆ ਗਿਆ ਨੌਵੀਂ ਅਨੁਸੂਚੀ ਠੀਕ ਹੈ ਇਹਦੇ ਚ ਕੀ ਹੈ ਜਿੰਮੇਦਾਰੀ ਪ੍ਰਥਾ ਬਾਰੇ ਸਬੰਧਤ ਕੁਝ ਕਾਨੂੰਨ ਹੈ ਜਾਂ ਫਿਰ ਲੈਂਡ ਰਿਫਾਰਮਸ ਬਾਰੇ ਜ਼ਮੀਨੀ ਸੁਧਾਰ ਬਾਰੇ ਲੈਂਡ ਰਿਫਾਰਮਸ ਬਾਰੇ ਕੁਝ ਕਾਨੂੰਨ ਹੈ ਲੈਂਡ ਰਿਫਾਰਮਸ ਬਾਰੇ ਠੀਕ ਹੈ ਨਾ ਜਮਿਨੀ ਸੁਧਾਰ ਬਾਰੇ ਤੇ ਇਸ ਸੂਚੀ ਦੇ ਵਿੱਚ ਕੀ ਹੈ ਇਹ ਸੂਚੀ ਨੂੰ ਬਲੈਕ ਸੂਚੀ ਵੀ ਕਿਹਾ ਜਾਂਦਾ ਹੈ ਬਲੈਕ ਸ਼ੈਡਿਊਲ ਵੀ ਕਿਹਾ ਜਾਂਦਾ ਹੈ ਠੀਕ ਹੈ ਨਾ ਬਲੈਕ ਕਾਲੀ ਸੂਚੀ ਕਿਉਂਕਿ ਇਹਦੇ ਚ ਪਹਿਲਾਂ ਕੀ ਸੀਗਾ ਹੁਣ ਨਹੀਂ ਹੈਗਾ ਪਹਿਲਾਂ ਸੀਗਾ ਕਿ ਇਹਦੇ ਚ ਮਤਲਬ ਸਰਕਾਰ ਕੋਈ ਕਾਨੂੰਨ ਬਣਾ ਕੇ ਨੋਮੀਅਨ ਸੂਚੀ ਚ ਪਾ ਦਿੰਦੇ ਸੀਗੇ ਤੇ ਉਹ ਨੋਮੀਅਨ ਸੂਚੀ ਨਾ ਫਿਰ ਜੁਡੀਸ਼ਰੀ ਦੇ ਦਾਇਰੇ ਤੋਂ ਬਾਹਰ ਰਹਿੰਦੀ ਸੀਗੀ ਠੀਕ ਹੈ ਨਾ ਚਲੋ ਛੇਡ ਲਈ ਕੀ ਕਿਹੜੀ ਸੋਧਾਂ ਤਹਿਤ ਸਿੱਖਿਆ ਨੂੰ ਮੌਲਿਕ ਅਧਿਕਾਰ ਬਣਾਇਆ ਗਿਆ ਸਿੱਖਿਆ ਮੌਲਿਕ ਅਧਿਕਾਰ ਹੈ ਜੀ ਠੀਕ ਹੈ ਨਾ ਇਹ ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਦਾ ਕੀ ਹੈ ਮੌਲਿਕ ਅਧਿਕਾਰ ਹੈ ਆਰਟੀਕਲ 21ਏ ਯਾਦ ਹੈ ਸਾਰਿਆਂ ਨੂੰ ਕਿ ਨਹੀਂ ਹੈ ਹਨਾ ਹਾਂ ਉਹ ਕਿਹੜੀ ਸੰਸ਼ੋਧਨ ਹੈ ਕਿਹੜੀ ਸੰਸ਼ੋਧਨ ਹੈ ਨਹੀਂ ਜੀ ਕਮੈਂਟ ਆਫ ਨਹੀਂ ਕਮੈਂਟ ਮੈਨੂੰ ਸਾਰਿਆਂ ਦੇ ਆ ਰਹੇ ਆ ਕੋਈ ਚੱਕਰ ਨਹੀਂ ਪਰ ਮੈਂ ਬਸ ਇਕੱਲੇ ਇਕੱਲੇ ਕਮੈਂਟ ਦਾ ਰਿਪਲਾਈ ਨਹੀਂ ਕਰ ਸਕਦਾ ਉਹ ਇੱਕ ਇਸ਼ੂ ਹੈ ਜਸਤਜੀ ਜਿਹੜਾ ਦਾਸ ਕਮਿਸ਼ਨ ਹੈ ਪੰਜਾਬ ਐਂਡ ਹਰਿਆਣਾ ਵਾਲਾ ਜਿਹੜਾ ਸ਼ਾਹ ਕਮਿਸ਼ਨ ਹੈ ਮੈਂ ਉਹਨਾਂ ਨੂੰ ਕਵਰ ਕਰ ਦੂੰਗਾ ਟੈਨਸ਼ਨ ਨਾ ਲਓ ਪਿਛਲੀ ਵੀਡੀਓ ਦੇ ਵਿੱਚ ਵੀ ਕਵਰ ਕਰਿਆ ਅੱਗੇ ਵੀ ਕਰ ਦੂੰਗਾ ਕੋਈ ਇਸ਼ੂ ਨਹੀਂ ਠੀਕ ਹੈ ਆ ਗਿਆ ਸਾਰਿਆਂ ਦਾ ਹਾਂਜੀ 86ਵੀਂ ਸੰਸ਼ੋਧਨ 2002 86ਵੀਂ ਸੰਸ਼ੋਧਨ 2002 ਓਕੇ ਗਵਰਨਮੈਂਟ ਕੀ ਦੀ ਸੀਗੀ ਅਟਲ ਬਿਹਾਰੀ ਵਾਜਪਾਈ ਗਵਰਨਮੈਂਟ ਸੀਗੀ ਨੈਕਸਟ ਹੈ ਜੀ ਭਾਰਤੀ ਸੰਵਿਧਾਨ ਦੀ 17 ਜਿਹੜੀ ਹੈਗੀ ਆ 60 ਆਰਟੀਕਲ 60 ਅਨੁਛੇਦ 60 ਕਿਸ ਦਾ ਹਵਾਲਾ ਦਿੰਦੀ ਹੈ ਕੀ ਲਿਖਿਆ ਹੋਇਆ ਆ ਆਰਟੀਕਲ 60 ਦੇ ਵਿੱਚ ਦੱਸੋ ਜੀ ਵਾਈਸ ਪ੍ਰੈਜ਼ੀਡੈਂਟ ਆਰਟੀਕਲ 63 ਦੇ ਵਿੱਚ ਹੈ ਦੇਖੋ ਇੰਪੀਚਮੈਂਟ ਰਾਸ਼ਟਰਪਤੀ ਨੂੰ ਕੱਢਣ ਦਾ ਪ੍ਰੋਸੈਸ ਇਹ ਕਿਹੜਾ ਆਰਟੀਕਲ ਹੈ ਆਰਟੀਕਲ 61 ਹੈ ਨਾ ਠੀਕ ਹੈ ਓਥ ਆਫ ਦਾ ਪ੍ਰੈਜ਼ੀਡੈਂਟ ਇਹ ਕਿਹੜਾ ਆਰਟੀਕਲ ਹੈ ਇਹੀ ਤਾਂ ਹੈ 60 60 ਇਹੀ ਤਾਂ ਪੁੱਛਿਆ ਹਾਂ ਠੀਕ ਹੈ ਨਾ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਕਿਹੜਾ ਹੈ ਇਹ ਦੱਸੋ ਕਮੈਂਟ ਕਰਕੇ ਚਲੋ ਇਹ ਦੱਸੋ ਕਮੈਂਟ ਕਰਕੇ ਠੀਕ ਹੈ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਚਲੋ ਦੱਸੋ ਫਟਾਫਟ ਕਮੈਂਟ ਕਰਕੇ ਇੰਨੇ ਮੈਂ ਅਗਲੇ ਕੁਐਸਚਨ ਤੇ ਚੱਲਦਾ ਗੋਪਨੀਤਾ ਦਾ ਹਾਂ ਗੋਪਨੀਤਾ ਦਾ ਅਧਿਕਾਰ ਰਾਈਟ ਟੂ ਪ੍ਰਾਈਵੇਸੀ ਗੋਪਨੀਤਾ ਦਾ ਅਧਿਕਾਰ ਹੈ ਜਿਹੜਾ ਰਾਈਟ ਟੂ ਪ੍ਰਾਈਵੇਸੀ ਉਹ ਕਿਹੜੇ ਆਰਟੀਕਲ ਦੇ ਅੰਦਰ ਆਂਦਾ ਹੈ ਹਾਂਜੀ ਅੱਛਾ ਆ ਗਿਆ ਸਾਰਿਆਂ ਦਾ 54 ਠੀਕ ਹੈ ਜੀ ਜਿਹੜੇ ਬੱਚੇ ਨੂੰ ਨਹੀਂ ਪਤਾ ਇਹ 54 ਹੈ ਜੀ ਇਲੈਕਸ਼ਨ ਆਫ ਪ੍ਰੈਜ਼ੀਡੈਂਟ 54 ਠੀਕ ਹੈ ਫਿਰ ਗੁੱਸਾ ਕਿਉਂ ਕਰ ਰਹੇ ਹੋ ਪੱਕਾ ਚਰੰਜਈ ਹੈ ਨਾ ਹਾਂਜੀ ਗੋਪਨੀਯਤਾ ਦਾ ਅਧਿਕਾਰ ਇਹ ਦੱਸੋ ਫਟਾਫਟ 21 ਠੀਕ ਹੈ ਹੋਰ ਦੱਸੋ ਕਰਨ ਸੈਣੀ ਤੋਂ ਇਲਾਵਾ ਜੀ ਕੋਈ ਹੋਰ ਦੱਸੋ 20 ਅੱਛਾ ਕਈਆਂ ਦਾ 20 ਵੀ ਆਇਆ ਆਨਸਰ ਠੀਕ ਹੈ ਹੋਰ 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 ਜਿਆ ਤਰੀਕੀ ਹੈ ਦੇਖੋ ਰਾਈਟ ਟੂ ਪ੍ਰਾਈਵੇਸੀ ਹੈ ਜਿਹੜੀ ਰਾਈਟ ਟੂ ਲਾਈਫ ਵਾਲਾ ਜਿਹੜਾ ਆਰਟੀਕਲ ਹੈ ਨਾ ਰਾਈਟ ਟੂ ਲਾਈਫ ਵਾਲਾ ਆਰਟੀਕਲ ਹੈ ਉਹਦੇ ਅੰਦਰ ਹੀ ਕਵਰ ਹੁੰਦੀ ਹੈ ਰਾਈਟ ਟੂ ਪ੍ਰਾਈਵੇਸੀ ਠੀਕ ਹੈ ਰਾਈਟ ਟੂ ਲਾਈਫ ਆਰਟੀਕਲ 21 ਹੈ ਜਿਉਣ ਦਾ ਅਧਿਕਾਰ ਤੇ ਜਿਉਣ ਦੇ ਅਧਿਕਾਰ ਵਾਸਤੇ ਪ੍ਰਾਈਵੇਸੀ ਵੀ ਜ਼ਰੂਰੀ ਹੈ ਜੀਉਣ ਨੂੰ ਵਾਸਤੇ ਪ੍ਰਾਈਵੇਸੀ ਵੀ ਜ਼ਰੂਰੀ ਹੈ ਖਾਣ ਦਾ ਅਧਿਕਾਰ ਇਹ ਵੀ 21 ਚ ਆ ਜਾਊਗਾ ਠੀਕ ਹੈ ਨਾ ਖਾਣ ਪੀਣ ਦਾ ਅਧਿਕਾਰ ਸੌਣ ਦਾ ਅਧਿਕਾਰ ਹਣਾ ਪ੍ਰਾਈਵੇਸੀ ਦਾ ਅਧਿਕਾਰ ਸਾਰਾ ਆਰਟੀਕਲ 21 ਚ ਕਵਰ ਹੁੰਦਾ ਕਿਉਂਕਿ ਜੀਣ ਵਾਸਤੇ ਇਹ ਜ਼ਰੂਰੀਆਂ ਚੀਜ਼ਾਂ ਠੀਕ ਹੈ ਨਾ ਤਾਂ ਰਾਈਟ ਟੂ ਪ੍ਰਾਈਵੇਸੀ ਰਾਈਟ ਟੂ ਲਾਈਫ ਇਹ ਆਰਟੀਕਲ 21 ਹੀ ਹੈਗਾ ਚਲੋ ਅੱਗੇ ਆਓ ਹਾਂਜੀ ਚਾਰ ਉੱਤਰੀ ਪੂਰਬੀ ਰਾਜ ਆਪਣੇ ਹੈਗੇ ਆ ਬਈ ਚਾਰ ਨਾਰਥ ਈਸਟ ਦੀ ਸਟੇਟਾਂ ਐ ਆਪਣੀ ਕਿਹੜੀ ਕਿਹੜੀ ਇੱਕ ਅਸਾਮ ਹੋ ਗਿਆ ਇੱਕ ਮਿਗਾਲਿਆ ਹੋ ਗਿਆ ਇੱਕ ਤ੍ਰਿਪੁਰਾ ਹੋ ਗਿਆ ਤੇ ਇੱਕ ਮਿਜ਼ੋਰਮ ਹੋ ਗਿਆ ਪਤਾ ਸਾਰਿਆਂ ਨੂੰ ਨਾਰਥ ਈਸਟ ਇਸ ਇਲਾਕੇ ਨੂੰ ਆਪਾਂ ਬੋਲਦੇ ਆ ਨਾ ਪਤਾ ਨਹੀਂ ਕਈਆਂ ਨੇ ਜਿਓਗ੍ਰਾਫੀ ਵੀ ਪੜ੍ਹੀ ਐ ਕਿ ਨਹੀਂ ਪੜ੍ਹੀ ਐ ਇਹ ਨਾਰਥ ਈਸਟ ਦਾ ਇਲਾਕਾ ਆਪਣਾ ਇੱਥੇ ਆਪਣੀ ਚਾਰ ਸਟੇਟਾਂ ਹੈਗੀਆਂ ਆਸਾਮ ਹੈ ਆਸਾਮ ਦੇ ਥੱਲੇ ਇਹ ਮੇਘਾਲਿਆ ਆ ਗਿਆ ਜੀ ਇਹ ਤ੍ਰਿਪੁਰਾ ਆ ਗਿਆ ਤੇ ਇੱਕ ਮਿਜ਼ੋਰਮ ਆ ਗਿਆ ਠੀਕ ਹੈ ਇਹਨਾਂ ਦੇ ਜਿਹੜੇ ਕਬਿਲੀਾਈ ਖੇਤਰ ਹੈਗੇ ਆ ਮਤਲਬ ਐਸਟੀਆ ਵਾਲੇ ਜਿਹੜਾ ਏਰੀਆ ਜਿੱਥੇ ਆਦੀਵਾਸੀ ਭਾਈਚਾਰੇ ਦੇ ਲੋਕ ਰਹਿੰਦੇ ਆ ਐਸਟੀ ਲੋਕ ਰਹਿੰਦੇ ਆ ਉਹਨਾਂ ਦੇ ਪ੍ਰਸ਼ਾਸਨ ਦੇ ਲਈ ਉਹਨਾਂ ਦੇ ਪ੍ਰਸ਼ਾਸਨ ਦੇ ਲਈ ਉਹਨਾਂ ਦੇ ਪ੍ਰਸ਼ਾਸਨ ਦੇ ਲਈ ਹੇਠ ਲਿਖੀ ਕਿਹੜੀ ਸੂਚੀਆਂ ਵਿੱਚੋਂ ਵਿਵਸਥਾ ਦੇਈ ਗਈ ਹੈ ਸਪੈਸ਼ਲ ਸਪੈਸ਼ਲ ਵਿਵਸਥਾ ਕਰੀ ਗਈ ਹੈ ਉਹਨਾਂ ਦੇ ਇਲਾਕੇ ਦੇ ਪ੍ਰਸ਼ਾਸਨ ਵਾਸਤੇ ਕਿ ਇਹਨਾਂ ਦੇ ਇਹ ਚਾਰ ਸਟੇਟਾਂ ਦੇ ਕਿਹੜੀ ਅਨੁਸੂਚੀ ਹੈ ਆਗੇ ਸਾਰਿਆਂ ਦਾ ਵੈਰੀ ਗੁੱਡ 6ਵੀਂ ਅਨੁਸੂਚੀ ਹੈ ਕਿੱਥੇ 6ਵੀਂ ਅਨੁਸੂਚੀ ਇਹ ਹੈਗੀ ਹੈ 6ਵੀਂ ਅਨੁਸੂਚੀ ਦੇ ਵਿੱਚ ਐ ਬਈ ਚਾਰ ਸਟੇਟਾਂ ਯਾਦ ਰੱਖਣੇ ਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਬਹੁਤ ਹੀ ਜ਼ਿਆਦਾ ਇਸ ਕੁਐਸਚਨ ਨੂੰ ਕਿਸੇ ਵੀ ਤਰ੍ਹਾਂ ਕਮਾ ਕੇ ਪੁੱਛ ਲੈਂਦੇ ਆ ਕਈ ਵਾਰ ਕੁਐਸਚਨ ਆ ਜਾਂਦਾ ਕਿ 6ਵੀਂ ਅਨੁਸੂਚੀ ਵਿੱਚ ਕਿਹੜੀ ਕਿਹੜੀ ਚਾਰ ਸਟੇਟਾਂ ਹੈਗੀਆਂ ਤਾਂ ਚਾਰ ਆਪਸ਼ਨ ਤੁਹਾਨੂੰ ਦੇਵੇ ਆ ਠੀਕ ਹੈ ਇਹਨਾਂ ਚੋਂ ਪਛਾਣਨਾ ਹੁੰਦਾ ਤਾਂ ਯਾਦ ਰੱਖਣਾ ਹੈ ਅਸਾਮ ਮੇਘਾਲਿਆ ਤ੍ਰਿਪੁਰਾ ਮਿਜ਼ੋਰਮ ਬਿਲਕੁਲ ਜੇ ਤੁਹਾਨੂੰ ਨਕਸ਼ਾ ਯਾਦ ਹੈ ਤਾਂ ਤੁਸੀਂ ਬਿਲਕੁਲ ਆਰਡਰ ਚ ਕਰ ਲਓਗੇ ਅਸਾਮ ਅਸਾਮ ਦੇ ਥੱਲੇ ਮੇਘਾਲਿਆ ਮੇਘਾਲਿਆ ਦੇ ਥੱਲੇ ਇੰਡੀਆ ਦੇ ਵਿੱਚ ਤ੍ਰਿਪੁਰਾ ਆ ਜਾਂਦਾ ਹੈ ਤੇ ਤ੍ਰਿਪੁਰਾ ਤੋਂ ਅੱਗੇ نیچے ਥੱਲੇ ਮਿਜ਼ੋਰਮ ਆ ਜਾਂਦਾ ਹੈ ਠੀਕ ਹੈ ਓਕੇ ਤਾਂ ਇਹ ਚਾਰ ਸਟੇਟਾਂ ਵੀ ਯਾਦ ਰੱਖਣੀ ਹੈ ਕੁਐਸਚਨ ਉਲਟਾ ਵੀ ਪੁੱਛ ਲੈਂਦੇ ਕਿ ਛੇਵੀਂ ਸੂਚੀ ਦੇ ਵਿੱਚ ਕੌਣ-ਕੌਣ ਹੈ ਕੌਣ-ਕੌਣ ਨਹੀਂ ਹੈ ਇਹਨਾਂ ਦੇ ਜਿਹੜੇ ਐਸਟੀਪਾਈ ਚਾਰੇ ਦੇ ਏਰੀਏ ਦੇ ਹੈਗੇ ਆ ਉਹਨਾਂ ਵਾਸਤੇ ਵਿਸ਼ੇਸ਼ਲ ਵਿਸ਼ੇਸ਼ ਪ੍ਰਬ ਠੀਕ ਹੈ イヤਸ ਆਫ 올ਡ ਪ੍ਰੀਮੀਅਮ ਇਹ ਬਹੁਤ ਪੁਰਾਣਾ ਹੋ ਗਿਆ ਇਹ ਟ੍ਰਿਕ ਬਹੁਤ ਪੁਰਾਣੀ ਹੋਗੀ ਕਿ ਜਿਹੜੀ ਆਪਣੀ 12 ਅਨੁਸੂਚੀਆਂ ਹੈਗੀਆਂ ਉਹਨਾਂ ਨੂੰ ਆਪਾਂ ਯਾਦ ਕਰਾਂਗੇ ਟ੍ਰਿਕ ਵਾਈਜ਼ ਨਹੀਂ ਤੁਸੀਂ ਬਕਾਇਦਾ ਡਿਟੇਲ ਵਾਈਜ਼ ਯਾਦ ਕਰੋ ਇਹ ਯਾਦ ਕਰਕੇ ਕੀ ਕਰੋਗੇ ਕਿ ਹਾਂ ਪਹਿਲੀ ਅਨੁਸੂਚੀ ਦੇ ਵਿੱਚ ਯੂਨੀਅਨ ਐਂਡ ਟੈਰੀਟਰੀਜ਼ ਹੈਗੀਆਂ ਜੀ ਠੀਕ ਹੈ ਨਾ ਲਿਸਟ ਹੈ ਸੈਕੰਡ ਅਨੁਸੂਚੀ ਦੇ ਵਿੱਚ ਇਹ ਹੈ ਥਰਡ 'ਚ ਇਹ ਹੈ ਤੁਸੀਂ ਡਿਟੇਲ ਦੇ ਵਿੱਚ ਯਾਦ ਕਰੋ 12 ਦੀ 12 ਅਨੁਸੂਚੀਆਂ ਕੱਲੀ-ਕੱਲੀ ਦੇ ਵਿੱਚ ਕੀ ਕੀ ਡਿਟੇਲ ਹੈ ਠੀਕ ਹੈ ਨਾ ਫਿਰ ਆਟੋਮੈਟਿਕਲੀ ਯਾਦ ਹੋ ਜਾਏਗਾ ਐਦਾਂ ਰੱਟਾ ਮਾਰਨ ਦਾ ਕੀ ਫਾਇਦਾ ਨੈਕਸਟ ਆਓ ਜੀ ਰਾਜ ਸਭਾ ਲਈ ਨਾਮਜਦ ਪਹਿਲੀ ਮਹਿਲਾ ਫਿਲਮ ਸਟਾਰ ਕਿਹੜੀ ਸੀਗੀ ਬਈ ਤੁਹਾਨੂੰ ਪਤਾ ਹੈ ਰਾਜ ਸਭਾ ਦੇ ਵਿੱਚ ਨਾਮਜਦ ਕਰ ਸਕਦੇ ਆ ਜੀ ਯਾਨੀ ਕਿ ਨੋਮੀਨੇਟ ਕਰ ਸਕਦੇ ਆ ਕਿੰਨੇ ਬੰਦੇ 12 ਬੰਦੇ ਰਾਸ਼ਟਰਪਤੀ ਕਰ ਸਕਦਾ 12 ਬੰਦੇ ਆਰਟ ਵਾਲੀ ਫੀਲਡ ਤੋਂ ਕਰ ਸਕਦਾ ਠੀਕ ਹੈ ਪਤਾ ਸਾਰਿਆਂ ਨੂੰ ਹੋਰ ਆਪਣਾ ਸੋਸ਼ਲ ਸਰਵਿਸ ਵਾਲੀ ਫੀਲਡ ਹੋਗੀ ਜਿਹੜੀ ਉਹ ਲਿਟਰੇਚਰ ਹੋ ਗਿਆ ਜੀ ਉਹ ਵਾਲੀ ਫੀਲਡ ਹੋਗੀ ਤੇ ਇੱਕ ਹੋਰ ਕਿਹੜੀ ਹੈ ਸੋਸ਼ਲ ਸਰਵਿਸ ਹੋ ਗਿਆ ਲਿਟਰੇਚਰ ਹੋ ਗਿਆ ਜੀ ਆਰਟ ਹੋ ਗਿਆ ਹੋਰ ਕਿਹੜੀ ਹੈ ਸਾਇੰਸ ਹੋਗੀ ਠੀਕ ਹੈ ਸਾਇੰਸ ਵਾਲੀ ਫੀਲਡ ਹੋਗੀ ਇਹਨਾਂ ਚਾਰ ਫੀਲਡ ਤੋਂ ਕਰ ਸਕਦਾ ਤਾਂ ਫਿਰ ਬਈ ਆਰਟ ਵਾਲੀ ਫੀਲਡ ਤੋਂ ਨਰਗਿਸ দত্ত ਨਰਗਿਸ দত্ত ਵਾਈਫ ਆਫ ਸੁਨੀਲ দত্ত ਹਨਾ ਸੁਨੀਲ দত্ত ਇਹਨਾਂ ਦਾ ਮੁੰਡਾ ਕੌਣ ਹੈ ਸੰਜੇ দত্ত ਹੋਈ ਹੈ ਨਾ ਹੋਈ ਹੈ ਚਲੋ ਜੀ ਨੈਕਸਟ ਆਓ ਪ੍ਰਭੂ ਸੱਤਾ ਬਹੁਲਵਾਦੀ ਸਿਧਾਂਤ ਡੈਸ਼ ਦੀ ਮਹੱਤਤਾ ਤੇ ਜ਼ੋਰ ਦਿੰਦਾ ਹੈ ਪਰ ਉਹ ਸੱਤਾ ਬਹੁਲਵਾਦੀ ਸਿਧਾਂਤ ਹੈ ਜਿਹੜਾ ਇਹ ਕਿਦੀ ਮਹੱਤਤਾ ਤੇ ਜ਼ੋਰ ਦਿੰਦਾ ਮਤਲਬ ਇਹ ਜਿਹੜਾ ਸਿਧਾਂਤ ਹੈ ਹਾਂਜੀ ਚਲੋ ਛੱਡੋ ਉਸ ਨੂੰ ਨਰਗੀਸ দত্ত ਨੂੰ ਨੈਕਸਟ ਕੁਐਸਚਨ ਤੇ ਆਜੋ ਫਟਾਫਟ ਠੀਕ ਹੈ ਪ੍ਰਭੂ ਸੱਤਾ ਬਹੁਲਵਾਦੀ ਸਿਧਾਂਤ ਜਿਹੜਾ ਹੈਗਾ ਆ ਇੱਕ ਮਿੰਟ ਹੂੰ ਠੀਕ ਹੈ ਹਨਾ ਗਰਮੀਆਂ ਆ ਗਈਆਂ ਹੁਣ ਐਸੋਸੀਏਸ਼ਨ ਯਾਨੀ ਸੰਗ ਠੀਕ ਹੈ ਜੀ ਸੰਗ ਯਾਨੀ ਇਕੱਠ ਤੇ ਠੀਕ ਹੈ ਨਾ ਪ੍ਰਭੂ ਸੱਤਾ ਬहुलवादी ਸਿਧਾਂਤ ਹੈ ਜਿਹੜਾ ਉਹ ਸੰਗਠਨ ਯਾਨੀ ਸੰਗ ਜਿਹੜੇ ਹੈਗੇ ਐਸੋਸੀਏਸ਼ਨ ਉਹਨਾਂ ਦੇ ਮਹੱਤਵ ਅਤੇ ਜ਼ੋਰ ਦਿੰਦਾ ਕਿ ਇਹਨਾਂ ਦੀ ਇੰਪੋਰਟੈਂਸ ਜ਼ਿਆਦਾ ਹੁੰਦੀ ਹੈ ਬਸ ਇਹਨਾਂ ਯਾਦ ਰੱਖਣਾ ਇਹਦੇ ਬਾਰੇ ਫालतੂ ਪੰਗੇ ਚ ਨਹੀਂ ਪੈਣਾ ਠੀਕ ਹੈ ਚਲੋ ਨੈਕਸਟ ਆਓ ਰਾਸ਼ਟਰੀ ਚਿੰਨ੍ਹ ਜਿਹੜਾ ਹੈਗਾ ਵੀ ਆਪਣਾ ਇਹ ਰਾਸ਼ਟਰੀ ਚਿੰਨ੍ਹ ਨੈਸ਼ਨਲ ਐਮਬਲਮ ਇਹਦੇ ਚ ਜੋ ਸਤਿਏਮੇਵ ਜਯਤੇ ਸ਼ਬਦ ਲਿਖਿਆ ਹੋਇਆ ਦੇਖੋ ਇਹ ਕੁਐਸਚਨ ਬੜਾ ਹੀ ਸਿੰਪਲ ਹੈ ਤੇ ਮਤਲਬ ਬਹੁਤ ਹੀ ਬੇਸਿਕ ਕੁਐਸਚਨ ਹੈ ਮੈਨੂੰ ਉਮੀਦ ਹੈ ਕਿ ਕਿਸੇ ਦਾ ਵੀ ਗਲਤ ਨਹੀਂ ਹੋਏਗਾ ਇਹ ਕੁਐਸਚਨ ਇਹ ਆਪਾਂ ਨੇ ਕਿੱਥੋਂ ਲਿਆ ਠੀਕ ਹੈ ਨਾ ਕਿਹੜੀ ਇਤਿਹਾਸਿਕ ਰਚਨਾ ਤੋਂ ਲਿਆ ਆਪਾਂ ਨੇ ਇਹ ਵਰਡ ਸਤਿਏਮੇਵ ਜਯਤੇ ਮਤਲਬ ਜਿਹਦਾ ਮਤਲਬ ਹੁੰਦਾ ਹੈ ਕਿ ਜਿਹੜਾ ਸੱਚ ਹੈ ਸਤ ਹੈ ਨਾ ਉਹਦੀ ਹਮੇਸ਼ਾ ਜਿੱਤ ਹੁੰਦੀ ਹੈ ਠੀਕ ਹੈ ਨਾ ਨਹੀਂ ਜਿਵੇਂ ਆਰ ਸਸ ਸੰਗ ਉਹ ਮਤਲਬ ਨਹੀਂ ਹੁੰਦਾ ਸੰਗ ਦਾ ਠੀਕ ਹੈ ਸੰਗ ਉਹਨੂੰ ਆਪਾਂ ਉਦਾਂ ਹੀ ਬੋਲ ਦਿੰਦੇ ਆ ਸੰਗ ਰਾਸ਼ਟਰੀ ਸਾਊਮ ਸੇਵਕ ਸੰਗ ਸੰਗ ਲੱਗਿਆ ਹੋਇਆ ਉਸ ਵੱਡ ਦੇ ਪਿੱਛੇ ਤਾਂ ਕਰਕੇ ਉਹਨੂੰ ਆਪਾਂ ਬਸ ਛੋੜ ਦੇ ਵਿੱਚ ਸੰਗ ਬੋਲ ਲੈਂਦੇ ਆ ਸੰਗ ਦਾ ਮਤਲਬ ਹੈ ਕੋਈ ਯੂਨੀਅਨ ਕੋਈ ਇਕੱਠ ਸੰਗ ਤਾਂ ਬਹੁਤ سارے ਹੁੰਦੇ ਆ ਸਮਝਿਓ ਨਾ ਗੱਲ ਆਰਐਸਐਸ ਦਾ ਨਹੀਂ ਮਤਲਬ ਆਰਐਸਐਸ ਤਾਂ ਰਜਿਸਟਰਡ ਵੀ ਨਹੀਂ ਹੈਗੀ ਠੀਕ ਹੈ ਨਾ ਹਾਂ ਈ ਸਾਰਿਆਂ ਦਾ ਵੈਰੀ ਗੁੱਡ ਬਈ ਕੋਈ ਇਹੋ ਜਿਹਾ ਤਾਂ ਨਹੀਂ ਜਿਹਨੇ ਗਲਤ ਗਾਇਆ ਹੋਵੇ ਠੀਕ ਹੈ ਓਕੇ ਮੁੰਡੇ ਕੋ ਉਪਨਿਸ਼ਦ ਬਈ ਠੀਕ ਹੈ ਉਪਨਿਸ਼ਦ ਇੱਕ ਤਰ੍ਹਾਂ ਦੇ ਧਾਰਮਿਕ ਗ੍ਰੰਥ ਹੁੰਦੇ ਆ ਜਿਵੇਂ ਤੁਸੀਂ ਸੁਣਿਆ ਹੋਣਾ ਕਿ ਵੇਦ ਹੁੰਦੇ ਆ ਹਨਾ ਪੁਰਾਣ ਹੁੰਦੇ ਆ ਇਦਾਂ ਹੀ ਉਪਨਿਸ਼ਦ ਵੀ ਹੁੰਦੇ ਆ ਠੀਕ ਹੈ ਵੇਦ ਚਾਰ ਹੁੰਦੇ ਆ ਕੋਈ ਦੱਸੇਗਾ ਉਪਨਿਸ਼ਦ ਕਿੰਨੇ ਆ ਟੋਟਲ ਵੇਦ ਤਾਂ ਸਾਰਿਆਂ ਨੂੰ ਪਤਾ ਹੈ ਕਿ ਚਾਰ ਵੇਦ ਆ ਉਪਨਿਸ਼ਦ ਕਿੰਨੇ ਆ ਕੋਈ ਦੱਸੇਗਾ ਕਮੈਂਟ ਕਰਕੇ ਉਪਨਿਸ਼ਦ ਕਿੰਨੇ ਆ ਬਈ ਕਿਸੇ ਨੇ ਹਿਸਟਰੀ ਪੜ੍ਹੀ ਹੋਵੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕੀ ਹੁੰਦਾ ਜਿਨੇ ਨੋਰਮਲ ਜੀ ਗੱਲ ਹੈ ਬੇਸਿਕ ਜਿਵੇਂ ਪੜਿਆ ਹੋਵੇ ਉਹਨੂੰ ਵੀ ਪਤਾ ਹੁੰਦਾ ਹੈ ਕਿ ਉਪਨਿਸ਼ਦ ਕਿੰਨੇ ਆ ਦੇਖਦੇ ਆ ਸਭ ਤੋਂ ਪਹਿਲਾ ਕਮ ਉਪਨਿਸ਼ਦ ਦੱਸੋ ਬਾਈ ਫਟਾਫਟ ਫਟਾਫਟ ਆਇਆ ਨਹੀਂ ਕਿਸੇ ਦਾ ਕਮੈਂਟ ਪੰਜੂ ਉਪਨਿਸ਼ਦ ਕਿੱਥੇ ਆ 18 ਵੀ ਨਹੀਂ ਹੈਗੇ 108 ਇਹ ਕਿਹਦਾ ਆ ਲਵ ਮੋਹਲ ਲਵ ਓਕੇ ਬੜਾ ਡਿਫਰੈਂਟ ਨਾਮ ਹੈ ਠੀਕ ਹੈ ਜੀ 108 ਉਪਨਿਸ਼ਦ ਹੈਗੇ ਆ ਠੀਕ ਹੈ ਯਾਦ ਰੱਖਣਾ ਇਹ ਕੁਐਸਚਨ ਆਉਂਦਾ ਹੈ ਪੇਪਰਾਂ ਦੇ ਵਿੱਚ ਚਲੋ ਬਾਕੀ ਕੁਝ ਹੋਰ ਪੁਆਇੰਟ ਦੇਖ ਲੈਂਦੇ ਆਂ ਬਈ ਜਿਵੇਂ ਇਹ ਆਪਣਾ ਨੈਸ਼ਨਲ ਐਂਬਲਮ ਹੈ ਕਿੱਥੋਂ ਲਿਆ ਆਪਾਂ ਨੇ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਜਗ੍ਹਾ ਹੈ ਜੀ ਬਨਾਰਸ ਬਨਾਰਸ ਦੇ ਨੇੜੇ ਹੀ ਇੱਕ ਜਗ੍ਹਾ ਹੈ ਸਾਰਨਾਥ ਇਹ ਉਹ ਜਗ੍ਹਾ ਹੈਗੀ ਹੈ ਸਾਰਨਾਥ ਇੱਥੇ ਕਿਹਾ ਜਾਂਦਾ ਹੈ ਕਿ ਗੋਤਮ ਬੁੱਧ ਨੇ ਹਨਾ ਭਗਵਾਨ ਬੁੱਧ ਨੇ ਆਪਣਾ ਪਹਿਲਾ ਜਿਹੜਾ ਉਪਦੇਸ਼ ਹੈ ਉਹ ਦਇਆ ਸੀਗਾ ਸਾਰਨਾਥ ਠੀਕ ਹੈ ਉੱਥੋਂ ਸਮਰਾਟ ਅਸ਼ੋਕ ਦਾ ਇੱਕ ਪਿੱਲਰ ਮਿਲਿਆ ਸਮਰਾਟ ਅਸ਼ੋਕ ਮੋਰੀਆ ਵੰਸ਼ ਦਾ ਤੀਜਾ ਰਾਜਾ ਠੀਕ ਹੈ ਇਹਦਾ ਇੱਕ ਪਿੱਲਰ ਮਿਲਿਆ ਉਸ ਪਿੱਲਰ ਦੇ ਉੱਤੇ ਇਹ ਲੱਗਿਆ ਹੋਇਆ ਸੀਗਾ ਪੂਰਾ ਦਾ ਪੂਰਾ ਬਦਲੋ ਕਾਫੀ ਫੁੱਟ ਉੱਚਾ ਪਿੱਲਰ ਹੈ ਉਸ ਪਿੱਲਰ ਦੇ ਟੌਪ ਦੇ ਉੱਤੇ ਇਹ ਸੀਗਾ ਇਹ ਕਿਹਾ ਜਾਂਦਾ ਹੈ ਕਿ ਅਸ਼ੋਕ ਦਾ ਇਹ ਚਿੰਨ੍ਹ ਸੀਗਾ ਕਿਉਂਕਿ ਜ਼ਿਆਦਾਤਰ ਤੋਂ ਇਹੀ ਚੀਜ਼ੇ ਮਿਲੀ ਆਪਾਂ ਨੂੰ ਹਨਾ ਤਾਂ ਇੱਥੋਂ ਇਹ ਸਾਰਾ ਨੈਸ਼ਨਲ ਐਮਬਲਮ ਇੱਥੋਂ ਲਿਆ ਆਪਾਂ ਨੇ ਬਸ ਇਹ ਵਰਡ ਆਪਾਂ ਨੇ ਬਾਅਦ ਵਿੱਚ ਜੋੜਿਆ ਸੱਤੇ ਮੇਵ ਜੈਤੇ ਠੀਕ ਹੈ ਤੇ ਸੱਤੇ ਮੇਵ ਜੈਤੇ ਸ਼ਬਦ ਮੁੰਡਾ ਕੋਪ੍ਰਿਸ਼ਤ ਤੋਂ ਲਿਆ ਇਹ ਯਾਦ ਰੱਖਣਾ ਟੋਟਲ ਐਨੀਮਲ ਕਿੰਨੇ ਆ ਜੀ ਇਹ ਚਾਰ ਸ਼ੇਰ ਹੈਗੇ ਆ ਜਿਹੜੇ ਚਾਰੋਂ ਦਿਸ਼ਾਵਾਂ ਵੱਲ ਬੈਠੇ ਆ ਮੂੰਹ ਕਰਕੇ ਆਪਾਂ ਇੱਕ ਸਾਈਡ ਤੋਂ ਦੇਖਦੇ ਆ ਪਰ ਉਹ ਤਿੰਨੇ ਦਿਖਦੇ ਆ ਇੱਕ ਫਰੰਟ ਤੋਂ ਦੋ ਸਾਈਡਾਂ ਤੋਂ ਇੱਕ ਬੈਕ ਸਾਈਡ ਹੈ ਟੋਟਲ ਚਾਰ ਸ਼ੇਰ ਹੈ ਤਿੰਨ ਜਾਨਵਰ ਥੱਲੇ ਆ ਜੀ ਤਿੰਨ ਜਾਨਵਰ ਜਿਹੜੇ ਥੱਲੇ ਆ ਇੱਕ ਇਹ ਹੋ ਗਿਆ ਘੋੜਾ ਹੋ ਗਿਆ ਇੱਕ ਕਿਹੜਾ ਇਹ ਕਿਹੜਾ ਹੈ ਹਾਥੀ ਹੋ ਗਿਆ ਤੇ ਇਸ ਤੋਂ ਅੱਗੇ ਠੀਕ ਹੈ ਦੇਖੋ ਵਿੱਚ ਦੇ ਵਿੱਚ ਕੀ ਹੈ ਅਸ਼ੋਕ ਚੱਕਰ ਆ ਗਿਆ ਇਹ ਵੀ ਅਸ਼ੋਕ ਚੱਕਰ ਹੈ ਇੱਧਰ ਵੀ ਅਸ਼ੋਕ ਚੱਕਰ ਹੈ ਤੇ ਬੈਕ ਸਾਈਡ ਕਿਉਂਕਿ ਇਹ ਥੱਲੇੋਂ ਤੋਂ ਗੋਲ ਹੈ ਥੱਲੇੋਂ ਤੋਂ ਕੀ ਠੀਕ ਹੈ ਕਿਹੜੇ ਕਿਹੜੇ ਆ ਹોર્ਸ ਹੋ ਗਿਆ ਬੱਲ ਹੋ ਗਿਆ ਜੀ ਬੱਲ ਤੇ ਐਲੀਫੈਂਟ ਹੋ ਗਿਆ ਤੇ ਇੱਕ ਲੋਇਨ ਹੋ ਗਿਆ ਯਾਦ ਰੱਖਣ ਦੀ ਸਿੰਪਲ ਤਰੀਕਾ ਹੈ ਐਚ ਓ ਐਲ ਈ ਹોર્ਸ ਓ ਤੋਂ ਆਪਾਂ ਬੱਲ ਮੰਨ ਸਕਦੇ ਹਾਂ ਓਕਸ ਠੀਕ ਹੈ ਓਕਸ ਇਦਾਂ ਮਤਲਬ ਯਾਦ ਰੱਖ ਸਕਦੇ ਹੋ ਤੁਸੀਂ ਐਲ ਲੋਇਨ ਹੋ ਗਿਆ ਈ ਮਤਲਬ ਐਲੀਫੈਂਟ ਹੋ ਗਿਆ ਕਿਉਂਕਿ ਕਈ ਵਾਰ ਇਹ ਕੁਐਸਚਨ ਦੇਖਿਆ ਗਿਆ ਚਾਰ ਆਪਸ਼ਨ ਤੁਹਾਨੂੰ ਦੇਣਗੇ ਬਈ ਹોર્ਸ ਠੀਕ ਹੈ ਜੀ ਬੱਲ ਹોર્ਸ ਹੋ ਗਿਆ ਬੱਲ ਹੋ ਗਿਆ ਐਲੀਫੈਂਟ ਹੋ ਗਿਆ ਜਾਂ ਐਲੀਫੈਂਟ ਦੀ ਥਾਂ ਤੇ ਡੀਅਰ ਲਿਖ ਦੇਣਗੇ ਲਿਖ ਦੇਣਗੇ ਜੀ ਹਿਰਨ ਲੋਇੰਗ ਕਹਿ ਦੇਣਗੇ ਇਹਨਾਂ ਵਿੱਚੋਂ ਕਿਹੜਾ ਜਾਨਵਰ ਆਪਣੇ ਨੈਸ਼ਨਲ ਐਂਬਲਮ ਦੇ ਵਿੱਚ ਨਹੀਂ ਹੈ ਤਾਂ ਨੋਰਮਲ ਜੀ ਗੱਲ ਹੈ ਹੋਲ ਆਪਾਂ ਨੇ ਬਣਾਣਾ ਬਸ ਠੀਕ ਹੈ ਤੱਡੀਰ ਨਹੀਂ ਹੈ ਜੀ ਗੱਲ ਖਤਮ ਹੈ ਠੀਕ ਹੈ ਬਸ ਇਹ ਯਾਦ ਰੱਖਣਾ ਓਕੇ ਚਲੋ ਨੈਕਸਟ ਆਜੋ ਫਟਾਫਟ ਅੱਗੇ ਹਾਂਜੀ ਭਾਰਤ ਸਰਕਾਰ ਦੇ ਗੈਰ ਯੋਜਨਾਗਤ ਖਰਚੇ ਗੈਰ ਯੋਜਨਾਗਤ ਮਤਲਬ ਜਿਨ੍ਹਾਂ ਦੀ ਕੋਈ ਪਲੈਨਿੰਗ ਨਹੀਂ ਉਹਨਾਂ ਖਰਚਿਆਂ ਦੇ ਵਿੱਚੋਂ ਸਭ ਤੋਂ ਵੱਡਾ ਖਰਚਾ ਕਿਹੜਾ ਹੈ ਜਿਨ੍ਹਾਂ ਦੀ ਕੋਈ ਪਲੈਨਿੰਗ ਨਹੀਂ ਹੁੰਦੀ ਮਤਲਬ ਗੈਰ ਯੋਜਨਾਗਤ ਜਿਹੜੇ ਖਰਚੇ ਆ ਬਿਨਾ ਮਤਲਬ ਤੋਂ ਠੀਕ ਹੈ ਫਜ਼ੂਲ ਖਰਚੀ ਫਜ਼ੂਲ ਖਰਚੀ ਤੁਸੀਂ ਕਹਿ ਸਕਦੇ ਹੋ ਚਲੋ ਠੀਕ ਹੈ ਨਾ ਇਹ ਦੱਸਣਾ ਹੈ ਕਿ ਉਹਨਾਂ ਵਿੱਚੋਂ ਕਿਹੜਾ ਹੈ ਦੇਖਦੇ ਹਾਂ ਕਿਹਦਾ ਸਹੀ ਆਊਗਾ ਵਿਆਜ ਦਾ ਭੁਗਤਾਨ ਹੋ ਗਿਆ ਜੀ ਸਬਸਿਡੀਆਂ ਹੋ ਗਈ ਡਿਫੈਂਸ ਤੇ ਤਨਖਾਹਾਂ ਦੇ ਉੱਤੇ ਠੀਕ ਹੈ ਦੱਸੋ फटाफट ਸਿਮਰਨ ਦੀਪ ਜੀ ਦਾ ਆ ਗਿਆ ਇੱਕ ਗੁਰਪ੍ਰੀਤ ਦਾ ਏ ਏ ਏ ਸਪਸ਼ਟ ਠੀਕ ਹੈ ਸਾਰਿਆਂ ਦਾ ਆ ਗਿਆ ਤਿੰਨ ਨਹੀਂ ਕਈਆਂ ਦਾ ਤਿੰਨ ਵੀ ਆਇਆ ਹਰਜੀਤ ਸਿੰਘ ਜੀ ਦਾ ਨਹੀਂ ਡਿਫੈਂਸ ਤੇ ਡਿਫੈਂਸ ਨੂੰ ਤੁਸੀਂ ਕਿਦਾਂ ਮਤਲਬ ਗੈਰ ਯੋਜਨਾਗਤ ਬੋਲ ਸਕਦੇ ਹੋ ਡਿਫੈਂਸ ਤੇ ਤਾਂ ਪੂਰਾ ਪਲੈਨਿੰਗ ਕਰਕੇ ਆਂਦਾ ਹੈ ਸਾਰਾ ਕੁਝ ਠੀਕ ਹੈ ਨਾ ਤਾਂ ਇਹ ਜਿਹੜਾ ਆਪਾਂ ਨੂੰ ਵਿਆਜ ਦੇਣਾ ਪੈਂਦਾ ਹੈ ਨਾ ਜਿਹੜਾ ਆਪਾਂ ਨੇ ਲੋਨ ਲਈ ਹੋਏ ਆ ਫਿਰ ਉਹਦੇ ਤੇ ਵਿਆਜ ਤੇ ਵਿਆਜ ਲੱਗੀ ਜਾਂਦਾ ਹੈ ਉਹ ਵਿਆਜ ਜਿਹੜਾ ਪੇ ਕਰਨਾ ਹੈ ਨਾ ਉਹ ਬੜਾ ਦੁੱਖ ਦਿੰਦਾ ਭਾਈ ਪਤਾ ਹੈ ਨਾ ਹਾਂ बस ओही है त फिर आंसर ठीक है चलो फिर नेक्स्ट आओ ਸਾਡੇ ਰਾਸ਼ਟਰੀ ਝੰਡੇ ਵਿੱਚਕਾਰ ਜਿਹੜਾ ਧਰਮ ਚੱਕਰ ਹੈ ਉਹਦਾ ਰੰਗ ਕੀ ਹੈ ਦੇਖੋ ਬਿਲਕੁਲ ਨਿਆਣਾ ਵਾਲਾ ਕੁਐਸਚਨ ਹੈ ਆਪਾਂ ਨੂੰ ਪਤਾ ਹੈ ਨੇਵੀ ਬਲੂ ਹੈ ਜਿਹੜਾ ਅਸ਼ੋਕ ਚੱਕਰ ਹੈ ਉਸੇ ਨੂੰ ਆਪ ਧਰਮ ਚੱਕਰ ਬੋਲਦੇ ਆ ਝੰਡੇ ਦੇ ਵਿਚਕਾਰ ਜਿਹੜਾ ਨੇਵੀ ਬਲੂ ਕਲਰ ਹੈ ਉਹਦਾ ਧਰਮ ਚੱਕਰ ਦਾ ਠੀਕ ਹੈ ਚਲੋ ਅੱਗੇ ਆਓ ਇਸ ਬਾਰੇ ਆਪਾਂ ਕੁਝ ਪੁਆਇੰਟ ਹੋਰ ਦੇਖਦੇ ਹਾਂ ਝੰਡੇ ਬਾਰੇ ਠੀਕ ਹੈ ਇਹ ਆਪਣਾ ਝੰਡਾ ਹੋ ਗਿਆ ਜੀ ਰੰਗ ਕੇਸਰੀ ਵਾਈਟ ਨੇਵੀ ਬਲੂ ਗ੍ਰੀਨ ਜੰਡਾ ਦਾ ਡਿਜ਼ਾਈਨ ਕਿਹਨੇ ਬਣਾਇਆ ਤਾਂ ਆਂਧਰਾ ਪ੍ਰਦੇਸ਼ ਦਾ ਇੱਕ ਮਾਈਨ ਇੰਜੀਨੀਅਰ ਸੀਗਾ ਇਹ ਮਾਈਨ ਇੰਜੀਨੀਅਰ ਜਾਂ ਕਲਾ ਇੰਜੀਨੀਅਰ ਤੁਸੀਂ ਯਾਦ ਰੱਖ ਲਓ ਇੰਜੀਨੀਅਰ ਸੀਗਾ ਤਿੰਗਾਲੀ ਵੈਂਕੇਆ ਉਹਨਾਂ ਨੇ ਡਿਜ਼ਾਈਨ ਕਰਿਆ ਸੀਗਾ ਇਹ ਝੰਡਾ ਇਹ ਵੈਸੇ ਕਾਂਗਰਸ ਪਾਰਟੀ ਦਾ ਆਪਣਾ ਆਫੀਸ਼ੀਅਲ ਝੰਡਾ ਸੀਗਾ ਠੀਕ ਹੈ ਬਾਅਦ ਦੇ ਵਿੱਚ ਇਸੇ ਨੂੰ ਦੇਖਦਾ ਝੰਡਾ ਜਿਹੜਾ ਬਣਾਇਆ ਗਿਆ 1931 ਦੇ ਵਿੱਚ ਕਾਂਗਰਸ ਪਾਰਟੀ ਨੇ ਕਰਾਚੀ ਦੇ ਵਿੱਚ ਆਪਣਾ ਸੈਸ਼ਨ ਕਰਿਆ ਸੀਗਾ ਵੀ ਕਰਾਚੀ ਦੇ ਵਿੱਚ ਮੀਟਿੰਗ ਉਹਦੀ ਹੋਈ ਸੀ ਉਸ ਟਾਈਮ ਤਿਰੰਗੇ ਨੂੰ ਉਹਨਾਂ ਨੇ ਆਪਣੇ ਪਾਰਟੀ ਦੇ ਝੰਡੇ ਵੱਜੋਂ ਅਪਣਾਇਆ 1931 ਕਰਾਚੀ ਕੋਈ ਦੱਸੇਗਾ ਜਿਨੇ ਕਰਾਚੀ 1931 ਸੈਸ਼ਨ ਦੇ ਵਿੱਚ ਕਾਂਗਰਸ ਦਾ ਪ੍ਰੈਜ਼ੀਡੈਂਟ ਕੌਣ ਸੀਗਾ ਈ ਕੁਐਸਚਨ ਆ ਜਾਂਦਾ ਹੈ ਮਾਡਰਨ ਹਿਸਟਰੀ ਦਾ ਕੁਐਸਚਨ ਹੈ ਠੀਕ ਹੈ ਮਾਡਰਨ ਹਿਸਟਰੀ ਦਾ ਕੁਐਸਚਨ ਹੈ ਭਾਈ ਉਸ ਤੋਂ ਬਾਅਦ ਭਾਈ ਫਿਰ ਤਿਰੰਗੇ ਨੂੰ ਸੰਵਿਧਾਨ ਸਭਾ ਨੇ ਕਦੋਂ ਅਪਣਾਇਆ ਤਿਰੰਗੇ ਨੂੰ ਸੰਵਿਧਾਨ ਸਭਾ ਨੇ 22 ਜੁਲਾਈ 1947 ਨੂੰ ਕਿਹਾ ਕਿ ਇਹ ਜਿਹੜਾ ਤਿਰੰਗਾ ਹੈਗਾ ਇਹ ਆਪਣੇ ਦੇਸ਼ ਦਾ ਝੰਡਾ ਹੋਏਗਾ ਰਾਸ਼ਟਰੀ ਝੰਡੇ ਵਜੋਂ ਮਾਨਤਾ ਦਈਏ ਸੂਪਰ ਇੰਪੋਰਟੈਂਟ ਡੇਟਾ ਡਾਇਰੈਕਟ ਪੁੱਛੀ ਜਾਂਦੀ ਹੈ ਕਿ ਸੰਵਿਧਾਨ ਸਭਾ ਨੇ ਝੰਡੇ ਨੂੰ ਕਦ ਅਪਣਾਇਆ 22 ਜੁਲਾਈ 1947 ਠੀਕ ਹੈ ਪਹਿਲੀ ਵਾਰ ਝੰਡਾ ਕਦੋਂ ਲਹਿਰਾਇਆ ਗਿਆ ਨੈਸ਼ਨਲ 플ੈਗ ਤਾਂ ਜਦੋਂ ਆਪਣਾ ਦੇਸ਼ ਆਜ਼ਾਦ ਹੋ ਗਿਆ 14 ਅਗਸਤ ਨੂੰ ਪਾਕਿਸਤਾਨ ਬਣ ਗਿਆ ਫਿਰ ਜਿਹੜਾ ਬਚਿਆ ਉਹ ਇੰਡੀਆ ਹੋ ਗਿਆ ਤਾਂ 14 ਅਗਸਤ ਤੋਂ ਬਾਅਦ ਮਤਲਬ 14 ਅਗਸਤ ਦੀ ਮਿਡ ਨਾਈਟ ਯਾਨੀ 15 ਅਗਸਤ ਤੋਂ ਸ਼ੁਰੂ ਹੋਣੀ ਸੀਗੀ ਮਤਲਬ 14 ਦਾ ਦਿਨ ਢਲ ਗਿਆ ਅਗਲੇ ਦਿਨ 15 ਆਣੀਏ ਤਾਂ ਰਾਤ ਨੂੰ ਮਿਡ ਨਾਈਟ ਨੂੰ ਉਸ ਟਾਈਮ ਲਹਿਰਾਇਆ ਗਿਆ 14 ਅਗਸਤ 1947 ਹਾਂ ਇਹ ਕੁਐਸਚਨ ਬਹੁਤ ਇ ਠੀਕ ਹੈ ਝੰਡੇ ਦੀ ਦੇਖੋ ਭਈ ਇਹ ਝੰਡਾ ਹੈ ਨਾ ਇਹ ਝੰਡੇ ਦੀ ਹੋਗੀ ਲੈਂਥ ਇੱਥੋਂ ਲੈ ਕੇ ਇੱਥੋਂ ਤੱਕ ਇਹ ਝੰਡੇ ਦੀ ਕੀ ਹੋਗੀ ਲੰਬਾਈ ਹੋਗੀ ਇਹ ਝੰਡੇ ਦੀ ਹੋਗੀ ਚੌੜਾਈ ਇਹਨੂੰ ਮੈਂ ਇੱਕ ਵਾਰ ਅਰੀਜ਼ ਕਰਕੇ ਦੁਬਾਰਾ ਲਿਖਦਾ ਸਾਫ਼ ਠੀਕ ਹੈ ਇਹ ਦਾ ਝੰਡੇ ਦੀ ਹੋਗੀ ਲੈਂਥ ਲੰਬਾਈ ਠੀਕ ਹੈ ਤੇ ਇਹ ਹੋਗੀ ਝੰਡੇ ਦੀ ਚੌੜਾਈ ਵਿਡਥ ਤੇ ਵਿਡਥ ਅਤੇ ਲੰਬਾਈ ਦੇ ਵਿੱਚ ਰੇਸ਼ੋ ਪੁੱਛ ਲਈ ਜਾਂਦੀ ਹੈ ਤਾਂ ਲੈਂਥ 3 ਹੈ ਠੀਕ ਹੈ ਤੇ ਵਿਡਥ 2 ਹੈ ਦੋਹਾਂ ਦੇ ਵਿੱਚ ਘਾਟ ਰੇਸ਼ੋ ਹੈ ਜੇ ਲੈਂਥ 3 ਫੁੱਟ ਰੱਖੀ ਹੈ ਤਾਂ ਵਿਡਥ 2 ਫੁੱਟ ਜੇ ਲੈਂਥ 3 ਮੀਟਰ ਹੈ ਤਾਂ ਵਿਡਥ 2 ਮੀਟਰ ਠੀਕ ਹੈ ਤਾਂ ਯਾਦ ਰੱਖਣਾ ਹੈ ਲੈਂਥ ਹਮੇਸ਼ਾ ਲੰਬੀ ਹੁੰਦੀ ਹੈ ਤੇ 2 ਤੇ 3 ਦੇ ਵਿੱਚੋਂ ਲੰਬਾ ਯਾਨੀ ਵੱਡਾ ਕਿਹੜਾ ਹੈ 3 ਹੈ ਤਾਂ ਲੈਂਥ ਵੱਡੀ ਹੁੰਦੀ ਹੈ ਤਾਂ 3 ਆਊਗੀ ਵਿਡਥ 2 ਹੈ ਆਟੋਮੈਟਿਕਲੀ ਹੁਣ ਭਾਵੇਂ ਤੁਹਾਨੂੰ ਵਿਡਥ ਅਤੇ ਲੈਂਥ ਦਾ ਅਨੁਪਾਤ ਪੁੱਛਿਆ ਜਾਵੇ ਤਾਂ ਦੋਹਾਂ ਅਨੁਪਾਤ 3 ਹੋ ਗਿਆ ਠੀਕ ਹੈ ਜੇ ਲੈਂਥ ਤੇ ਵਿਡਥ ਦਾ ਅਨੁਪਾਤ ਪੁੱਛਿਆ ਜਾਵੇ ਤਾਂ 3 ਅਨੁਪਾਤ 2 ਹੋ ਗਿਆ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਬੱਚੇ ਗਲਤ ਕਰ ਦਿੰਦੇ ਆ ਪਤਾ ਹੋਣ ਦੇ باوجود ਵੀ ਠੀਕ ਹੈ ਯਾਦ ਰੱਖਣਾ ਹੈ ਕੁਐਸਚਨ ਨੂੰ ਦੇਖਣਾ ਹੈ ਉਹਨਾਂ ਨੇ ਕਿਹਦੇ ਨਾਲ ਕਿਹਦੀ ਰੇਸ਼ਿਓ ਪੁੱਛੀ ਹੈ ਲੈਂਥ ਅਤੇ ਵਿਡਥ ਦੀ ਪੁੱਛੀ ਹੈ ਤਾਂ ਲੈਂਥ 3 ਹੁੰਦੀ ਹੈ ਤਾਂ ਵਿਡਥ 2 ਹੋਏਗੀ ਵਿਡਥ ਤੇ ਲੈਂਥ ਦੀ ਪੁੱਛੀ ਹੈ ਤਾਂ 2 ਅਨੁਪਾਤ 3 ਹੋਏਗਾ ਅੰਡਰਸਟੈਂਡ ਬਿਲਕੁਲ ਬੇਸਿਕ ਕੁਐਸਚਨ ਹੈ ਪਰ ਗਲਤੀ ਹੋ ਜਾਂਦੀ ਹੈ ਇਹ ਮੈਂ ਪਹਿਲਾਂ ਦੇਖ ਚੁੱਕਾ ਹਾਂ ਬੱਚਾ ਟੈਸਟ ਦੇ ਚਲੋ ਫਿਰ ਉਸ ਤੋਂ ਬਾਅਦ ਕਲਰ ਨੇਵੀ ਬਲੂ ਹੈ ਜੀ ਉਹ ਜਿਹੜਾ ਅਸ਼ੋਕ ਚੱਕਰ ਹੈ ਜਾਂ ਜਿਹਨੂੰ ਧਰਮ ਚੱਕਰ ਬੋਲਦੇ ਆਂ ਦੇਖੋ व्हील रिप्रेजेंट्स ਦਾ ਚੱਕਰ ਆਲਸੋ ਕਾਲਡ ਅਸ਼ੋਕ ਚੱਕਰ ਔਰ ਧਰਮ ਚੱਕਰ ਇਹਨੂੰ ਕਿਹਾ ਜਾਂਦਾ ਹੈ ਭਾਈ ਠੀਕ ਹੈ ਕਿੱਥੋਂ ਲਿਆ ਸਾਰਨਾਥ ਲੋਇਨ ਕੈਪੀਟਲ ਜਿਹੜੀ ਅਸ਼ੋਕ ਦੀ ਸੀਗੀ ਉੱਥੋਂ ਲਿਆ 24 ਤਿੱਲੀਆਂ ਹੁੰਦੀਆਂ ਵਿੱਚ ਪਤਾ ਹੀ ਹੈ ਬਚਪਨ ਤੋਂ ਪੜਦੇ ਆ ਰਹੇ ਆਂ ਬਸ ਇੰਨੇ ਪੁਆਇੰਟ ਬਹੁਤ ਆ ਚਲੋ ਅੱਗੇ ਨੈਕਸਟ ਹੈ ਜੀ ਹੇਟ ਲਿਖਿਆ ਵਿੱਚੋਂ ਕਿਸ ਨੂੰ ਚੌਥਾ ਥੰਬ ਕਿਹਾ ਜਾਂਦਾ ਹੈ ਚੌਥਾ ਥੰਬ ਠੀਕ ਹੈ ਨਾ ਜਿਵੇਂ ਆਪਣੀ ਪਾਰਲੀਮੈਂਟ ਹੈ ਪਾਰਲੀਮੈਂਟ ਦੇ ਵਿੱਚ ਤਿੰਨ ਪਿੱਲਰ ਹੈ ਕਿਹੜੇ ਕਿ ਲੋਕ ਸਭਾ ਰਾਜ ਸਭਾ ਹੋਰ ਕਸ਼ਤਪਤੀ ਵੀ ਤਾਂ ਹੈ ਠੀਕ ਹੈ ਨਾ ਐਦਾ ਹੀ ਪੁੱਛ ਲਿਆ ਜਾਂਦਾ ਹੈ ਵੀ ਦੇਸ਼ ਦਾ ਚੌਥਾ ਸਤੰਭ ਕਿਹੜਾ ਹੁੰਦਾ ਹੈ ਚੌਥਾ ਸਤੰਭ ਕਿਹਨੂੰ ਕਿਹਾ ਜਾਂਦਾ ਹੈ ਦੱਸੋ ਜੀ ਦੱਸੋ ਫਟਾਫਟ ਫਿਰ ਚੱਲਦੇ ਆਪਾਂ ਅਗਲੇ ਕੁਐਸਚਨ ਦੇ ਉੱਤੇ ਪ੍ਰੈਸ ਨਿਊਜ਼ ਮੀਡੀਆ ਕੋਈ ਗੱਲ ਨਹੀਂ ਲੇਟ ਹੋ ਗਏ ਤਾਂ ਕੀ ਹੋ ਗਿਆ ਕੋਈ ਚੱਕਰ ਹਾਂਜੀ ਮੀਡੀਆ ਨੂੰ ਕਿਹਾ ਜਾਂਦਾ ਹੈ ਜੀ ਮੀਡੀਆ ਨੂੰ ਚੌਥਾ ਪਿੱਲਰ ਕਿਹਾ ਜਾਂਦਾ ਹੈ ਤੇ ਜਿਹੜਾ ਪਿੱਲਰ ਕੇ ਹੁਣ ਡਿਸਟਰੋਏ ਹੋ ਚੁੱਕਿਆ ਸਾਰਾ ਦਾ ਸਾਰਾ ਚੌਥਾ ਪਿੱਲਰ ਠੀਕ ਹੈ ਨਾ ਸਾਨੂੰ ਪਤਾ ਹੀ ਆਪਣੀ ਦੇਸ਼ ਦੇ ਵਿੱਚ ਮੀਡੀਆ ਦਾ ਹਾਲ ਜਾਂ ਤਾਂ ਇਹ ਅੰਧ ਭਗਤ ਹੈ ਮੀਡੀਆ ਜਾਂ ਫਿਰ ਅੰਧ ਵਿਰੋਧੀ ਹੈ ਨਿਰਪੱਖਤਾ ਕੋਈ ਹੈਗਾ ਨਹੀਂ ਹਨਾ ਸਮਝਦੇ ਹੋ ਗੱਲ ਨੂੰ ਨਿਰਪੱਖ ਕੀ ਹੁੰਦਾ ਹੈ ਨਿਰਪੱਖ ਮੀਡੀਆ ਹੁੰਦੀ ਹੈ ਜਿਹੜੀ ਸਹੀ ਨੂੰ ਸਹੀ ਕਹੇ ਗਲਤ ਨੂੰ ਗਲਤ ਪਰ ਆਪਣੇ ਦੇਸ਼ ਦੇ ਵਿੱਚ ਜਿਆਦਾ ਸਹੀ ਵਾਲੇ ਆ ਜਾਂ ਗਲਤ ਵਾਲੇ ਆ ਜਿਹੜੇ ਗਲਤ ਕਹਿ ਰਹੇ ਆ ਬਸ ਉਹ ਅੰਦੇ ਦੀ ਤਰ੍ਹਾਂ ਗਲਤੀ ਕਹੀ ਜਾਂਦੇ ਆ ਜਿਹੜੇ ਸਹੀ ਆ ਬਸ ਉਹ ਅੰਦੇ ਦੀ ਤਰ੍ਹਾਂ ਸਹੀ ਕਹੀ ਜਾਂਦੇ ਆ ਨਿਰਪੱਖਤਾ ਹੈ ਹੀ ਕੋਈ ਨਹੀਂ ਠੀਕ ਹੈ ਸਮਝਿਓ ਨਾ ਬਸ ਆਪਣਾ ਕੀ ਆ ਆਪਾਂ ਨੂੰ ਜਿਹੜੇ ਮਤਲਬ ਜਿਹੜੇ ਸਾਡੇ ਫੇਵਰ ਦੀ ਗੱਲ ਕਰਦੇ ਆ ਉਹ ਸਾਡੇ ਵਾਸਤੇ ਸਹੀ ਹੈ ਜਿਹੜੇ ਸਾਡੇ ਖਿਲਾਫ ਗੱਲ ਕਰਦੇ ਆ ਉਹ ਗਲਤ ਹੈ ਨਿਰਪੱਖ ਨਹੀਂ ਹੈਗਾ ਕੋਈ ਵੀ ਚਲੋ ਅੱਗੇ ਕਿਹੜੀ ਸਰਕਾਰੀ ਏਜੰਸੀ ਭਾਰਤ ਵਿੱਚ ਖਣਿਜਾਂ ਦੀ ਮੈਪਿੰਗ ਅਤੇ ਖੋਜ ਲਈ ਜ਼ਿੰਮੇਵਾਰ ਹੈ ਜਿਹੜੇ ਵੀ ਮਿਨਰਲਸ ਹੈਗੇ ਆ ਹਨਾ ਜਿਹੜੀ ਵੀ ਮਿਨਰਲਸ ਹੈਗੀਆਂ ਖਣਿਜ ਪਦਾਰਥ ਹੈ ਉਹਨਾਂ ਨੂੰ ਲੱਭਦੀ ਹੈ ਮੈਪਿੰਗ ਮਤਲਬ ਧਰਤੀ ਦੇ ਉੱਤੇ ਲੱਭਦੀ ਹੈ ਖੋਜ ਕਰਦੇ ਆਂ ਕੱਢਦੇ ਆ ਉਹ ਸਾਰਾ ਕੁਝ ਹੈ ਕਿਹੜੀ ਸੰਸਥਾ ਕਿਹੜੀ ਏਜੰਸੀ ਹੈ ਇਹ ਦੱਸੋ ਜੀ ਬਸ ਛੱਡੋ ਤੁਸੀਂ ਪਰਸਨਲ ਹੋ ਜਾਂਦੇ ਹੋ ਹਨਾ ਕੋਈ ਮੋਦੀ ਨੂੰ ਗੱਲਾਂ ਦੇਣ ਲੱਗਿਆ ਕੋਈ ਬਾਦਲਾ ਨੂੰ ਗੱਲਾਂ ਦੇਣ ਲੱਗਿਆ ਛੱਡੋ ਪਰੇ ਗੱਲ ਨੂੰ ਅੱਗੇ ਆਜੋ ਇਹ ਬਸ ਕਿਸੇ ਤੇ ਪਰਸਨਲ ਅਟੈਕ ਨਹੀਂ ਆਪਾਂ ਨਹੀਂ ਕਰਨਾ ਹਾਂਜੀ ਦੱਸੋ ਹਾਂਜੀ ਆ ਗਿਆ ਸਾਰਿਆਂ ਦਾ ਜੀਓਲੋਜੀਕਲ ਸਰਵੇ ਦੀ ਗੱਲ ਹੈ ਬਈ ਜੀਓਲੋਜੀਕਲ ਸਰਵੇ ਆਫ ਇੰਡੀਆ ਇਹਦਾ ਹੈੱਡ ਕੁਆਰਟਰ ਕਿੱਥੇ ਆ ਕੋਈ ਦੱਸੇਗਾ ਇਹ ਸੰਸਥਾ ਦੀ ਜ਼ਿੰਮੇਵਾਰੀ ਹੈ ਜਿਹੜੇ ਵੀ ਖਣਿਜ ਪਦਾਰਥ ਹੈਗੇ ਆ ਮੈਪਿੰਗ ਵਗੈਰਾ ਕਰਦੇ ਆ ਥੋੜੇ ਟਾਈਮ ਪਹਿਲਾਂ ਹੁਣ ਰੋਲਾ ਵੀ ਤਾਂ ਪਿਆ ਕਿ ਉਹ ਜਿਹੜਾ ਹੈਗਾ ਜੰਮੂ ਕਸ਼ਮੀਰ ਉੱਥੇ ਕੋਈ ਭੰਡਾਰ ਮਿਲਿਆ ਹਨਾ ਐਵੇਂ ਛੋਟਾ ਰੋਲਾ ਪਾਇਆ ਇਹਨਾਂ ਨੇ ਉਹ ਦੇਖੋ ਆ ਗਿਆ ਕਮੈਂਟ ਲੀਥੀਅਮ ਮਿਲਿਆ ਜੀ ਹੂੰ ਹੂੰ ਸਹੀ ਗੱਲ ਹੈ ਚਲੋ ਅੱਗੇ ਆਜੋ ਅੱਛਾ ਜੀਓਲੋਜੀਕਲ ਸਰਵੇ ਬਾਰੇ ਚਲੋ ਦੇਖ ਲਓ ਇਹ ਕਦੋਂ ਬਣੀ ਹੈ ਸੰਸਥਾ 1851 ਦੇ ਵਿੱਚ ਬੜੀਆਂ ਹੈੱਡ ਕੁਆਰਟਰ ਕਲਕੱਤਾ वेस्ट ਬੰਗਾਲ ਇੰਡੀਆ ਦੇ ਵਿੱਚ ਹੈ ਹਾਂ ਇਹ ਕੁਐਸਚਨ ਬਹੁਤ ਜ਼ਰੂਰੀ ਹੈ ਯਾਦ ਰੱਖਣਾ ਇਹ ਜਿਹੜੀ ਸੰਸਥਾ ਹੈ ਇਹ ਕਿਹੜੀ ਮਿਨਿਸਟਰੀ ਦੇ ਅੰਡਰ ਕੰਮ ਕਰਦੀ ਹੈ ਤਾਂ ਮਿਨਿਸਟਰੀ ਆਫ ਮਾਈਨਸ ਦੇ ਅੰਡਰ ਕੰਮ ਕਰਦੀ ਹੈ ਇਹ ਯਾਦ ਰੱਖਣ ਵਾਲੀ ਗੱਲ ਹੈ ਪੇਰੈਂਟ ਗਵਰਨਮੈਂਟ ਏਜੰਸੀ ਕਿਹੜੀ ਹੈ ਕਿਹੜੀ ਮੰਤਰਾਲੇ ਦੇ ਅੰਦਰ ਇਹ ਕੰਮ ਕਰਦੀ ਹੈ ਸੰਸਥਾ ਇਹ ਹੈ ਜੀ ਮਿਨਿਸਟਰੀ ਆਫ ਮਾਈਨਸ ਮਿਨਿਸਟਰੀ ਆਫ ਮਾਈਨਸ ਖਦਾਨਾਂ ਦੀ ਜਿਹੜੀ ਮਿਨਿਸਟਰੀ ਹੈ ਉਹਦੇ ਅੰਡਰ ਇਹ ਸੰਸਥਾ ਹੈਗੀ ਹੈ ਜੀਓਲੋਜੀਕਲ ਸਰਵੇ ਆਫ ਇੰਡੀਆ 1892 ਵਿੱਚ ਬਣੀ ਸੀਗੀ ओके ਚਲੋ ਫੇਰ ਆਜੋ ਅੱਗੇ ਪਾਰਲੀਮੈਂਟ ਦੁਆਰਾ ਸੱਤਾ ਤੋਂ ਲੰਬੇ ਕੀਤੇ ਜਾਣ ਵਾਲੇ ਪ੍ਰਧਾਨ ਮੰਤਰੀ ਮਤਲਬ ਸੱਤਾ ਤੋਂ ਚਲੋ ਨਿਕਲੋ ਵਾਲਾ ਕੰਮ ਕਰਦੇ ਆ ਇਹਨਾਂ ਨੇ ਕਿ ਚਲੋ ਨਿਕਲੋ ਲੰਬੇ ਕਰਨਾ ਹਨਾ ਤਾਂ ਉਹ ਕਿਹਦੇ ਨਾਲ ਮਾੜੀ ਹੋਈ ਹੈ ਇਹ ਦੱਸੋ ਹਾਂਜੀ ਆ ਸਹੀ ਗੱਲ ਹੈ ਫੀਲਿੰਗ ਲੈ ਜਾਂਦੇ ਆ ਹਨਾ ਚਲੋ ਕੋਈ ਨਹੀਂ ਦੱਸੋ ਬਈ ਫਟਾਫਟ ਸੱਤਾ ਤੋਂ ਬਸ ਇੱਕ ਅੱਦੇ ਦੇ ਅਨਸਰ ਦੀ ਵੇਟ ਐ ਫਟਾਫਰ ਦੱਸੋ ਵੀ ਪੀ ਸਿੰਘ ਬਸ ਵੈਰੀ ਗੁੱਡ ਵਿਸ਼ਵਨਾਥ ਪ੍ਰਤਾਪ ਸਿੰਘ ਜਿਹੜੇ ਬਈ ਠੀਕ ਆ ਇਹਨਾਂ ਨੂੰ ਸੱਤਾ ਤੋਂ ਲਾਂਬੇ ਕਰ ਦਿੱਤਾ ਗਿਆ ਸੀ ਇਹਨਾਂ ਦੇ ਖਿਲਾਫ ਆਇਆ ਸੀਗਾ ਨੋ ਕੰਫੀਡੈਂਸ ਮੋਸ਼ਨ ਤੇ ਇਹ ਨੋ ਕੰਫੀਡੈਂਸ ਮੋਸ਼ਨ ਦੇ ਵਿੱਚ ਹੋ ਗਈ ਸੀਗੇ ਫੇਲ ਅ విశ్వాਸ ਪ੍ਰਸਤਾਵ ਦੇ ਵਿੱਚ ਫੇਲ ਹੋ ਗਏ ਸੀ ਇਹ ਆਪਣੀ ਮжоਰਿਟੀ ਸਾਬਿਤ ਨਹੀਂ ਕਰ पाए ਤੇ ਫਿਰ ਇਹਨਾਂ ਨੂੰ ਅਸਤੀਫਾ ਦੇਣਾ ਪਿਆ ਪਾਰਲੀਮੈਂਟ ਦੇ ਵਿੱਚ ਆਂਦਾ ਹੈ ਨੋ ਕੰਫੀਡੈਂਸ ਮੋਸ਼ਨ ਮਤਲਬ ਨੋ ਕੰਫੀਡੈਂਸ ਮੋਸ਼ਨ ਦਾ ਮਤਲਬ ਹੁੰਦਾ ਹੈ ਕਿ ਇਹ ਵੀ ਸਰਕਾਰ ਕੋਲ ਮжоਰਿਟੀ ਨਹੀਂ ਹੈ ਜੇ ਮжоਰਿਟੀ ਹੈ ਤਾਂ ਸਾਬਿਤ ਕਰੇ ਠੀਕ ਹੈ ਹੁਣ ਸਰਕਾਰ ਕੋਲ ਉਸ ਟਾਈਮ ਮжоਰਿਟੀ ਨਹੀਂ ਸੀਗੀ ਬੀਪੀ ਸਿੰਘ ਦੀ ਸਰਕਾਰ ਸੀ ਉਹ ਫਿਰ ਮжоਰਿਟੀ ਸਾਬਿਤ ਨਹੀਂ ਕਰ ਪਾਈ ਤਾਂ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਇਹ ਪਹਿਲੇ ਪ੍ਰਧਾਨ ਮੰਤਰੀ ਸੀਗੇ ਹਾਲਾਂਕਿ ਮੋਰਾਰਜੀ ਦੇਸਾਈ ਇਹਨਾਂ ਤੋਂ ਵੀ ਪਹਿਲਾਂ ਅਸਤੀਫਾ ਦੇਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਇਹਨਾਂ ਨੇ ਨੋ ਕੰਫੀਡੈਂਸ ਮੋਸ਼ਨ ਦਾ ਸਾਹਮਣਾ ਹੀ ਨਹੀਂ ਕਰਿਆ ਇਹਨਾਂ ਨੂੰ ਪਤਾ ਸੀ ਇਹਨਾਂ ਕੋਲ ਮжоਰਿਟੀ ਨਹੀਂ ਹੈ ਕੀ ਜ਼ਰੂਰਤ ਹੈ ਪਾਰਲੀਮੈਂਟ ਦੇ ਵਿੱਚ ਜਾ ਕੇ ਬੇਇਜ਼ਤੀ ਕਰਾਣ ਦੀ ਇਹਨਾਂ ਨੂੰ ਪਤਾ ਸੀ ਬੰਦੇ ਨਹੀਂ ਹੈ ਇਹ ਪਹਿਲਾਂ ਹੀ ਅਸਤੀਫਾ ਦੇ ਕੇ ਚਲਦੇ ਬਣੇ ਤਾਂ ਅਸਤੀਫਾ ਦੇਣ ਵਾਲੇ ਪਹਿਲੇ ਕਿਹੜੇ ਆ ਮੁਰਾਰਜੀ ਦੇਸਾਈ ਆ ਅਸਤੀਫਾ ਦੇਣ ਵਾਲੇ ਬਟ ਜਿਨ੍ਹਾਂ ਨੇ ਅਸਤੀਫਾ ਨਹੀਂ ਦੇਆ ਨੋ ਕੌਨਫੀਡੈਂਸ ਮੋਸ਼ਨ ਦਾ ਸਾਹਮਣਾ ਕਰਿਆ ਤੇ ਫਿਰ ਉੱਥੇ ਹਾਰ ਗਏ ਤੇ ਫਿਰ ਸੱਤਾ ਤੋਂ ਲੰਬੇ ਹੋਏ ਆ ਉਹ ਬੀਪੀ ਸਿੰਘ ਹੈ ਠੀਕ ਹੈ ਨਾ ਓਕੇ ਨਿਸ਼ਾਨੇ ਪਾਤ ਤੇ ਭਾਰਤ ਰਤਨ ਪ੍ਰਾਪਤ ਕਰਨ ਵਾਲੇ ਮੁਰਾਰਜੀ ਦੇਸਾਈ ਹੈ ਹੀ ਆ ਇਹ ਆਪਾਂ ਪਿਛਲੀ ਕਲਾਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਹਾਂਜੀ ਇੱਕ ਰਾਸ਼ਟਰੀ ਰਾਜਨੀਤਿਕ ਪਾਰਟੀ ਉਹ ਹੈ ਜਿਸਨੇ ਡੈਸ਼ ਵਿੱਚ ਕੁੱਲ ਪੋਲ ਹੋਈ ਵੋਟਾਂ ਦਾ 6% ਪ੍ਰਾਪਤ ਕੀਤਾ ਹੋਵੇ ਠੀਕ ਹੈ ਨਾ ਮਤਲਬ ਰਾਸ਼ਟਰੀ ਰਾਜਨੀਤਿਕ ਪਾਰਟੀ ਉਹਨੂੰ ਮੰਨਾਂਗੇ ਆਪਾਂ ਨੈਸ਼ਨਲ ਪਾਰਟੀ ਉਹਨੂੰ ਮੰਨਾਂਗੇ ਬਈ ਜਿਸਨੇ ਡੈਸ਼ ਵਿੱਚ ਕੁੱਲ ਪੋਲ ਹੋਈ ਵੋਟਾਂ ਦਾ ਜਿੰਨੀ ਵੀ ਵੋਟਾਂ ਪਈਆਂ ਉਹਦਾ 6% ਉਹਨੇ ਪ੍ਰਾਪਤ ਕਰ ਲਿਆ ਕਿੱਥੇ ਹੋਈ ਸੀਗੀ ਵੋਟਾਂ ਦੋ ਜਾਂ ਦੋ ਤੋਂ ਵੱਧ ਰਾਜਾਂ ਦੇ ਵਿੱਚ ਜਾਂ ਰਾਸਤਾਨੀ ਦੇ ਵਿੱਚ ਜਾਂ ਚਾਰ ਜਾਂ ਚਾਰ ਤੋਂ ਵੱਧ ਰਾਜਾਂ ਦੇ ਵਿੱਚ ਜਾਂ ਸਾਰੇ ਰਾਜਾਂ ਦੇ ਵਿੱਚ 6% ਤੋਂ ਜ਼ਿਆਦਾ ਵੋਟ ਉਹਨੇ ਲਿਆ ਹਾਂ ਠੀਕ ਹੈ ਜੀ ਓਕੇ ਪੂਰੀ ਡਿਟੇਲ ਯਾਦ ਕਰੀ ਬੈਠੇ ਹੋ ਵੈਰੀ ਗੁੱਡ ਬਹੁਤ ਵਧੀਆ ਵੀ ਵਧੀਆ ਤਿਆਰੀ ਹੈ ਤੁਹਾਡੀ ਇਹਦਾ ਮਤਲਬ ਠੀਕ ਹੈ ਦੇਖੋ ਭਈ ਨੈਸ਼ਨਲ ਪਾਰਟੀ ਬਣਨ ਵਾਸਤੇ ਇਹ ਸ਼ਰਤ ਹੈ ਚਾਰ ਚਾਰ ਤੋਂ ਵੱਧ ਰਾਜਾਂ ਦੇ ਵਿੱਚ ਠੀਕ ਹੈ ਨਾ 8% ਵੋਟ ਵਾਲਾ ਉਹ ਹੈਗਾ ਇਹ ਸਿਸਟਮ ਬਾਕੀ ਦੇਖ ਲਓ ਇਹ ਸਾਰਾ ਕੁਝ ਹੈ ਤੁਹਾਡੇ ਵਾਸਤੇ ਸਕਰੀਨ ਸ਼ਾਟ ਲੈ ਲਓ ਪਰ ਸਾਰਾ ਅੰਗਰੇਜ਼ੀ ਦੇ ਵਿੱਚ ਹੈ ਹੁਣ ਇਹ ਨਾ ਕਹੋ ਕਿ ਹੁਣ ਪੰਜਾਬੀ ਚ ਕਰੋ ਇਹਨੂੰ ਵੀ ਕੋਈ ਚੱਕਰ ਨਹੀਂ ਨੈਸ਼ਨਲ ਪਾਰਟੀ ਵਈ ਦੇਖੋ ਨੈਸ਼ਨਲ ਪਾਰਟੀ ਬਣਨ ਵਾਸਤੇ ਪਤਾ ਕੀ ਚਾਹੀਦਾ ਹੈ ਦੇਸ਼ ਦੇ ਵਿੱਚ ਜਾਂ ਤਾਂ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਆ ਜਾਂ ਫਿਰ ਅਸੈਂਬਲੀਆਂ ਦੇ ਇਲੈਕਸ਼ਨ ਹੁੰਦੇ ਆ ਤਾਂ ਟੋਟਲ ਜਿੰਨੀ ਵੀ ਵੋਟਾਂ ਪਈਆਂ 6% ਵੈਲਿਡ ਵੋਟ ਉਹਨੂੰ ਪੈਣੀ ਚਾਹੀਦੀਆਂ ਚਾਰ ਸਟੇਟਾਂ ਦੇ ਵਿੱਚੋਂ ਠੀਕ ਹੈ 6% ਆਫ ਵੈਲਿਡ ਵੋਟ ਇਨ 4 ਸਟੇਟਸ ਇਹ ਯਾਦ ਰੱਖਣਾ ਹੈ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਾਂ ਫਿਰ ਜਦੋਂ ਅਸੈਂਬਲੀਆਂ ਦੇ ਵਿੱਚ ਹੁੰਦੇ ਆ ਤਾਂ ਅਸੈਂਬਲੀ ਚਾਰੋਂ ਸਟੇਟਾਂ ਦੀ ਅਸੈਂਬਲੀਆਂ ਦੇ ਵਿੱਚ ਵੀ ਉਹਨੂੰ 6% ਵੋਟਾਂ ਪੈਣੀਆਂ ਚਾਹੀਦੀਆਂ ਠੀਕ ਹੈ ਤੇ ਨਾਲ ਦੀ ਨਾਲ ਜੇ ਲੋਕ ਸਭਾ ਦੀ ਹੋਈਆਂ ਤਾਂ ਲੋਕ ਸਭਾ ਦੀ ਚਾਰ ਸੀਟਾਂ ਵੀ ਉਹਨੂੰ ਮਿਲਣੀਆਂ ਚਾਹੀਦੀਆਂ ਠੀਕ ਹੈ ਇਹ ਸ਼ਰਤ ਹੈਗੀ ਹੈ ਜਾਂ ਫਿਰ ਦੂਜੀ ਸ਼ਰਤ ਇਹ ਹੈ ਕਿ ਜਿੰਨੀ ਵੀ ਲੋਕ ਸਭਾ ਦੀ ਸੀਟਾਂ ਹੈਗੀਆਂ ਲੋਕ ਸਭਾ ਦੀ ਕੁੱਲ ਸੀਟਾਂ ਦੀ 2% ਯਾਨੀ ਹੁਣ 545 ਦਾ ਜਾਂ 543 ਦੇ ਇਲੈਕਸ਼ਨ ਹੁੰਦੇ ਆ ਇਹਦਾ 2% ਕੱਢ ਲਿਓ ਜਿੰਨੇ ਵੀ ਬੈਠਦਾ ਠੀਕ ਹੈ ਉਹ ਸੀਟਾਂ ਉਹਨੇ ਜਿੱਤੀਆਂ ਲੋਕ ਸਭਾ ਦੀ 2% ਸੀਟਾਂ ਉਹਨੇ ਜਿੱਤੀਆਂ ਤਿੰਨ ਅਲੱਗ ਅਲੱਗ ਰਾਜਾਂ ਤੋਂ ਥਿੰ ਡਿਫਰੈਂਟ ਸਟੇਟਾਂ ਤੋਂ ਠੀਕ ਹੈ ਨਾ ਤੇ ਜਾਂ ਫਿਰ ਉਹ ਪਾਰਟੀ ਪਹਿਲਾਂ ਤੋਂ ਹੀ ਚਾਰ ਸਟੇਟਾਂ ਦੇ ਵਿੱਚ ਸਟੇਟ ਪਾਰਟੀ ਦੇ ਤੌਰ ਤੇ ਰਜਿਸਟਰਡ ਹੈ ਮਤਲਬ ਜਿਹੜੀ ਪਾਰਟੀ ਸਟੇਟ ਪਾਰਟੀ ਦੇ ਤੌਰ ਤੇ ਆਲਰੇਡੀ ਚਾਰ ਸਟੇਟਾਂ ਦੇ ਵਿੱਚ ਰਜਿਸਟਰਡ ਹੈ ਮੰਨ ਲਓ ਜਿਵੇਂ ਆਪਣੇ ਪੰਜਾਬ ਦੀ ਇੱਕ ਸਟੇਟ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੁਣ ਇਹ ਆਪਣੇ ਆਪ ਨੂੰ ਹਰਿਆਣਾ 'ਚ ਰਜਿਸਟਰਡ ਕਰਾ ਲੈਣ ਰਾਜਸਥਾਨ 'ਚ ਵੀ ਰਜਿਸਟਰਡ ਕਰਾ ਲੈਣ ਤੇ ਹਿਮਾਚਲ ਦੇ ਵਿੱਚ ਵੀ ਰਜਿਸਟਰਡ ਕਰਾ ਲੈਣ ਯਾਨੀ ਚਾਰ ਸਟੇਟਾਂ ਦੇ ਵਿੱਚ ਰਜਿਸਟਰਡ ਹੋ ਗਏ ਤਾਂ ਇਹ ਆਟੋਮੈਟਿਕਲੀ ਨੈਸ਼ਨਲ ਪਾਰਟੀ ਬਣ ਗਈ ਠੀਕ ਹੈ ਤਾਂ ਐਟ ਪ੍ਰੈਜ਼ੈਂਟ ਕਿੰਨੀ ਹੈ ਬਈ ਦੇਖੋ ਐਟ ਪ੍ਰੈਜ਼ੈਂਟ ਨੋ ਹੋ ਗਈਆਂ ਕਿਹੜੀ ਕਿਹੜੀ ਹੈ ਆਲ ਇੰਡੀਆ ਤ੍ਰਿਨਮੂਲ ਕਾਂਗਰਸ ਹੋ ਗਈ ਤ੍ਰਿਨਮ ਹਾਲਾਂਕਿ ਇਹਨੇ ਕਾਂਗਰਸ ਵੜਾ ਜਿਹੜਾ ਹਟਾਤਾ ਆਪਣੇ ਨਾਲ ਨਾਮ ਤੋਂ ਠੀਕ ਹੈ ਮੰਮਤਾ ਬਨਰਜੀ ਪਤਾ ਹੈ ਨਾ ਸਾਰੇ ਨੂੰ ਬੈਸਟ ਬੰਗਾਲ ਵਾਲੀ ਉਹ ਹੋਗੀ ਬਹੁਜਨ ਸਮਾਜਵਾਦੀ ਪਾਰਟੀ ਹੈ ਜੀ ਬਹੁਜਨ ਸਮਾਜ ਪਾਰਟੀ ਚੋਰੀ ਸਮਾਜਵਾਦੀ ਨਹੀਂ ਬਹੁਜਨ ਸਮਾਜ ਪਾਰਟੀ ਬੀਐਸਪੀ ਠੀਕ ਹੈ ਮਾਇਆਵਤੀ ਵਾਲੀ ਪਾਰਟੀ ਹੋਗੀ ਬੀਜੇਪੀ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਮਿਊਨਿਸਟ ਪਾਰਟੀ ਆਫ ਇੰਡੀਆ ਸੀਪੀਆਈ ਠੀਕ ਹੈ ਜੀ ਬੰਮਪੰਤੀ ਜੀ ਨੂੰ ਆਪਾਂ ਬੋਲਦੇ ਆ ਕਮਿਊਨਿਸਟ ਪਾਰਟੀ ਆਫ ਇੰਡੀਆ ਇੱਕ ਹੋਰ ਹੈ ਬਸ ਉਹ ਮਾਰਕਸਿਸਟਾ ਸੀਪੀਆਈਐਮ ਇਹ ਲੱਗ ਗਿਆ ਇਹ ਅਲੱਗ ਪਾਰਟੀ ਹੈ ਠੀਕ ਹੈ ਇਹ ਹੋਗੀ ਜੀ ਇਹ ਕਾਂਗਰਸ ਵਾਲ ਇੱਕ ਹੋਗੀ ਜੀ NCP ਨੈਸ਼ਨਲਿਸਟ ਕਾਂਗਰਸ ਪਾਰਟੀ NCP ਇਹ ਉਹ ਹੋਗੀ ਮਹਾਰਾਸ਼ਟਰ ਦੀ ਹੈ ਪਵਾਰਾ ਵਾਲੀ ਪਾਰਟੀ ਇੱਕ ਹੋਗੀ ਨੈਸ਼ਨਲ ਪੀਪਲਸ ਪਾਰਟੀ NPP ਇਹ ਉਹਦੀ ਹੈ ਕੋਨਾੜ ਸੰਗਮਾ ਦੀ ਐਮੇ ਗਾਲੇ ਦਾ ਹੈਗਾ ਹੈ ਠੀਕ ਹੈ ਤੇ ਇੱਕ ਹੈਗੀ ਹੈ ਜੀ ਆਮ ਆਦਮੀ ਪਾਰਟੀ ਇਹਦਾ ਸਟੇਟਸ ਹਾਲੇ ਪੈਂਡਿੰਗ ਹੈ ਬਟ ਇਹਦੀ ਸ਼ਰਤਾਂ ਪੂਰੀ ਹੋਗੀ ਹਲੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਮਤਲਬ ਤੁਸੀਂ ਕਹਿ ਸਕਦੇ ਹੋ ਹਲੇ ਮਾਨਤਾ ਨਹੀਂ ਮਿਲੀ ਮਿਲ ਜੂਗੀ ਬਟ ਨੋ ਹੋਗੀ ਟੋਟਲ ਠੀਕ ਹੈ ਓਕੇ ਜੀ ਹਾਂਜੀ ਚਲੋ ਫਿਰ ਅੱਗੇ ਆਜੋ ਤੇ ਦੇਖੋ ਭਾਰਤ ਦਾ ਰਾਸ਼ਟਰੀ ਫੁੱਲ ਕਿਹੜਾ ਹੈ ਪਤਾ ਤਾਂ ਹੈ ਆਪਾਂ ਨੂੰ ਕਮਲ ਹੈ ਬਾਕੀ ਚੀਜ਼ਾਂ ਦੇਖੋ ਹੋਰ ਇਹ ਸਕਰੀਨਸ਼ਾਟ ਲੈ ਲਓ ਠੀਕ ਹੈ ਇਹ ਸਕਰੀਨਸ਼ਾਟ ਲੈ ਲਓ ਬਈ ਲੈ ਲਿਆ ਸਾਰਿਆਂ ਨੇ ਠੀਕ ਹੈ ਜੀ ਹੁਣ ਦੇਖੋ ਨੈਸ਼ਨਲ ਬਰਡ ਸਾਰਿਆਂ ਨੂੰ ਪਤਾ ਹੈ ਬਈ ਮੋਰ ਹੁੰਦਾ ਹੈ ਬਟ ਆਪਸ਼ਨ ਦੇ ਵਿੱਚ ਕਈ ਵਾਰ ਮੋਰ ਨਾ ਹੋ ਕੇ ਉਹਦਾ ਸੈਂਟਿਫਿਕ ਨੇਮ ਹੈ ਜਿਹੜਾ ਇਹ ਆ ਜਾਂਦਾ ਜੀ ਪਾਵੋ ਕ੍ਰਿਸਟੇਟਸ ਜੋ ਵੀ ਹੈ ਇਹਦੀ ਪ੍ਰੋਨਨਸੀਏਸ਼ਨ ਪਾਵੋ ਕ੍ਰਿਸਟੇਟਸ ਇਹ 1 ਫਰਵਰੀ 1963 ਨੂੰ ਬਣਾਇਆ ਗਿਆ ਸੀਗਾ ਨੈਸ਼ਨਲ ਬਰਡ ਮੋਰ ਨੂੰ ਨੈਸ਼ਨਲ ਫਰੂਟ ਮੰਗੋ ਅੰਬ ਆਮ ਇਹਦਾ ਸਾਇੰਟਿਫਿਕ ਨੇਮ ਕੀ ਹੈ ਜੀ ਮਰੈਂਜੀ ਫੇਰਾ ਇੰਡੀਕਾ ਮਰੈਂਜੀ ਫੇਰਾ ਇੰਡੀਕਾ ਇਹਦਾ ਸਾਇੰਟਿਫਿਕ ਨੇਮ ਹੈ ਇਹ ਨਾਮ ਜ਼ਰੂਰ ਹੈ ਯਾਦ ਰੱਖਣੇ ਇਹੀ ਮੇਨ ਹੈ ਇਹ ਤਾਂ ਸਾਰਿਆਂ ਨੂੰ ਪਤਾ ਹੈ ਬੱਚੇ-ਬੱਚੀ ਨੂੰ ਨੈਸ਼ਨਲ ਟਰੀ ਕਿਹੜਾ ਹੈ ਜੀ ਇੰਡੀਅਨ ਬਨੀਅਨ ਯਾਨੀ ਬਰਗਦ ਦਾ ਟਰੀ ਹੈ ਇਹਦਾ ਨਾਂ ਕੀ ਹੈ ਇਹ ਹੈਗਾ ਸਾਇੰਟਿਫਿਕ ਨੇਮ ਨੈਸ਼ਨਲ ਫਲਾਵਰ ਕਿਹੜਾ ਆਪਣਾ ਕਮਲ ਦਾ ਫੁੱਲ ਹੈ ਇਹ ਪਤਾ ਇਹ ਉਹਦਾ ਸਾਇੰਟਿਫਿਕ ਨੇਮ ਹੈ नेशनेल एक्वाटिक एनिमल एक्वाटिक ਹੁੰਦਾ ਜੀ ਜਲ ਵਾਲਾ ਜੀ ਠੀਕ ਹੈ ਨਾ ਜਲ ਜੀਵ ਜਿਹਨੂੰ ਆਪਾਂ ਬੋਲਾਂਗੇ ਜਲ ਵਾਲਾ ਜੀਵ ਜਿਹੜੇ ਜਲ ਦੇ ਵਿੱਚ ਰਹਿੰਦੇ ਆ ਉਹ ਕਿਹੜਾ ਹੈ ਜੀ ਤੇ ਗੰਗਾ ਨਦੀ ਦੇ ਵਿੱਚ ਮਿਲਣ ਵਾਲੀ ਡੋਲਫਿਨ ਗੰਗਾ ਨਦੀ ਦੇ ਵਿੱਚ ਮਿਲਣ ਵਾਲੀ ਡੋਲਫਿਨ ਹੈ ਠੀਕ ਹੈ ਨਾ ਜੀ ਗੰਗਾਰੀਵਰ ਡੋਲਫਿਨ ਇਹ ਉਹਦਾ ਸੈਂਟੀਫਿਕ ਨੇਮ ਹੈ ਪਲੇਟਿੰਸਟਾ ਗੰਗਾਏਟਿਕਾ ਨੈਸ਼ਨਲ ਰੀਵਰ ਆਪਣੀ ਕਿਹੜੀ ਹੈ ਦੀ ਗੰਗਾ ਸਭ ਤੋਂ ਲੰਬੀ ਨਦੀ ਹੈ ਆਪਣੇ ਇੰਡੀਆ ਦੀ 2008 ਚ ਬਣਾਈ ਗਈ ਸੀ ਨੈਸ਼ਨਲ ਹੈਰੀਟੇਜ ਐਨੀਮਲ ਹੈਰੀਟੇਜ ਹੈ ਜੀ ਵਿਰਾਸਤ ਪਸ਼ੂ ਵਿਰਾਸਤ ਠੀਕ ਹੈ ਆਪਣੀ ਵਿਰਾਸਤੀ ਪਸ਼ੂ ਨੈਸ਼ਨਲ ਐਨੀਮਲ ਤੁਹਾਨੂੰ ਪਤਾ ਹੈ ਬਾਗ ਹੈ ਨੈਸ਼ਨਲ ਐਕੁਐਟਿਕ ਐਨੀਮਲ ਗੰਗਾ ਰੀਵਰ ਡੋਲਫੀਨ ਹੈ ਤੇ ਨੈਸ਼ਨਲ ਹੈਰੀਟੇਜ ਐਨੀਮਲ ਇੰਡੀਅਨ এলিਫੈਂਟ ਹੈ ਆਪਣੇ ਇੰਡੀਆ ਦਾ ਹਾਥੀ ਠੀਕ ਹੈ ਐਲੀਫਸ ਮੈਕਸਿਮਸ ਇੰਡੀਕਸ ਇਹਦਾ ਨਾਮ ਕੀ ਹੈ ਐਲੀਫਸ ਮੈਕਸਿਮਸ ਇੰਡੀਕਸ ਇਹ 21 ਅਕਤੂਬਰ 2010 ਨੂੰ ਬਣਿਆ ਸੀਗਾ 21 ਅਕਤੂਬਰ 2010 ਨੂੰ ਓਕੇ ਠੀਕ ਹੈ ਜੀ ਚਲੋ ਫਿਰ ਅੱਗੇ ਆਜੋ ਕਿਸ ਪਾਰਟੀ ਨੇ 2 ਸਾਲਾਂ ਵਿੱਚ 2 ਪ੍ਰਧਾਨ ਮੰਤਰੀ ਦਿੱਤੇ ਹਨ ਕਿਸ ਪਾਰਟੀ ਨੇ 2 ਸਾਲਾਂ ਵਿੱਚ 2 ਪ੍ਰਧਾਨ ਮੰਤਰੀ ਦੇ ਆ ਬਈ ਚਲੋ 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 ਕਮੈਂਟ ਕਰੋ ਕਮੈਂਟ ਕਰੋ ਕਮੈਂਟ ਕਰੋ ਦੱਸੋ ਬਈ ਫਟਾਫਟ ਕਿਸ ਪਾਰਟੀ ਨੇ 2 ਸਾਲਾਂ ਦੇ ਵਿੱਚ 2 ਅੱਛਾ ਹੋਮੋ ਸੇਪੀਅਨਸ ਇਹ ਸਾਡਾ ਨਾਮ ਹੋ ਗਿਆ ਹਨਾ ਇਨਸਾਨਾਂ ਦਾ ਨਾਮ ਹੋ ਗਿਆ ਹੋਮੋ ਸੇਪੀਅਨ ਠੀਕ ਹੈ ਚਲੋ ਦੇਖਦੇ ਹਾਂ ਕਿਹਦਾ ਹੋਗਾ ਅਨਸਰ ਮੁਹੰਮਦ ਮੁਸਾਦ ਚੰਤਾ ਪਾਟੁਨੀਤਾ ਸਿਹਾਗ ਦਾ 2 ਬੀ ਯਾਨੀ ਕਿ ਓਕੇ ਸਿਮਰਨਦੀਪ ਕੌਰ ਬੀਜੇਪੀ ਬੀਜੇਪੀ ਕਹਾਂ ਸੇ ਆ ਗਿਆ ਅਨਸਰ ਸੁਭਮ ਰਾਣਾ ਬੀਜੇਪੀ ਨਹੀਂ 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 ਬੀਜੇਪੀ ਤਾਂ ਹੈ ਹੀ ਨਹੀਂ ਜਨਤਾ ਪਾਰਟੀ ਆਏਗਾ ਅਨਸਰ ਜਨਤਾ ਪਾਰਟੀ ਬਾਈ ਜਨਤਾ ਪਾਰਟੀ ਠੀਕ ਹੈ ਯਾਦ ਰੱਖਣਾ ਹੈ ਦੋ ਸਾਲਾਂ ਵਿੱਚ ਦੋ ਪ੍ਰਧਾਨ ਮੰਤਰੀ ਕਿਹਨੇ ਦਏ ਆ ਜਨਤਾ ਪਾਰਟੀ ਨੇ ਦਏ ਆ ਓਕੇ ਪਹਿਲਾਂ ਇਹਨਾਂ ਨੇ ਦਿਆ ਵੀ ਮੋਰਾਰਜੀ ਦੇਸਾਈ ਠੀਕ ਹੈ ਜੀ ਮੋਰਾਰਜੀ ਦੇਸਾਈ ਫਿਰ ਮੋਰਾਰਜੀ ਦੇਸਾਈ ਤੋਂ ਬਾਅਦ ਆਇਆ ਚੌਧਰੀ ਚਰਨ ਸਿੰਘ ਚੌਧਰੀ ਚਰਨ ਸਿੰਘ ਠੀਕ ਹੈ ਨਾ ਚੌਧਰੀ ਚਰਨ ਸਿੰਘ ਇਹ ਦੋ ਇਹਨਾਂ ਦੇ ਸੀਗੇ ਜਨਤਾ ਪਾਰਟੀ ਦੇ ਓਕੇ ਚਲੋ ਨੈਕਸਟ ਆਪ ਲੋਕ ਸਭਾ ਲਈ ਪਹਿਲੀ ਮੱਧ ਕਾਲੀ ਚੋਣਾਂ ਕਿਸ ਸਮੇਂ ਹੋਈਆਂ ਮੱਧ ਕਾਲੀ ਚੋਣਾਂ ਇਹ ਵਰਡ ਦਾ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਫਿਰ ਆਪਾਂ ਗੱਲ ਕਰਾਂਗੇ ਠੀਕ ਹੈ ਮਿਡ ਟਰਮ ਇਲੈਕਸ਼ਨਸ ਲੋਕ ਸਭਾ ਵਾਸਤੇ ਤਾਂ ਆਪਾਂ ਨੂੰ ਪਤਾ ਵੀ ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ 5 ਸਾਲ ਹੁੰਦਾ ਹੈ ਕਿੰਨਾ ਹੁੰਦਾ ਹੈ 5 ਸਾਲ ਮੰਨ ਲਓ ਹੁਣ ਦੇਖਿਓ 2014 ਚ ਹੋਈ ਸੀ ਇਲੈਕਸ਼ਨ ਫਿਰ 2019 ਚ ਹੋਈਆਂ ਫਿਰ ਅੱਗੇ 2024 ਚ ਹੋਣਗੇ ਇਦਾਂ ਚੱਲ ਰਿਹਾ ਹੈ ਨਾ ਤਾਂ ਹੁੰਦਾ ਕੀ ਹੈ ਜਦੋਂ ਇੱਕ ਵਾਰ ਇਲੈਕਸ਼ਨ ਹੋ ਗਿਆ ਠੀਕ ਹੈ ਮੰਨ ਲਓ 2014 ਚ ਇਲੈਕਸ਼ਨ ਹੋਇਆ ਤੇ 543 ਸੀਟਾਂ ਦੇ ਇਲੈਕਸ਼ਨ ਹੋਇਆ ਦੋ ਬੰਦੇ ਐਂਗਲੋ ਇੰਡੀਅਨ ਸੀਗੇ 545 ਤੇ 273 ਵਾਲਿਆਂ ਦੀ ਗਵਰਨਮੈਂਟ ਬਣੂਗੀ 273 ਜਿਹੜੀ ਪਾਰਟੀ ਦੀ ਆਈ ਸੀਟਾਂ ਉਸ ਪਾਰਟੀ ਆਪਣੀ ਗਵਰਨਮੈਂਟ ਬਣਾ ਲੈਂਦੀ ਹੈ ਬਟ ਕਈ ਵਾਰ ਕੀ ਹੁੰਦਾ ਕਿ ਪਾਰਟੀ ਨੂੰ 273 ਨਹੀਂ ਮਿਲੀ ਉਹ ਘੱਟ ਸੀਟਾਂ ਤੇ ਰਹਿ ਗਈ ਤਾਂ ਦੂਜੀ ਪਾਰਟੀ ਜਿਹੜੀ ਉਹਨਾਂ ਦੀ ਫਰੈਂਡ ਪਾਰਟੀਆਂ ਹੁੰਦੀਆਂ ਜਿਹੜੇ ਉਹਨਾਂ ਦੀ ਗਠਬੰਧਨ ਵਾਲੀ ਪਾਰਟੀਆਂ ਹੁੰਦੀਆਂ ਉਹ ਮਿਲ ਕੇ ਸਰਕਾਰ ਬਣਾ ਲੈਂਦੇ ਆ ਜਿਵੇਂ ਕਾਂਗਰਸ ਨੇ ਬਣਾ ਰੱਖੀ ਸੀ 2004 ਦੇ ਵਿੱਚ ਯੂਪੀਏ ਗਵਰਨਮੈਂਟ ਉਹਨੂੰ ਆਪਾਂ ਬੋਲਦੇ ਸੀਗੇ ਫਿਰ 2009 ਚ ਵੀ ਉਹਨਾਂ ਦੀ ਬਣੀ ਹੈ ਯੂਪੀਏ ਗਵਰਨਮੈਂਟ ਉਹਨਾਂ ਨੂੰ ਆਪਾਂ ਬੋਲਦੇ ਆ ਯਾਨੀ ਕਾਂਗਰਸ ਦੀ ਸਭ ਤੋਂ ਵੱਧ ਸੀਟਾਂ ਇਸ ਦੀ ਪਾਰਟੀਆਂ ਸਮਾਜਵਾਦੀ ਪਾਰਟੀ ਜਿਹੜੀ ਯੂਪੀ ਦੀ ਹੈ ਜਾਂ ਹੋਰ ਪਾਰਟੀਆਂ ਦੇ ਨਾਲ ਮਿਲ ਕੇ ਮਤਲਬ ਗਠਬੰਧਨ ਕਰਕੇ ਉਹ ਸਰਕਾਰ ਬਣਾ ਲੈਂਦੇ ਆ ਠੀਕ ਹੈ ਤਾਂ ਹੁੰਦਾ ਕੀ ਹੈ ਅਜਿਹੀ ਸਰਕਾਰਾਂ ਦੇ ਵਿੱਚ ਕੀ ਹੁੰਦਾ ਹੈ ਕਈ ਵਾਰ ਕਈ ਵਾਰ ਅਜਿਹੀ ਕੰਡੀਸ਼ਨ ਆ ਜਾਂਦੀ ਹੈ ਬਈ ਕਿ 273 ਬੰਦੇ ਇਕੱਠੇ ਨਹੀਂ ਰਹਿੰਦੇ ਉਹ ਸਰਕਾਰ ਡਿੱਗ ਜਾਂਦੀ ਹੈ ਗਿਰ ਜਾਂਦੀ ਹੈ ਠੀਕ ਹੈ ਕਿਉਂਕਿ ਉਹਨਾਂ ਕੋਲ ਮжоਰਿਟੀ ਨਹੀਂ ਹੈਗੀ ਤਾਂ ਫਿਰ ਦੂਜੇ 273 ਬੰਦੇ ਆਪਣੇ ਵੱਲੋਂ ਐਫਰਟ ਕਰਦੇ ਆ ਕਹਿੰਦਾ ਮਤਲਬ ਇਹ ਹੈ ਜਿਹਦੇ ਕੋਲ 273 ਹੈ ਉਹਨਾਂ ਦੀ ਸਰਕਾਰ ਚੱਲਦੀ ਰਹਿੰਦੀ ਹੈ ਪਰ ਜਦੋਂ ਕੰਡੀਸ਼ਨ ਇਹ ਜੀ ਹੋ ਜਾਂਦੀ ਹੈ ਕਿ ਆਪਸ ਦੇ ਵਿੱਚ ਕਿਸੇ ਦੀ ਵੀ ਗੱਲਬਾਤ ਨਹੀਂ ਬਣ ਰਹੀ ਠੀਕ ਹੈ ਤਾਂ ਫਿਰ ਹੋਰ ਕੋਈ ਆਪਸ਼ਨ ਰਹਿੰਦਾ ਨਹੀਂ ਦੁਬਾਰੇ ਚੋਣਾਂ ਕਰਾਣੇ ਪੈਂਦੇ ਕਿਉਂਕਿ ਲੋਕ ਸਭਾ ਤਾਂ 5 ਸਾਲ ਵਾਸਤੇ ਬਣੀ ਹੈ ਹੁਣ ਮੰਨ ਲਓ ਇਹ 2004 ਚ ਬਣੀ ਸੀਗੀ ਠੀਕ ਹੈ 2009 ਤੱਕ ਇਹਨੇ ਚੱਲਣਾ ਹੈ ਬਟ 2006 ਦੇ ਵਿੱਚ ਆ ਕੇ ਅਜਿਹੀ ਕੰਡੀਸ਼ਨ ਹੋ ਗਈ ਕਿ ਕਿਸੇ ਕੋਲ ਬਹੁਮਤ ਨਹੀਂ ਹੈ ਨਾ ਹੀ ਆਪਸ ਦੇ ਵਿੱਚ ਕਿਸੇ ਦੀ ਗੱਲਬਾਤ ਬਣ ਰਹੀ ਹੈ ਜੀ ਤਾਂ ਫਿਰ ਹੋਰ ਕੋਈ ਆਪਸ਼ਨ ਰਹਿੰਦਾ ਨਹੀਂ ਦੁਬਾਰੇ ਇਲੈਕਸ਼ਨ ਕਰਾਣੇ ਪੈਂਦੇ ਆ ਉਹ ਮਿਡ ਟਰਮ ਹੋ ਜਾਂਦਾ ਇਲੈਕਸ਼ਨ ਜਿਹੜਾ ਮਤਲਬ ਸਮੇਂ ਤੋਂ ਪਹਿਲਾਂ ਕਰਾਇਆ ਗਿਆ ਹੋਵੇ 5 ਸਾਲ ਇਹਨਾਂ ਲੋਕ ਸਭਾ ਦਾ ਕਾਰਜਕਾਲ 5 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਚਾਹੇ ਸਰਕਾਰ ਆਪਣੀ ਇੱਛਾ ਨਾਲ ਕਰਾਵੇ ਚਾਹੇ ਮਜਬੂਰੀ ਚ ਕਰਾਏ ਜੇ 5 ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਤਲਬ ਖਤਮ ਹੋਣ ਤੋਂ ਪਹਿਲਾਂ ਹੀ ਦੁਬਾਰਾ ਇਲੈਕਸ਼ਨ ਕਰਾਇਆ ਗਿਆ ਉਹ ਮਿਟਰਮ ਇਲੈਕਸ਼ਨ ਹੁੰਦਾ ਠੀਕ ਹੈ ਹਾਂ ਲੱਗਿਆ ਸਾਰਿਆਂ ਨੂੰ ਪਤਾ ਠੀਕ ਹੈ ਜੀ ਇਹ ਪਹਿਲੀ ਵਾਰ ਕਦੋਂ ਹੋਇਆ ਸੀਗਾ ਇਹ ਹੋਇਆ ਸੀ 71 ਦੇ ਵਿੱਚ ਪਹਿਲੀ ਵਾਰ ਠੀਕ ਹੈ 71 ਦੇ ਵਿੱਚ ਹੋਇਆ ਅੱਜ ਤੱਕ ਕੁੱਲ 5 ਵਾਰ ਮਿਡ ਟਰਮ ਇਲੈਕਸ਼ਨ ਹੋ ਚੁੱਕੇ ਹਨ ਅੱਜ ਤੱਕ 5 ਵਾਰ ਹੋ ਚੁੱਕੇ ਆ ਆਖਰੀ ਵਾਰ 1999 ਚ ਹੋਇਆ ਠੀਕ ਐ ਓਕੇ ਹਾਂ 98 ਚ ਵੀ ਹੋਇਆ 1998 ਚ ਵੀ ਹੋਇਆ 99 ਚ ਵੀ ਹੋਇਆ ਉਸ ਤੋਂ ਬਾਅਦ ਦੇਖੋ ਜੀ ਭਾਰਤ ਦੇ ਕਿਸ ਰਾਜ ਵਿੱਚ ਪਹਿਲੀ ਵਾਰ ਗੈਰ ਕਾਂਗਰਸੀ ਸਰਕਾਰ ਬਣੀ ਭਾਰਤ ਦੇ ਕਿਸ ਰਾਜ ਵਿੱਚ ਪਹਿਲੀ ਵਾਰ ਗੈਰ ਕਾਂਗਰਸੀ ਬਣੀ ਹੈ ਨਾ 1971 ਦੇ ਵਿੱਚ ਇੰਦਰਾ ਗਾਂਧੀ ਸੀ ਕਿ ਵੈਰੀ ਗੁੱਡ ਓਕੇ ਦੱਸੋ ਭਾਈ ਦੱਸੋ ਵੈਰੀ ਗੁੱਡ ਜੀ ਸਾਰਿਆਂ ਦਾ ਕੀ ਹੈ ਕੇਰਲ ਹੈ ਕਿਹੜੀ ਪਾਰਟੀ ਦੀ ਬਣੀ ਸੀਗੀ ਕਾਮਰੇਡੀ ਸੀਗੇ ਵੀ ਕਮਿਊਨਿਸਟ ਵਾਲੇ ਆ ਦੇਖ ਲਓ ਠੀਕ ਹੈ 1997 ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਨੇ ਦੱਖਣੀ ਰਾਜ ਕੇਰਲਾ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਹਰਾਇਆ ਤੇ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਗੈਰ ਕਾਂਗਰਸੀ ਸਰਕਾਰ ਬਣੀ ई एम एस ई एम एस नमुंदरीपद ठीक है ना नमुंदरीपद केरल ਦੇ ਮੁੱਖ ਮੰਤਰੀ ਬਣੇ ਇਹ ਯਾਨੀ ਕਿ ਇਹ ਦੇਸ਼ ਦਾ ਪਹਿਲਾ ਗੈਰ ਕਾਂਗਰਸੀ ਮੁੱਖ ਮੰਤਰੀ ਸੀਗਾ ਸੌਰੀ ਮੈਂ ਸ਼ਾਇਦ ਪਹਿਲਾਂ ਪ੍ਰਧਾਨ ਮੰਤਰੀ ਬੋਲ ਗਿਆ ਹੈ ਨਾ ਓਕੇ ਸਮਝਿਓ ਨਾ ਗੱਲ ਨੂੰ ਚਲੋ ਫਿਰ ਨੈਕਸਟ ਆਜੋ ਭਾਰਤ ਵਿੱਚ ਪਾਰਟੀ ਰਹਿਤ ਲੋਕਤੰਤਰ ਮਤਲਬ ਅਜੀ ਹੀ ਡੈਮੋਕ੍ਰੇਸੀ ਜਿਹਦੇ ਵਿੱਚ ਪਾਰਟੀ ਨਾ ਹੋਵੇ ਪਾਰਟੀ ਲੈਸ ਡੈਮੋਕ੍ਰੇਸੀ ਇੱਕ ਕੀਨੇ ਕਿਹਾ ਸੀ ਕਿ ਇੱਕ ਕਰਨਾ ਚਾਹੀਦਾ ਹੈ ਇਹ ਪ੍ਰਸਤਾਵ দেয়া ਸੀਗਾ ਠੀਕ ਹੈ ਕਿਹੜੇ ਕੁਐਸਚਨ ਨੂੰ ਕਿਹੜੇ ਕੁਐਸਚਨ ਨਾਲ ਜੋੜ ਰਹੇ ਚਲੋ ਕੋਈ ਨਹੀਂ ਹਾਂਜੀ ਪਾਰਟੀ ਲੈਸ ਡੈਮੋਕ੍ਰੇਸੀ ਦੱਸੋ ਬਈ ਫਟਾਫਟ ਜੇਪੀ ਨਾਰਾਇਣ ਵੈਰੀ ਗੁੱਡ ਜੈ ਪ੍ਰਕਾਸ਼ ਨਾਰਾਇਣ ਨੇ ਇਹ ਕਿਹਾ ਸੀਗਾ ਕਿ ਪਾਰਟੀ ਲੈਸ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਤੇ ਜੈ ਪ੍ਰਕਾਸ਼ ਨਾਰਾਇਣ ਬਾਰੇ ਬਹੁਤ ਜੇ ਕੁਐਸਚਨ ਪੁੱਛੇ ਜਾਂਦੇ ਆ ਬਿਲਕੁਲ ਫੈਕਚੁਅਲ ਫੈਕਚੁਅਲ ਕੁਐਸਚਨ ਹੈ ਆਪਾਂ ਸਾਰੇ ਦੇਖ ਲੈਂਦੇ ਆ ਇੱਕ ਸਲਾਈਡ ਦੇ ਵਿੱਚ ਠੀਕ ਹੈ ਜੈ ਪ੍ਰਕਾਸ਼ ਨਾਰਾਇਣ ਇੰਡੀਅਨ ਇੰਡੀਪੈਂਡੈਂਸ ਐਕਟੀਵਿਟੀ ਸੀਗੇ ਭਈ ਯਾਨੀ ਸੁਤੰਤਰਤਾ ਸੈਨਾਨੀ ਇਹਨਾਂ ਨੂੰ ਲੋਕਨਾਇਕ ਵੀ ਕਿਹਾ ਜਾਂਦਾ ਠੀਕ ਕਿਹਾ ਜਾਂਦਾ ਲੋਕਨਾਇਕ ਫਾਦਰ ਆਫ ਬਿਹਾਰ ਵੀ ਬੋਲ ਦਿੰਦੇ ਆ ਪਾਰਟੀ ਲੈਸ ਡੈਮੋਕ੍ਰੇਸੀ ਇਹਨਾਂ ਨੇ ਕਿਹਾ ਇੰਡੀਆ ਚ ਹੋਣੀ ਚਾਹੀਦੀ ਹੈ ਇਹਨਾਂ ਨੂੰ ਏਸ਼ੀਆ ਦਾ ਜਿਹੜਾ ਨੋਬਲ ਹੈ ਨੋਬਲ ਪੂਰੀ ਦੁਨੀਆ ਦਾ ਨੋਬਲ ਨਹੀਂ ਮੈਂ ਏਸ਼ੀਆ ਦੇ ਨੋਬਲ ਦੀ ਗੱਲ ਕਰ ਰਿਹਾ ਏਸ਼ੀਆ ਦਾ ਨੋਬਲ ਕਿਹਨੂੰ ਕਿਹਾ ਜਾਂਦਾ ਹੈ ਮੈਗਸੇਸੇ ਪੁਰਸਕਾਰ ਨੂੰ ਕਿਹਾ ਜਾਂਦਾ ਹੈ ਇਨਾਂ ਨੂੰ ਐਵੀ ਮਿਲਿਆ ਹੋਇਆ ਸੀਗਾ ਠੀਕ ਹੈ ਇੰਡੀਆ ਦਾ ਸਭ ਤੋਂ ਵੱਡਾ ਅਵਾਰਡ ਭਾਰਤਤਨ ਐਵੀ ਇਹਨਾਂ ਨੂੰ ਮਿਲਿਆ ਨੜੀ 90 ਦੇ ਵਿੱਚ ਤੇ ਇਹਨਾਂ ਨੇ ਕਾਂਗਰਸ ਸੋਸ਼ਲਿਸਟ ਪਾਰਟੀ ਵੀ ਬਣਾਈ ਸੀਗੀ ਠੀਕ ਹੈ ਜੀ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਸਲੋਗਨ ਬਹੁਤ ਫੇਮਸ ਹੈ ਸੰਪੂਰਨ ਕ੍ਰਾਂਤੀ ਸੰਪੂਰਨ ਕ੍ਰਾਂਤੀ ਯਾਨੀ ਟੋਟਲ ਰੈਵੋਲੂਸ਼ਨ ਸੰਪੂਰਨ ਕ੍ਰਾਂਤੀ ਇਹ ਡਾਇਰੈਕਟ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਟੋਟਲ ਰੈਵੋਲੂਸ਼ਨ ਸੰਪੂਰਨ ਕ੍ਰਾਂਤੀ ਦਾ ਨਾਰਾ ਕੀਨੇ ਦਿਆ ਜੈ ਪ੍ਰਕਾਸ਼ ਨਾਰਾਇਣ ਨੇ ਇਸ ਤੋਂ ਇਲਾਵਾ ਇਕਨੋਮਿਕਸ ਦੇ ਨਾਲ ਰਿਲੇਟਡ ਇਹ ਸ਼ਬਦ ਹੈਗਾ ਸਰਵੋਦਯ ਪਲਾਨ ਇਹ ਦੇਸ਼ ਦੀ ਇਕਨੋਮਿਕ ਪਲੈਨਿੰਗ ਦੇ ਨਾਲ ਇਹਨਾਂ ਨੇ ਸਬੰਧਤ ਇਹ ਪਲਾਨ ਪੇਸ਼ ਕਰਿਆ ਸੀਗਾ ਸਰਬੋਦ ਦੇ ਪਲਾਨ ਇਹ ਸਾਰੇ ਪੁਆਇੰਟ ਯਾਦ ਰੱਖਣੇ ਆ ਚਲੋ ਫਿਰ ਅੱਗੇ ਆਜੋ ਇਹ ਕੀਨੇ ਕਿਹਾ ਕਿ ਇੱਕ ਚੰਗਾ ਨਾਗਰਿਕ ਇੱਕ ਚੰਗਾ ਰਾਜ ਬਣਾਉਂਦਾ ਹੈ ਤੇ ਇੱਕ ਮਾੜਾ ਨਾਗਰਿਕ ਇੱਕ ਮਾੜਾ ਰਾਜ ਬਣਾਉਂਦਾ ਹੈ ਇਹ ਕੀਨੇ ਕਿਹਾ ਭਾਈ ਇਹ ਦੱਸੋ ਹਾਂ ਰਵੀਸ਼ ਕੁਮਾਰ ਨੂੰ ਵੀ ਮਿਲਿਆ ਠੀਕ ਹੈ ਬినੋਬਾ ਭਾਵੇ ਨੂੰ ਵੀ ਮਿਲਿਆ ਤੇ ਉਹ ਜਿਹੜੀ 3 ਇਡਿਟ ਮੂਵੀ ਤੁਸੀਂ ਦੇਖਦੇ ਹੋ ਉਹਦੇ ਚ ਅਮੀਰ ਖਾਨ ਨੇ ਜਿਹਦੇ ਸਾਇੰਟਿਸਟ ਦਾ ਰੋਲ ਪਲੇ ਕਰਿਆ ਕੀ ਨਾਮ ਹੈ ਉਹਨਾਂ ਦਾ ਹਨਮ ਬੰਗਚੂ ਉਹਨਾਂ ਨੂੰ ਵੀ ਮਿਲਿਆ ਹੋਇਆ ਇਹ ਅਵਾਰਡ ਹੈ ਠੀਕ ਹੈ ਕਾਫੀ ਬੰਦੇ ਨੂੰ ਮਿਲਿਆ ਹੋਇਆ ਇੰਡੀਆ ਦੇ ਠੀਕ ਹੈ ਚਲੋ ਵੀ ਦੱਸੋ ਵੈਰੀ ਗੁੱਡ ਹਾਂਜੀ ਇਹ ਬਹੁਤ ਸਾਰੀ ਫੀਲਡਸ ਦੇ ਵਿੱਚ ਮਿਲਦਾ মিডিਆ ਲਿਟਰੇਚਰ ਅਮਰਜਿੰਗ ਲੀਡਰਸ਼ਿਪ ਸੋਸ਼ਲ ਸਰਵਿਸ ਬਹੁਤ ਸਾਰੇ ਆ ਅਵਾਰਡ ਦੀ ਵੀਡੀਓ ਦੇਖੋ ਅਵਾਰਡ ਦੀ ਵੀਡੀਓ ਪਈ ਹੈ ਮੇਰੀ ਇੰਟਰਨੈਸ਼ਨਲ ਅਵਾਰਡ ਦੀ ਵੀਡੀਓ YouTube ਦੇ ਉੱਤੇ ਹੀ ਪਈ ਹੈ ਸਟੈਟਿਕ ਜੀਕੇ ਇੱਕ ਅਲੱਗ ਤੋਂ ਪਲੇਲਿਸਟ ਬਣੀ ਹੋਈ ਹੈ ਉੱਥੇ ਜਾ ਕੇ ਦੇਖੋ ਸਾਰੇ ਅਵਾਰਡ ਮੇਕਰ ਆਏ ਆ ਇੰਡੀਆ ਦੇ ਵੀ ਤੇ ਵਰਲਡ ਦੇ ਵੀ ਠੀਕ ਹੈ ਨਾ ਹਾਂਜੀ ਤਾਂ ਇਹ ਗੱਲ ਕਹੀ ਸੀਗੀ ਬਈ ਅਰਸਤੂ ਨੇ ਅਰਸਤੂ ਕੌਣ ਹੈ ਐਰਿਸਟੋਟਲ ਸਿਕੰਦਰ ਦਾ ਗੁਰੂ ਯੂਨਾਨ ਦਾ ਬਹੁਤ ਵੱਡਾ ਫਿਲਾਸਫਰ ਠੀਕ ਹੈ ਫਾਦਰ ਆਫ ਜੀਵ ਜੰਤੂ ਵਿਗਿਆਨ ਬਾਇਓਲੋਜੀ ਦਾ ਸਮਝਿਓ ਨਾ ਗੱਲ ਨੂੰ ਬਾਇਓਲੋਜੀ ਦਾ ਜਨਤੂ ਵਿਗਿਆਨ ਦਾ ਜਨਤੂ ਸ਼ਾਸਤਰ ਦਾ ਪਿਤਾ ਅਰਸਤੂ ਐਰੀਸਟੋਟਲ ਸਿਕੰਦਰ ਦਾ ਗੁਰੂ ਸਮਝੇ ਗੱਲ ਹਾਂਜੀ ਚਲੋ ਨੈਕਸਟ ਆਪ ਭਾਰਤ ਦੀ ਪਹਿਲੀ ਮਹਿਲਾ ਰਾਜਦੂਤ ਕੌਣ ਸੀਗੀ ਭਾਰਤ ਦੀ ਪਹਿਲੀ ਮਹਿਲਾ ਰਾਜਦੂਤ ਕੌਣ ਹੈ ਇਹ ਬਹੁਤ ਵਧੀਆ ਕੁਐਸਚਨ ਹੈ ਤੇ ਇਹਦਾ ਇੱਕ ਵਾਰ ਮੈਂ ਮਿਊਟ ਕਰਦਾ ਤੇ ਇਹਦਾ ਆਨਸਰ ਨਾ ਵੈਬਸਾਈਟਾਂ ਦੇ ਉੱਤੇ ਵੀ ਕਈ ਵਾਰ ਤੁਹਾਨੂੰ ਗਲਤ ਹੀ ਮਿਲ ਜਾਂਦਾ ਹੈ ਠੀਕ ਹੈ ਅੱਜ ਆਪਾਂ ਕਲੀਅਰ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਹਾਂ ਸੀ ਆਇਆ ਸਾਰਿਆਂ ਦਾ ਓਕੇ ਕੋਈ ਡੀ ਆਲਾ ਹੈਗਾ ਵਿਜੇ ਲక్ష్ਮੀ ਪੰਡਿਤ ਵਿਜੇ ਲక్ష్ਮੀ ਪੰਡਿਤ ਵਿਜੇ ਲక్ష్ਮੀ ਪੰਡਿਤ ਠੀਕ ਹੈ ਨਾ ਇਹ ਯਾਦ ਰੱਖਣਾ ਹੈ ਬਈ ਦੇਖੋ ਬਹੁਤ ਸਾਰੀ ਸਾਈਟਾਂ 'ਤੇ ਬਹੁਤ ਸਾਰੇ ਮਤਲਬ ਬੁੱਕਸ ਦੇ ਵਿੱਚ ਬੁੱਕਸ ਦੇ ਵਿੱਚ ਤਾਂ ਮੈਂ ਕਹਿ ਨਹੀਂ ਸਕਦਾ ਪਰ ਬਹੁਤ ਸਾਰੀ ਸਾਈਟਾਂ ਦੇ ਉੱਤੇ ਇਸ ਦਾ ਆਨਸਰ ਏ ਆ ਰਿਹਾ ਹੈ ਉਹਦਾ ਕਾਰਨ ਕੀ ਹੈ ਮੈਂ ਤੁਹਾਨੂੰ ਬਾਅਦ ਵਿੱਚ ਕਲੀਅਰ ਕਰੂੰ ਪਹਿਲਾਂ ਇਹ ਦੇਖੋ ਇਹ ਜਿਹੜੀ ਵਿਜੀਲਕਸ਼ਮੀ ਪੰਡਿਤ ਹੈ 1947 ਤੋਂ ਲੈ ਕੇ 49 ਤੱਕ ਯੂਐਸਐਸਆਰ ਯਾਨੀ ਪ੍ਰਾਣ ਜਿਹੜਾ ਸੋਵੀਅਤ ਸੰਘਾ ਠੀਕ ਹੈ ਨਰੂਸ ਹੈ ਉੱਥੇ ਐਮਬੈਸਡਰ ਰਹੀ ਹੈ ਠੀਕ ਹੈ ਸੀ ਵੀ ਮੁਥਮਾ ਜਿਹੜੀ ਸੀਗੀ ਬਈ ਇਹ ਇੰਡੀਆ ਤੋਂ ਪਹਿਲੀ ਡਿਪਲੋਮੈਟ ਹੈ ਇੰਡੀਆ ਤੋਂ ਪਹਿਲੀ ਡਿਪਲੋਮੈਟ ਹੈ ਜਿਨੇ आईओएफएस मतलब इंडियन फॉरेन सर्विस फॉरेस्ट ਨਹੀਂ ਇੱਥੇ ਫੋਰਨ ਹੈ इंडियन फॉरेन सर्विस ਦਾ ਮਤਲਬ इंडियन फॉरेन सर्विस ਦੇ ਵਿੱਚ ਜੁਆਇਨ ਹੋਣ ਵਾਲੀ ਪਹਿਲੀ ਫੀਮੇਲ ਹੈ ਫਰਸਟ ਫੀਮੇਲ ਠੀਕ ਹੈ ਯਾਦ ਰੱਖਣੀ ਇਹ ਫਰਸਟ ਫੀਮੇਲ ਡਿਪਲੋਮੈਟ ਵੀ ਨੂੰ ਕਿਹਾ ਜਾਂਦਾ ਹੈ ਫਰਸਟ ਫੀਮੇਲ ਡਿਪਲੋਮੈਟ ਠੀਕ ਹੈ ਪਰ ਅੰਬੈਸਡਰ ਨਹੀਂ ਅੰਬੈਸਡਰ ਪਹਿਲਾਂ விஜयलक्ष्मी ਪੰਡਿਤ ਰਹਿ ਚੁੱਕੀ ਹੈ ਇਹ ਵੀ ਅੰਬੈਸਡਰ ਬਣ ਕੇ ਗਈ ਹੈ ਹੰਗਰੀ ਦੀ ਗਈ ਹੈ 1970 ਦੇ ਵਿੱਚ ਹੰਗਰੀ 1970 ਉਹ ਲੱਗ ਕੇਸ ਹੈ ਇਹ ਲੱਗ ਕੇਸ ਹੈ ਠੀਕ ਹੈ ਠੀਕ ਹੈ ਅਸ ਤੋਂ ਬਾਅਦ ਬਈ ਹਰ ਇੱਕ ਤੋਂ ਉਸ ਦੀ ਸਮਰੱਥਾ ਅਨੁਸਾਰ ਹਰ ਇੱਕ ਤੋਂ ਉਸ ਦੀ ਸਮਰੱਥਾ ਅਨੁਸਾਰ ਤੇ ਹਰੇਕ ਨੂੰ ਉਸ ਦੀ ਲੋੜ ਅਨੁਸਾਰ ਇਹ ਸਿਧਾਂਤ ਕਿਹਨਾਂ ਦਾ ਸਿਧਾਂਤ ਹੈ ਜਾਂ ਫਿਰ ਕਈ ਵਾਰ ਇਸ ਨੂੰ ਕੁਐਸਚਨ ਨੂੰ ਏਦਾਂ ਵੀ ਪੁੱਛ ਲੈਂਦੇ ਆ ਬਈ ਇਹ ਨਾਰਾ ਕਿਸ ਨੇ ਦਿਆ ਸੀਗਾ ਇਹ ਦੋ ਕੁਐਸਚਨ ਹੋ ਗਏ ਤੁਹਾਡੇ ਕੋਲ ਇਹ ਜਿਹੜਾ ਸਲੋਗਨ ਹੈ ਇਹ ਨਾਰਾ ਇਹ ਕਿਸ ਨੇ ਦਿਆ ਠੀਕ ਹੈ ਇਹ ਨਾਰਾ ਕਿਸ ਨੇ ਦਿਆ ਬਈ ਇਹ ਨਾਰਾ ਕਿਸ ਨੇ ਦਿਆ ਠੀਕ ਹੈ ਹਰ ਇੱਕ ਤੋਂ ਉਸ ਦੀ ਸਮਰੱਥਾ ਅਨੁਸਾਰ ਤੇ ਹਰ ਇੱਕ ਨੂੰ ਉਹਦੀ ਲੋੜ ਅਨੁਸਾਰ ਇਹ ਨਾਰਾ ਕਿਸ ਨੇ ਦਿਆ ਠੀਕ ਹੈ ਹਾਂਜੀ ਰਾਈਟ ਆਨਸਰ ਦਾ ਤੁਹਾਡਾ ਆ ਗਿਆ ਸਾਰਿਆਂ ਦਾ ਕਮਿਊਨਿਜ਼ਮ ਦੀ ਗੱਲ ਹੈ ਸਮਵਾਦੀ ਠੀਕ ਹੈ ਕਮਿਊਨਿਸਟ ਵਿਚਾਰਧਾਰਾ ਹੁਣ ਇਹ ਕੁਐਸਚਨ ਇਹ ਆ ਵੀ ਇਹ ਨਾਰਾ ਕਿਸ ਨੇ ਦਿਆ ਸੀਗਾ ਹਰ ਇੱਕ ਤੋਂ ਉਸ ਦੀ ਸਮਰੱਥਾ ਅਨੁਸਾਰ ਤੇ ਹਰ ਇੱਕ ਨੂੰ ਉਸ ਦੀ ਹਰ ਇੱਕ ਨੂੰ ਉਸ ਦੀ ਲੋੜ ਅਨੁਸਾਰ ਇਹ ਦਿਆ ਸੀਗਾ ਨਾਰਾ ਜਿਹੜਾ ਇਸ ਵਿਚਾਰਧਾਰਾ ਦਾ ਜਨਕ ਹੈ ਠੀਕ ਹੈ ਚਲੋ ਤੁਹਾਨੂੰ ਹਿੰਟ ਵੀ ਦਿੱਤਾ ਇਸ ਵਿਚਾਰਧਾਰਾ ਦਾ ਜਿਹੜਾ ਜਨਕ ਹੈ ਵੈਰੀ ਗੁੱਡ Karl Marx ਦੀ ਗੱਲ ਹੋ ਰਹੀ ਹੈ Karl Marx ਕੋਨੇ ਇਹ ਨਾਰਾ ਦਿਆ ਸੀਗਾ ਠੀਕ ਹੈ ਯਾਦ ਰੱਖਣਾ Karl Marx ਨੇ ਇਹ ਨਾਰਾ ਦਿਆ ਸੀਗਾ ਕਈ ਵਾਰ ਕੁਐਸਚਨ ਇਦਾਂ ਵੀ ਪੁੱਛ ਲਿਆ ਜਾਂਦਾ ਹੈ ਕਿ ਇਹ ਨਾਰਾ ਕਿਹਨੇ ਦਿਆ ਸੀਗਾ ਭਾਈ ਸਮਝੇ ਗੱਲ ਨੂੰ ਠੀਕ ਹੈ ਨੈਕਸਟ ਹੈ ਜੀ ਸਮਾਜਵਾਦੀ ਚਿੰਤਕ ਜਿਹੜੇ ਹੁੰਦੇ ਆ ਸਮਾਜਵਾਦੀ ਚਿੰਤਕ ਜਿਹੜੇ ਹੁੰਦੇ ਆ ਠੀਕ ਹੈ ਸੋਸ਼ਲਿਸਟ ਉਹ ਡੈਸ਼ ਵਿੱਚ ਬਰਾਬਰੀ ਦੇ ਅਧਿਕਾਰ ਦੀ ਵਿਸਤਾਰ ਦੀ ਵਕਾਲਤ ਕਰਦੇ ਹਨ ਮਤਲਬ ਕਿਸ ਚੀਜ਼ ਦੇ ਵਿੱਚ ਬਰਾਬਰੀ ਦੇ ਅਧਿਕਾਰ ਦੀ ਗੱਲ ਕਰਦੇ ਹੋ ਕਿ ਕਿਸ ਚੀਜ਼ ਦੇ ਵਿੱਚ ਬਰਾਬਰੀ ਹੋਣੀ ਚਾਹੀਦੀ ਹੈ ਜਿਹੜੇ ਸਮਾਜਵਾਦੀ ਲੋਕ ਹੈ ਉਹ ਕਿਸ ਚੀਜ਼ ਦੇ ਵਿੱਚ ਬਰਾਬਰੀ ਦੀ ਗੱਲ ਕਰਦੇ ਹਨ ਇਹ ਦੱਸੋ ਠੀਕ ਹੈ ਇਹ ਦੱਸੋ ਬਈ ਫਟਾਫਟ ਠੀਕ ਹੈ ਜੀ ਠੀਕ ਹੈ ਚਲੋ ਅੱਗੇ ਆਜੋ ਫਟਾਫਟ ਜ਼ਿਆਦਾਤਰ ਦਾ ਸੀ ਆ ਰਿਹਾ ਹੈ ਬਟ ਸੀ ਰਾਈਟ ਆਨਸਰ ਨਹੀਂ ਹੈ ਬਈ ਠੀਕ ਹੈ ਸੀ ਰਾਈਟ ਆਨਸਰ ਨਹੀਂ ਹੈ ਉਹ ਗੱਲ ਕਰਦੇ ਆਂ ਆਰਥਿਕ ਤੌਰ ਤੇ ਸਾਰਿਆਂ ਦੇ ਬਰਾਬਰੀ ਦੀ ਆਰਥਿਕ ਤੌਰ ਤੇ ਠੀਕ ਹੈ ਇਸ ਤੇ ਜ਼ਿਆਦਾ ਵਕਾਲਤ ਕਰਦੇ ਆ ਇਹਦਾ ਰਾਈਟ ਆਨਸਰ ਏ ਠੀਕ ਹੈ ਇਕਨੋਮਿਕ ਠੀਕ ਹੈ ਚਲੋ ਅੱਗੇ ਆਓ ਪ੍ਰਧਾਨ ਮੰਤਰੀ ਵੱਜੋਂ ਨਿਯੁਕਤੀ ਦੇ ਸਮੇਂ ਹੇਟ ਲਿਖਿਆਂ ਵਿੱਚੋਂ ਕੌਣ ਰਾਜ ਸਭਾ ਦਾ ਮੈਂਬਰ ਸੀ ਤਾਂ ਇਹ ਚਾਰ ਆਪਸ਼ਨ ਤੁਹਾਨੂੰ ਦੇਏ ਹੋਏ ਆ ਇਹਨਾਂ ਵਿੱਚੋਂ ਇਹ ਦੱਸਣਾ ਹੈ ਜਦੋਂ ਉਹ ਪ੍ਰਧਾਨ ਮੰਤਰੀ ਬਣਿਆ ਉਸ ਟਾਈਮ ਉਹ ਲੋਕ ਸਭਾ ਦਾ ਨਹੀਂ ਉਸ ਟਾਈਮ ਉਹ ਰਾਜ ਸਭਾ ਦਾ ਮੈਂਬਰ ਸੀ ਠੀਕ ਹੈ ਜਿਆਦਾਤਰ ਆਪਾਂ ਪ੍ਰਧਾਨ ਮੰਤਰੀ ਦੇਖਦੇ ਆ ਕਿੱਥੋਂ ਆਉਂਦੇ ਆ ਲੋਕ ਸਭਾ ਤੋਂ ਆਉਂਦੇ ਆ ਜਿਵੇਂ ਅੱਜ ਵੀ ਜੇ ਆਪਾਂ ਦੇਖੀਏ ਜਿਹੜਾ ਅੱਜ ਪ੍ਰਧਾਨ ਮੰਤਰੀ ਹੈ ਮਿੱਤਰੋ ਹਨੀ ਮੋਦੀ ਤਾਂ ਇਹ ਲੋਕ ਸਭਾ ਤੋਂ ਹੈ ਹਨਾ ਕੁਝ ਅਜਿਹੇ ਵੀ ਹੋਏ ਆ ਜਿਹੜੇ ਰਾਜ ਸਭਾ ਤੋਂ ਸੀਗੇ ਆ ਗਿਆ ਸਾਰਿਆਂ ਦਾ 인ਦਰਾ ਗਾਂਧੀ ਠੀਕ ਹੈ ਜੀ 인ਦਰਾ ਗਾਂਧੀ ਰਾਜ ਸਭਾ ਤੋਂ ਸੀਗੀ ਉਸ ਟਾਈਮ ਜਦੋਂ ਪਹਿਲੀ ਵਾਰ ਬਣੀ ਹੈ 66 ਦੇ ਵਿੱਚ ਬਣੀ ਹੈ ਨਾ ਹਾਂ ਓਕੇ ਤਾਂ 인ਦਰਾ ਗਾਂਧੀ ਫਸਟ ਟਾਈਮ ਜਦੋਂ ਇਲੈਕਟ ਹੋਈ ਸੀ ਉਸ ਟਾਈਮ ਇਹ ਰਾਜ ਸਭਾ ਤੋਂ ਸੀਗੀ ਇਸ ਤੋਂ ਇਲਾਵਾ ਹੋਰ ਵੀ ਹੈ ਰਾਜ ਸਭਾ ਵਾਲੇ ਜੇ ਆਪਾਂ ਦੇਖੀਏ ਇੱਕ ਤਾਂ 인ਦਰਾ ਗਾਂਧੀ ਹੋਗੀ ਇੱਕ 인ਦਰ ਕੁਮਾਰ ਗੁਜਰਾਲ ਤੁਸੀਂ ਸੁਣਿਆ ਹੋਣਾ ਆਈ ਕੇ ਗੁਜਰਾਲ ਹੈ ਨਾ ਆਪਣੇ ਪੰਜਾਬ ਤੋਂ ਹੀ ਤਾਂ ਸੀਗਾ ਤਾਂ ਉਹ ਵੀ ਰਾਜ ਸਭਾ ਤੋਂ ਸੀਗਾ ਜੀ ਅੱਛਾ ਮਨਮੋਹਨ ਸਿੰਘ ਖੁਦ ਰਾਜ ਸਭਾ ਤੋਂ ਸੀਗੇ ਮਨਮੋਹਨ ਸਿੰਘ ਵੀ ਰਾਜ ਸਭਾ ਤੋਂ ਸੀਗੇ ਮੈਂਬਰ ਮਤਲਬ ਜਦੋਂ ਬਣੇ ਉਸ ਟਾਈਮ ਮਤਲਬ ਉਹਨਾਂ ਨੂੰ ਬਣਾਇਆ ਗਿਆ ਜਦੋਂ ਪ੍ਰਧਾਨ ਮੰਤਰੀ ਬਣ ਗਏ ਹੈਨਾ ਮਨਮੋਹਨ ਸਿੰਘ ਹੋ ਗਏ ਆਈਕੇ ਗੁਜਰਾਲ ਹੋ ਗਏ ਤੇ ਇੱਕ ਹੋਰ ਹੈ ਆਪਣਾ ਹੋਣਾ ਹੋਰ ਕਾਉਥ ਦੇ ਹੈਗੇ ਆ ਉਹ ਕੁਮਾਰਾ ਸੁਆਮੀ ਹੈਨਾ ਐਚ ਡੀ ਕੁਮਾਰਾ ਸੁਆਮੀ ਨਹੀਂ ਉਹ ਤਾਂ ਉਹ ਮੁੰਡਾ ਉਹਨਾਂ ਦਾ ਦੱਸੋ ਬਈ ਕੋ ਕੀ ਨਾਮ ਹੈ ਉਹਦਾ ਕਰਨਾਟਕ ਦੇ ਜਿਹਨਾਂ ਦੀ ਪਾਰਟੀ ਹੈ ਜੀਡੀਐਸ ਵਾਲੇ ਕੋਈ ਦੱਸੇਗਾ ਆਈਕੇ ਗੁਜਰਾਲ ਹੋ ਗਏ ਇੱਕ ਤਾਂ ਕਮਨ ਮੋਨ ਸਿੰਘ ਹੋਗੀ ਇੰਦਰਾ ਗਾਂਧੀ ਹੋਗੀ ਦੇਖੋ ਜਿਹੜਾ ਕੰਮ ਮੇਨ ਹੈ ਨਾ ਉਹ ਨਹੀਂ ਦੱਸ ਰੇ ਕਰਨਾਟਕ ਚ ਉਹਨਾਂ ਦੀ ਪਾਰਟੀ ਐ ਉਹਨਾਂ ਦਾ ਮੁੰਡਾ ਸੀਐਮ ਵੀ ਰਹਿ ਚੁਕਿਆ ਨਾ ਨਾਮ ਐ ਜਿਹੜਾ ਸਕਿੱਪ ਹੋ ਗਿਆ ਮਾਈਂਡ ਤੋਂ ਐਚਡੀ ਕੁਮਾਰਾ ਸੁਆਮੀ ਉਹਨਾਂ ਦੇ ਮੁੰਡੇ ਦਾ ਨਾਮ ਐ ਹਨਾ ਦੱਸੋ ਫਟਾਫਟ ਬੋ ਮੈਂ ਨਹੀਂ ਐਚਡੀ ਦੇਵਗੋੜਾ ਠੀਕ ਐ ਜੀ ਐਚਡੀ ਦੇਵਗੋੜਾ ਐਚਡੀ ਦੇਵਗੋੜਾ ਓਕੇ ਵੈਰੀ ਗੁੱਡ ਠੀਕ ਐ ਕਈ ਵਾਰ ਮਾਈਂਡ ਚੋਂ ਨਾਮ ਨਿਕਲ ਜਾਂਦਾ ਹੈ ਉਹ ਕੁਮਾਰਾ ਸੁਆਮੀ ਭੁੱਲ ਗਿਆ ਮਾਗਦੇ ਵਿੱਚ ਇਹਦਾ ਮੁੰਡਾ ਚਲੋ ਅੱਗੇ ਆਜੋ ਨਿਮਨ ਲਿਖਿਤ ਵਿੱਚ ਅੱਛਾ ਇੱਕ ਗੱਲ ਇਹ ਯਾਦ ਰੱਖੋ ਵੀ ਐਚਡੀ ਕੁਮਾਰਾ ਸਵਾਮੀ ਜਦੋਂ ਪ੍ਰਾਈਮ ਮਿਨਿਸਟਰ ਬਣાયਗੇ ਉਸ ਟਾਈਮ ਇਹ ਵਿਧਾਨ ਸਭਾ ਦੇ ਮੈਂਬਰ ਸੀਗੇ ਠੀਕ ਹੈ ਨਾ ਐਮ ਐਲ ਏ ਸੀਗੇ ਉਸ ਟਾਈਮ ਇਹ ਵਿਧਾਨ ਸਭਾ ਦੇ ਮੈਂਬਰ ਸੀ ਇਹ ਪੁੱਛਿਆ ਜਾਂਦਾ ਕਿ ਕਿਹੜੇ ਜਿੱਦਾਂ ਇਹ ਪੁੱਛਿਆ ਗਿਆ ਹੈ ਨਾ ਉਦਾਂ ਹੀ ਇਹ ਵੀ ਪੁੱਛਿਆ ਜਾਂਦਾ ਕਿ ਕਿਹੜੇ ਪ੍ਰਧਾਨ ਮੰਤਰੀ ਜਦੋਂ ਪ੍ਰਧਾਨ ਮੰਤਰੀ ਬਣੇ ਉਸ ਟਾਈਮ ਇਹ ਵਿਧਾਨ ਸਭਾ ਦੇ ਮੈਂਬਰ ਸੀਗੇ ਐਚਡੀ ਦੇਵਗੋੜਾ ਚਲੋ ਨੈਕਸਟ ਆਪ ਨਿਮਨ ਲਿਖਿਤ ਵਿੱਚੋਂ ਕਿਹੜੀ ਰਾਜਨੀਤਿਕ ਪਾਰਟੀ ਨੂੰ ਰਾਸ਼ਟਰੀ ਰਾਜਨੀਤਿਕ ਪਾਰਟੀ ਵੱਜੋਂ ਮਾਨਤਾ ਨਹੀਂ ਦਿੱਤੀ ਗਈ ਹੈ ਤਾਂ ਆਪਾਂ ਹੁਣ ਪਿੱਛੇ ਦੇਖ ਕੇ ਆਏ ਆ ਬਈ ਨੋ ਪਾਰਟੀਆਂ ਕੋਲ ਨੈਸ਼ਨਲ ਪਾਰਟੀ ਦਾ ਦਰਜਾ ਹੈ ਉਹੀ ਦੱਸਣਾ ਹੈ ਇਹਨਾਂ ਵਿੱਚੋਂ ਕਿਹੜੀ ਨਹੀਂ ਹੈ ਬਿਲਕੁਲ ਸਿੰਪਲ ਜਿਹਾ ਕੁਐਸਚਨ ਹੈ ਦੱਸੋ फटाफट ਸਿੰਪਲ ਜਿਹਾ ਕੁਐਸਚਨ ਹੈ ਹਾਂਜੀ ਸ਼੍ਰੋਮਣੀ ਅਕਾਲੀ ਦਲ ਇਹ ਸਟੇਟ ਪਾਰਟੀ ਹੈ ਨੈਸ਼ਨਲ ਪਾਰਟੀ ਨਹੀਂ ਹੈ ਜੀ ਠੀਕ ਹੈ ਚਲੋ ਅੱਗੇ ਆਜੋ ਮਜ਼ਬੂਤ ਕੇਂਦਰ ਵਾਲੀ ਸੰਗੀ ਪ੍ਰਣਾਲੀ ਭਾਰਤੀ ਸੰਵਿਧਾਨ ਵਿੱਚ ਡੈਸ਼ ਤੋਂ ਲਿਆ ਗਿਆ ਹੈ ਤਾਂ ਆਪਣੇ ਦੇਸ਼ ਦੇ ਵਿੱਚ ਮਜ਼ਬੂਤ ਕੇਂਦਰ ਵਾਲੀ ਸੰਗੀ ਪ੍ਰਣਾਲੀ ਹੈ ਮਤਲਬ ਜਿਹੜੀ ਸਟੇਟਾਂ ਨੇ ਮਿਲ ਕੇ ਆਪਣਾ ਦੇਸ਼ ਬਣਾਇਆ ਹੋਇਆ ਉਹ ਦੇਸ਼ ਉਹ ਜਿਹੜਾ ਸੈਂਟਰ ਬਣਿਆ ਉਹ ਮਜ਼ਬੂਤ ਹੈ ਠੀਕ ਹੈ ਨਾ ਮਜ਼ਬੂਤ ਕੇਂਦਰ ਆਪਣੇ ਕੋਲ ਠੀਕ ਹੈ ਫੈਡਰੇਸ਼ਨ ਸਿਸਟਮ ਹੈ ਆਪਣੇ ਕੋਲ ਵਿਦ ਸਟਰੋਂਗ ਸੈਂਟਰ ਇਹ ਆਪਾਂ ਨੇ ਕਿੱਥੋਂ ਲਈ ਹੈ ਚੀਜ਼ ਕੌਣ ਦੱਸੇਗਾ ਹੋਤਾ ਚਲੋ ਠੀਕ ਹੈ ਸੈਕਿੰਡ 올ਡੇਸਟ ਪਾਰਟੀ ਹੈ ਬਟ ਨੈਸ਼ਨਲ ਪਾਰਟੀ ਤਾਂ ਨਹੀਂ ਹੈ ਨਾ ਕੁਸਚਨ ਨੈਸ਼ਨਲ ਪਾਰਟੀ ਦੇ ਉੱਤੇ ਸੀਗਾ ਹਾਂਜੀ ਇਹ ਆ ਗਿਆ ਜੀ ਪੰਜਾਬੀਆਂ ਦਾ ਹਰਮਨ ਪਿਆਰਾ ਦੇਸ਼ ਕੈਨੇਡਾ ਇੱਥੋਂ ਲਿਆ ਠੀਕ ਹੈ ਇੱਥੋਂ ਲਿਆ ਹੋਇਆ ਆਪਾਂ ਨੇ ਠੀਕ ਹੈ ਜੀ ਕੋਈ ਹੋਰ ਦੱਸੋ ਇਹਦੇ ਤੋਂ ਆਪਾਂ ਨੇ ਹੋਰ ਕਿਹੜੀ ਚੀਜ਼ ਲਈ ਹੈ ਚਲੋ ਇਹ ਤੁਹਾਡਾ ਸਾਰਿਆਂ ਦਾ ਹੋਮਵਰਕ ਹੈ ਜੋ-ਜੋ ਚੀਜ਼ਾਂ ਆਪਾਂ ਨੇ ਕੈਨੇਡਾ ਤੋਂ ਲਈ ਹੋਈਆਂ ਸਾਰਿਆਂ ਨੇ ਕਮੈਂਟ ਕਰਨਾ ਹੈ ਓਕੇ ਬਸ ਠੀਕ ਹੈ ਅੱਜ ਅੱਜ ਦੇ ਆਪਣੇ 30 ਕੁਐਸਚਨ ਪੂਰੇ ਹੋ ਗਏ ਅੱਜ ਜਲਦੀ ਹੋ ਗਏ ਹਨਾ ਅੱਜ ਕੁਐਸਚਨ ਥੋੜੇ ਜਿਹਾ ਸਿੰਪਲ ਸੀਗੇ ਹਨਾ ਕੋਈ ਨਹੀਂ ਕੱਲ੍ਹ ਨੂੰ ਵੀਡੀਓ ਚ ਕਵਰ ਕਰਾਂਗੇ ਸਾਰੇ ਹੋਰ ਵਧੀਆ-ਵਧੀਆ ਕੁਐਸਚਨ ਠੀਕ ਹੈ ਓਕੇ ਤੇ ਠੀਕ ਹੈ ਜੀ ਬਾਕੀ ਉਹੀ ਹੈ ਆਪਣੀ ਐਪ ਹੈਗੀ ਹੈ ਐਪ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਕੋਰਸ ਹੈ ਕਲਾ ਪਾਲਟੀ ਦਾ ਹੈ ਜੀਕੇ ਮੈਥ ਪ੍ਰਤਾਪੀ ਬੈਚ ਹੈ ਜੀ ਸਾਰੇ ਪੇਪਰਾਂ ਵਾਸਤੇ ਇਹ ਪੰਜਾਬ ਪਟਵਾਰੀ ਦਾ ਬੈਚ ਹੈ ਇਹ ਪੰਜਾਬ ਪੁਲਿਸ ਦਾ ਬੈਚ ਹੈ ਕੋਈ ਵੀ ਬੈਚ ਤੁਸੀਂ ਜੁੜ ਸਕਦੇ ਹੋ ਇੱਕ coupon ਹੈਗਾ ਜੀ ANKIT ਦੇ ਨਾਂ ਤੋਂ 67 20% ਉਹ ਹਾਲਾਂਕਿ ਕੱਲ ਪਰਸੋ ਜਿਹੜਾ ਆਫ ਚੱਲਿਆ ਸੀਗਾ ਉਹ 50% ਸੀਗਾ ਚੱਲਦੇ ਰਹਿੰਦੇ ਆ ਹਨਾ ਓਕੇ ਫੇ ਤੁਹਾਨੂੰ ਨੈਕਸਟ ਕਲਾਸ ਦੇ ਵਿੱਚ ਮਿਲਾਂਗੇ ਹੋਰ ਵੀ ਕੁਐਸਚਨ ਹੈਗੇ ਆ ਵਧੀਆ ਬਸ ਨੈਕਸਟ ਕਲਾਸ 'ਚ ਕਰਾਂਗੇ ਕੋਈ ਚੱਕਰ ਨਹੀਂ ਠੀਕ ਹੈ ਓਕੇ ਜੀ ਥੈਂਕ ਯੂ